ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿਛਲੇ ਦਿਨਾਂ ਤੋਂ ਕਾਫੀ ਚਰਚਾ ਦੇ ਵਿੱਚ ਮੁੱਦਾ ਆਇਆ ਭਾਈ ਗੁਰਜੰਟ ਸਿੰਘ ਜੀ ਜੋ ਆਸਟ੍ਰੇਲੀਆ ਵਿੱਚ ਰਹਿੰਦੇ ਆ ਅਤੇ ਉਹਨਾਂ ਦੇ ਉੱਪਰ ਜਿਹੜਾ NIA ਨੇ ਕੇਸ ਪਾਇਆ ਉਹਦੇ ਸੰਬੰਧ ਵਿੱਚ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਲਾਈਨ 'ਤੇ ਹਾਜ਼ਰ ਹਨ। ਸਭ ਤੋਂ ਪਹਿਲਾਂ ਉਹਨਾਂ ਨੂੰ ਕੀ ਆ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ ਗੁਰਜੰਟ ਸਿੰਘ ਜੀ ਜਿਹੜਾ ਤੁਹਾਡੇ ਤੇ ਕੇਸ NIA ਦਾ ਪਾਇਆ ਆ ਹਾਂਜੀ ਉਹ ਕੋਈ ਪਿਛਲੇ ਕੇਸ ਨੂੰ ਲੈ ਕੇ ਪਾਇਆ ਜਾਂ ਕਿ ਤੁਸੀਂ ਹੁਣ ਜਦੋਂ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਜਿਹੜਾ ਆਪਣਾ ਕੰਮ ਕਾਰ ਕਰਦੇ ਆ ਜਿਹੜੀਆਂ ਪੰਜਾਬ ਦੇ ਵਿੱਚ ਐਕਟੀਵਿਟੀ ਕਰਦੀਆਂ ਜਾਂ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਜਿੱਦਾਂ ਮਤਲਬ ਜਿਹੜੇ ਕਲਚਰ ਨੂੰ ਵਿਗਾੜ ਰਿਹਾ ਗਾਇਕਿਆ ਉਹਨਾਂ ਦੇ ਬਾਰੇ ਵੀ ਬੋਲਦੇ ਰਹੇ ਆ ਜਾਂ ਸੋਸ਼ਲ ਮੀਡੀਆ ਦੇ ਵਿੱਚ ਜ਼ਿਆਦਾ ਐਕਟਿਵ ਹੋਣ ਕਰਕੇ ਹੋਇਆ ਜਾਂ ਕੋਈ ਹੋਰ ਗੱਲ ਹੈ? ਇਹ ਜੀ ਮੇਨਲੀ ਤਾਂ ਇਹ ਬਰਗਾੜੀ ਕਾਂਡ ਕਰਕੇ ਹੋਇਆ। ਮੈਂ ਤਾਂ ਉਰੇ ਤਾਂ ਆਇਆ ਹੋਇਆ, ਮੈਂ 2015 ਦਾ ਆਇਆ ਹੋਇਆ ਤੇ ਉਸ ਤੋਂ ਬਾਅਦ ਵਿੱਚ ਮੈਂ ਵਾਪਸ ਗਿਆ ਨੀ ਪੰਜਾਬ। ਤੇ ਜਨਵਰੀ 2017 ਦੇ ਵਿੱਚ ਮੈਂ ਸ਼ੁਰੂ ਕੀਤਾ ਕੰਮ ਲੱਚਰਤਾ ਦੇ ਖਿਲਾਫ, ਤੇ ਜਿਹੜਾ ਜ਼ਿਆਦਾ ਸਪੀਡ ਤੇ ਚੱਲਿਆ ਪਹਿਲੇ 8 ਮਹੀਨੇ 2017 ਦੇ, ਫਿਰ ਉਸ ਤੋਂ ਬਾਅਦ ਵਿੱਚ ਹੁਣ 2018 ਦੇ ਵਿੱਚ ਜਦੋਂ ਮੈਂ ਬਰਗਾੜੀ ਕਾਂਡ ਤੇ ਬੋਲਿਆ ਤਾਂ ਮੈਨੂੰ ਉਸ ਸਮੇਂ ਕੁਝ ਬੰਦੇ ਸੰਕੇਤ ਦੇਣ ਲੱਗ ਗਏ ਸੀ। ਉਹ ਕਹਿੰਦੇ ਸੀ ਕਿ ਤੂੰ ਬਹੁਤ ਵੱਡੇ ਮੁੱਦੇ ਨੂੰ ਹੱਥ ਪਾ ਲਿਆ, ਇਹਦੇ ਵਿੱਚ ਤਕੜੇ ਤਕੜੇ ਲੀਡਰ ਇਨਵੋਲਵ ਨੇ ਤੇ ਸਾਡੇ ਬਾਬੇ ਵੀ ਇਨਵੋਲਵ ਨੇ ਇਹਦੇ ਵਿੱਚ, ਤੇ ਤੂੰ ਫਸੇਗਾ ਜ਼ਰੂਰ। ਮੈਂ ਕਿਹਾ ਚਲੋ ਹੁਣ ਗੁਰੂ ਦੀ ਗੱਲ ਆ, ਜੋ ਹੁੰਦਾ ਹੋਈ ਜਾਊਗਾ, ਗੁਰੂ ਦੀ ਖਾਤਰ ਆਪਾਂ ਅੱਗੇ ਆਏ ਹਾਂ ਤੇ ਰੱਖਿਆ ਵੀ ਗੁਰੂ ਨੇ ਹੀ ਕਰਨੀ ਹੈ। ਸੋ ਇਹ ਜਦੋਂ ਅਸੀਂ ਹੁਣ ਹਾਈ ਕੋਰਟ ਮੂਵ ਹੋਣ ਲੱਗੇ ਸੀਗੇ ਸਬੂਤ ਲੈ ਕੇ, ਐਨ ਅਸੀਂ CBI ਨੂੰ ਅਸੀਂ ਲੈਟਰ ਪਾਤਾ ਸੀਗਾ ਪਹਿਲਾਂ ਹੀ, 28 ਦਿਨ ਪੂਰੇ ਹੋ ਗਏ ਸੀਗੇ, ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਸੀ। ਸੋ ਹੁਣ ਅਸੀਂ ਹਾਈ ਕੋਰਟ ਮੂਵ ਹੋ ਸਕਦੇ ਸੀਗੇ ਤੇ ਬਸ ਜਦੇ ਇਹਨਾਂ ਨੇ ਉੱਥੋਂ ਸਾਨੂੰ ਰੋਕਣ ਦੇ ਲਈ ਇਹਨਾਂ ਨੇ ਸਾਰੇ ਕੇਸ ਪਾਤੇ। ਤੇ ਜਦੋਂ ਤੁਹਾਨੂੰ ਇਹ ਕੇਸ ਦਾ ਕਿੱਦਾਂ ਪਤਾ ਲੱਗਾ ਵੀ ਹਾਂ ਤੁਹਾਡੇ ਤੇ ਕੇਸ ਪੈ ਗਿਆ, ਕੋਈ FIR ਜਾਂ ਤੁਹਾਨੂੰ ਕਿਸੇ ਨੇ ਇੰਡੀਆ ਗਵਰਨਮੈਂਟ ਵੱਲੋਂ ਜਾਂ NIA ਵੱਲੋਂ ਕੋਈ ਇਨਫੋਰਮ ਕੀਤਾ ਗਿਆ? ਨਹੀਂ ਜੀ, ਮੈਨੂੰ ਐਕਚੁਅਲੀ ਜਦੋਂ ਇਹ ਰੌਲਾ ਪਿਆ, ਪਹਿਲਾਂ ਤਾਂ ਇੱਕ ਰੌਲਾ ਪਿਆ ਕਿ ਫਰੀਦਕੋਟ ਪੁਲਿਸ ਨੇ ਫੜੇ ਨੇ, ਦੋ ਮੁੰਡੇ ਫੜੇ ਨੇ ਤੇ ਕਹਿੰਦੇ ਜੀ ਉਹਨਾਂ ਦਾ ਕੋਈ ਗਰੁੱਪ ਆ ਖਾਲਿਸਤਾਨ ਜਿੰਦਾਬਾਦ, ਤੇ ਉਹਨਾਂ ਨੂੰ ਗੁਰਜੰਟ ਸਿੰਘ ਆਸਟ੍ਰੇਲੀਆ ਜੋ ਕਿ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਮੁਖੀ ਆ, ਉਹ ਕਹਿੰਦੇ ਉਹਨਾਂ ਨੂੰ ਗਾਈਡ ਕਰਦਾ ਸੀਗਾ ਤੇ ਫੰਡ ਫੁੰਡ ਭੇਜਦਾ ਸੀ, ਇਸ ਤਰ੍ਹਾਂ ਦੇ ਆਰੋਪ ਲੱਗੇ। ਤਾਂ ਮੈਂ ਸੋਚਿਆ ਵੀ ਹੋ ਸਕਦਾ ਕੋਈ ਹੋਰ ਜਥੇਬੰਦੀ ਹੋਵੇ, ਜਿਵੇਂ ਕਿ ਇੰਟਰਨੈਸ਼ਨਲ ਸਿੱਖ ਸਟੂਡੈਂਟ ਫੈਡਰੇਸ਼ਨ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਇਸ ਤਰ੍ਹਾਂ ਦੀਆਂ ਜਥੇਬੰਦੀਆਂ ਹੈਗੀਆਂ ਨੇ। ਮੈਂ ਕਿਹਾ ਗੁਰਜੰਟ ਸਿੰਘ ਕੋਈ ਹੋਰ ਵੀ ਹੋ ਸਕਦਾ, ਮੈਨੂੰ ਤਾਂ ਯਾਦ ਜਿੱਤੇ ਵੀ ਨਹੀਂ ਸੀ ਵੀ ਇਹ ਮੇਰੇ ਤੇ ਵੀ ਕੋਈ ਏਦਾਂ ਦਾ ਕੋਈ ਝੂਠਾ ਇਲਜ਼ਾਮ ਕਦੇ ਲੱਗ ਸਕਦਾ ਆ। ਤੇ ਮੈਂ ਤਾਂ ਯਕੀਨ ਕੀਤਾ ਹੀ ਨਹੀਂ ਸੀ ਪਹਿਲਾਂ, ਮੈਂ ਤਾਂ ਲਾਈਵ ਹੋ ਕੇ ਵੀ ਕਿਹਾ ਸੀ ਕਿ ਮੈਂ ਤਾਂ ਹੋ ਹੀ ਨਹੀਂ ਸਕਦਾ ਕੋਈ ਹੋਰ ਹੋਊਗਾ ਬੰਦਾ। ਪਰ ਮੈਨੂੰ ਫਿਰ ਜਸਪਾਲ ਸਿੰਘ ਮੰਝਪੁਰ ਨੇ ਜੋ ਵਕੀਲ ਨੇ ਇਸ ਕੇਸ ਦੇ ਵਿੱਚ, ਉਹਨਾਂ ਨੇ ਮੇਰੇ ਪੇਜ ਤੇ ਮੈਨੂੰ ਮੈਸੇਜ ਕੀਤਾ ਤੇ ਉਹਨਾਂ ਨੇ NIA ਦੀ ਜਿਹੜੀ ਚਾਰਜ ਸ਼ੀਟ ਆ ਉਹਦੇ ਵਿੱਚੋਂ ਉਹਨਾਂ ਨੇ ਮੈਨੂੰ ਇੱਕ ਸਕਰੀਨਸ਼ਾਟ ਭੇਜਿਆ ਜਿੱਥੇ ਮੇਰਾ ਪਾਸਪੋਰਟ ਨੰਬਰ, ਬਕਾਇਦਾ ਮੇਰਾ ਨਾਂ ਤੇ ਪ੍ਰੋਪਰ ਐਡਰੈਸ ਆ ਜੋ ਮੇਰਾ ਸਾਰਾ ਪਾਇਆ ਹੋਇਆ ਸੀ, ਤੇ ਮੈਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਐਸੋਸੀਏਟਡ ਦਿਖਾਇਆ ਗਿਆ ਸੀ ਉਹਦੇ ਵਿੱਚ। ਤੇ ਉਹ ਕਹਿੰਦੇ ਵੀ ਚੈੱਕ ਕਰੀ ਵੀ ਇਹ ਤੇਰਾ ਹੀ ਆ। ਮੈਂ ਕਿਹਾ ਵੀ ਇਹ ਤਾਂ ਮੇਰਾ ਹੀ ਆ, ਵੀ ਇਹਨੇ ਕਿਵੇਂ ਪਾਤਾ ਮੇਰਾ ਨਾਂ ਤੇ ਐਵੇਂ ਮੈਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਨਾਲ ਕਿਵੇਂ ਜੋੜਤਾ ਇਹਨਾਂ ਨੇ। ਤੇ ਉਹ ਕਹਿੰਦੇ ਵੀ ਮੈਨੂੰ ਨੀ ਪਤਾ। ਮੈਂ ਕਿਹਾ ਵੀ ਫਿਰ ਮੈਨੂੰ ਪੂਰੀ ਚਾਰਜਸ਼ੀਟ ਭੇਜੋ। ਤੇ ਉਹ ਕਹਿੰਦੇ ਵੀ ਪੂਰੀ ਚਾਰਜਸ਼ੀਟ ਤਾਂ 2100 ਪੇਜਾਂ ਦੀ ਆ, ਵੀ ਮੈਂ ਤੈਨੂੰ 91 ਪੇਜਾਂ ਦੀ ਮੇਨ ਸਟੋਰੀ ਭੇਜ ਦਿੰਦਾ ਆ। ਤੇ ਉਹਨਾਂ ਨੇ ਫਿਰ ਮੈਨੂੰ ਈਮੇਲ ਕਰਤੀ ਤੇ ਫਿਰ ਮੈਂ ਉਹਨੂੰ ਪੜ੍ਹਿਆ ਤੇ ਮੇਰਾ ਹੀ ਨਾਮ ਸੀਗਾ। ਤੇ ਬਾਕੀ ਫਿਰ ਮੈਨੂੰ ਬਾਅਦ ਵਿੱਚ ਇਹ ਵੀ ਪਤਾ ਲੱਗ ਗਿਆ ਕਿ ਜਿਹੜੀ ਫਰੀਦਕੋਟ ਪੁਲਿਸ ਕਹਿ ਰਹੀ ਆ ਵੀ ਉਹ ਵੀ ਇਹ ਮੇਰੇ ਤੇ ਇਲਜ਼ਾਮ ਲਾਏ ਜਾ ਰਹੇ ਨੇ। ਤੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਾਰਵਾਈ ਕੀਤੀ ਇਹਦੇ ਤੇ? ਮੇਰੇ ਜੋ ਵਕੀਲ ਹੈਗੇ ਨੇ ਜੀ ਆਪਣੇ ਬਰਜਿੰਦਰ ਸਿੰਘ ਲੂੰਬਾ ਜੀ, ਪੰਜਾਬ ਹਰਿਆਣਾ ਹਾਈਕੋਰਟ ਦੇ ਹੈਗੇ ਨੇ ਵਕੀਲ, ਉਹੀ ਬਰਗਾੜੀ ਕਾਂਡ ਦੇ ਸੰਬੰਧ ਵਿੱਚ ਉਹੀ ਕੇਸ ਨੂੰ ਅੱਗੇ ਲੈ ਕੇ ਜਾ ਰਹੇ ਸੀਗੇ। ਤੇ ਮੇਰੇ ਫਿਰ ਮੈਂ ਉਹਨਾਂ ਦੇ ਨਾਲੇ ਗੱਲ ਕੀਤੀ ਤੇ ਉਹ ਕਹਿੰਦੇ ਵੀ ਇਹ ਤਾਂ ਵੀ ਬੜਾ ਮਾੜਾ ਹੋਇਆ ਵੀ ਇਹਨਾਂ ਨੇ ਧੱਕੇ ਨਾਲੇ ਐਡੇ ਕੇਸ ਪਾਤੇ, ਤੇ ਸਿੱਧਾ ਸਾਧਾ ਹੋਇਆ ਸਿਰਫ ਇਸੇ ਕਰਕੇ ਕਿਉਂਕਿ ਆਪਾਂ ਬਰਗਾੜੀ ਕਾਂਡ ਦੇ ਸੰਬੰਧ ਵਿੱਚ ਆਪਾਂ ਬਹੁਤ ਨੇੜੇ ਪਹੁੰਚ ਗਏ ਸੀਗੇ ਜਿਹੜੇ ਮੁਲਜ਼ਮ ਨੇ ਉਹਨਾਂ ਦੇ, ਕਿਉਂਕਿ ਸਾਡੇ ਕੋਲ ਵਧੀਆ ਸਬੂਤ ਸੀਗੇ, ਉਹਨਾਂ ਨੂੰ ਤਾਂ ਅਸੀਂ ਬੜੀ ਛੇਤੀ ਗ੍ਰਿਫਤਾਰ ਕਰਵਾ ਦੇਣਾ ਸੀਗਾ। ਤੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਉਹਨਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਮੈਂ ਸਿੱਖ ਜਥੇਬੰਦੀਆਂ ਦੇ ਨਾਲ ਗੱਲ ਕੀਤੀ, ਜਿਵੇਂ ਕਿ ਸਿੱਖ ਰਿਲੀਫ ਵਾਲੇ ਹੋ ਗਏ, ਵਾਇਸਿਸ ਫਾਰ ਫਰੀਡਮ ਵਾਲੇ ਹੋ ਗਏ,
ਤੇ ਉਹਨਾਂ ਨੇ ਬੜਾ ਵਧੀਆ ਰਿਸਪੌਂਸ ਦਿੱਤਾ ਤੇ ਇਸ ਤੋਂ ਇਲਾਵਾ ਹੋਰ ਵੀ ਲੋਕਲ ਸੰਗਤ ਦੇ ਨਾਲ ਵੀ ਗੱਲ ਕੀਤੀ, ਉਰੇ ਐਡੀਲੇਡ ਤੋਂ ਇਲਾਵਾ ਮੈਲਬਰਨ ਦੇ ਵਿੱਚ ਵੀ ਗੱਲ ਕੀਤੀ ਤੇ ਸਾਰੇ ਪਾਸਿਓਂ ਵਧੀਆ ਸਪੋਰਟ ਮਿਲੀ। ਤੇ ਜਦੇ ਫਿਰ ਕਿਸੇ ਨੇ ਈਮੇਲ ਕਰਤੀ ਇੱਥੇ ਦੇ ਕਿਸੇ ਨਿਊਜ਼ ਚੈਨਲ ਨੂੰ, ਇੱਕ ਹੈਗਾ ਨਿਊਜ਼ 7 ਵਾਲਿਆਂ ਦਾ ਹੈਗਾ ਚੈਨਲ ਟੁਡੇ ਟੁਨਾਈਟ, ਤੇ ਉਹਨਾਂ ਨੂੰ ਕਿਸੇ ਨੇ ਈਮੇਲ ਕਰਤੀ ਕਿ ਇਹ ਬੰਦੇ ਤੇ ਆਹ ਇਲਜ਼ਾਮ ਲੱਗੇ ਨੇ ਜਾ ਕੇ ਆਓ। ਤਾਂ ਉਹ ਚਲੋ ਮੇਰੇ ਘਰੇ ਆਏ, ਮੈਨੂੰ ਉਹਨੇ ਪੁੱਛਿਆ ਕਿ ਕੀ ਮਾਮਲਾ ਆ, ਤਾਂ ਮੈਂ ਚਲੋ ਜੋ ਦੱਸਿਆ ਉਹਨਾਂ ਨੇ ਫਿਰ ਉਰੇ ਚਲਾਈ ਖਬਰ, ਤੇ ਉਹ ਖਬਰ ਤੋਂ ਹੀ ਸਾਰੇ ਪਾਸੇ ਜ਼ਿਆਦਾ ਹੈਗਾ ਜਿਹੜਾ ਵੀ ਇੱਕ ਇੰਗਲਿਸ਼ ਨਿਊਜ਼ ਚੈਨਲ ਤੇ ਆ ਗਈ। ਤੇ ਉਸ ਤੋਂ ਬਾਅਦ ਵਿੱਚ ਫਿਰ ਖਾਲਸਾ ਏਡ ਵਾਲੇ ਜੋ ਰਵੀ ਸਿੰਘ ਨੇ ਉਹਨਾਂ ਨੇ ਸਪੋਰਟ ਕੀਤੀ, ਤੇ ਫਿਰ ਬਸ ਐਵੇਂ ਹੀ ਕਰਦੇ ਕਰਾਉਂਦੇ। ਤੇ ਫਿਰ ਦਮਦਮੀ ਟਕਸਾਲ ਵੱਲੋਂ ਬਾਬਾ ਹਰਨਾਮ ਸਿੰਘ ਜੀ ਵੱਲੋਂ ਹੋ ਗਈ ਸਪੋਰਟ। ਫਿਰ ਉਸ ਤੋਂ ਬਾਅਦ ਵਿੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਯਾਨੀ ਗੁਰਭਜਨ ਸਿੰਘ ਜੀ ਖਾਲਸਾ, ਉਹਨਾਂ ਨੇ ਕਰਤੀ ਸਪੋਰਟ, ਤੇ ਹੁਣ ਤਾਂ ਸਾਰੇ ਪਾਸੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲਿਆ ਜੀ। ਤੇ ਜਦੋਂ ਤੁਹਾਨੂੰ ਇੱਥੇ ਜਿਹੜੀ ਏਜੰਸੀ ਆਸਟ੍ਰੇਲੀਆ ਦੀ ਆ ਉਹਨਾਂ ਨੇ ਪੁੱਛਗਿੱਛ ਕੀਤੀ ਆ, ਉਹਨਾਂ ਨੇ ਤੁਹਾਨੂੰ ਪੁੱਛਿਆ ਵੀ ਹੋਊਗਾ ਤੁਸੀਂ ਇੱਥੇ ਆਸਟ੍ਰੇਲੀਆ 'ਚ ਕਿੱਦਾਂ ਆਏ ਆ, ਤੇ ਜਾਂ ਤੁਹਾਡਾ ਪਹਿਲਾਂ ਕੋਈ ਇਹੋ ਜਿਹਾ ਰਿਕਾਰਡ ਤਾਂ ਨਹੀਂ ਸੀ ਵੀ ਜਿਹਦੇ ਕਰਕੇ ਕੇਸ ਬਣੇ? ਨਹੀਂ, ਐਕਚੁਅਲੀ ਮੈਨੂੰ ਉਰੇ ਦੀ ਫੈਡਰਲ ਪੁਲਿਸ ਵਾਲੇ ਜਿਹੜੇ ਆਏ ਸੀ ਮੇਰੇ ਕੋਲ, ਹੁਣ ਉਹ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਨੇ, ਉਹ ਮੇਰੇ ਕੋਲ ਪਹਿਲਾਂ ਵੀ 3 ਵਾਰ ਆ ਚੁੱਕੇ ਸੀਗੇ। ਆ ਜਿਹੜੇ ਸਿੰਗਰਾਂ ਦੇ ਚੇਲੇ ਨੇ ਮੇਰੇ ਵਿਰੋਧੇ ਪਹਿਲਾਂ ਹੀ ਉਹਨੂੰ ਬਹੁਤ ਕੰਪਲੇਂਟਾਂ ਕਰ ਚੁੱਕੇ ਸੀ। ਠੀਕ, ਉਹਨੇ ਮੈਨੂੰ ਪਹਿਲਾਂ ਦੱਸਿਆ ਸੀ ਕਿ ਮੇਰੇ ਖਿਲਾਫ 13 ਕੰਪਲੇਂਟਾਂ ਉਹਨਾਂ ਦੇ ਡਿਪਾਰਟਮੈਂਟ ਨੂੰ ਤੇ 2 ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹਨੇ ਕੀਤੀਆਂ ਸੀਗੀਆਂ, ਪਹਿਲਾਂ ਦੀ ਗੱਲ ਆ 2000। ਜਦੋਂ ਮੇਰੇ ਕੋਲ ਆਏ ਨੇ 3 ਵਾਰ, ਤੇ ਉਹ ਕਹਿੰਦੇ ਵੀ ਚਲੋ ਸਬੂਤ ਤਾਂ ਸਾਨੂੰ ਕੋਈ ਭੇਜਦਾ ਨਹੀਂ ਇੱਦਾਂ ਦਾ ਵੀ ਤੇਰੇ ਜੋ ਅਗੇਂਸਟ ਜਾਵੇ, ਪਰ ਵੀ ਆਪਣੀ ਕਾਰਵਾਈ ਕਰਨੀ ਪੈਂਦੀ ਹੈ, ਸਾਨੂੰ ਤਾਂ ਪੁੱਛਗਿੱਛ ਕਰਨੀ ਪੈਂਦੀ ਆ। ਉਹੀ ਆਏ ਸੀ ਤੇ ਉਹ ਨਾ ਉਹ ਜਦ ਹੁਣ ਮੇਰੀ ਨਿਊਜ਼ ਤੇ ਟੀਵੀ ਤੇ ਤਾਂ ਫੇਰ ਆਏ ਮੇਰੇ ਕੋਲ, ਉਹ ਕਹਿੰਦੇ ਵੀ ਆਹ ਕੀ ਰੌਲਾ ਪੈ ਗਿਆ ਵੀ ਸਾਨੂੰ ਦੱਸ ਪੂਰਾ ਕੀ ਮਾਮਲਾ ਆ। ਫਿਰ ਉਹਨੂੰ ਮੈਂ ਸਾਰੀ ਗੱਲ ਸਮਝਾਈ, ਮੈਂ ਕਿਹਾ ਭਾਈ ਇਹ ਧੱਕਾ ਕਰ ਰਹੇ ਨੇ ਵੀ ਮੈਂ ਐਵੇਂ ਸਾਡੇ ਵੀ 2015 ਦੇ ਵਿੱਚ ਸੈਕਟਰੀ ਲੈਜ ਦਾ ਹੈਗਾ ਆ ਸਾਡੇ ਕੇਸ ਆ, ਤੇ ਉਸਦੇ ਚ ਮੈਂ ਕਾਰਵਾਈ ਕਰ ਰਿਹਾ ਸੀ, ਮੇਰੇ ਕੋਲ ਸਬੂਤ ਸੀਗੇ, ਤੇ ਵੀ ਇਹਦੇ ਵਿੱਚ ਵੱਡੀਆਂ ਪੋਲੀਟੀਕਲ ਪਾਰਟੀਜ਼ ਇਨਵੋਲਵ ਨੇ, ਵੱਡੇ ਲੀਡਰ ਇਨਵੋਲਵ ਨੇ, ਇਸ ਕਰਕੇ ਉਹਨਾਂ ਨੇ ਮੈਨੂੰ ਫਰੇਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਮੇਰੀ ਫਰੇਮਿੰਗ ਕੀਤੀ ਜਾ ਰਹੀ ਆ, ਮੇਰੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਉਹ ਕਹਿੰਦੇ ਠੀਕ ਆ ਕੋਈ ਗੱਲ ਨਹੀਂ, ਕਹਿੰਦੇ ਤੂੰ ਐਂ ਘਬਰਾਉਣ ਦੀ ਲੋੜ ਨਹੀਂ ਹੈਗੀ, ਬੇਫਿਕਰ ਰਹੀ ਵੀ ਜਦ ਤੱਕ ਉਹਨਾਂ ਦੇ ਕੋਲ ਕੋਈ ਪੁਖਤਾ ਸਬੂਤ ਨਹੀਂ ਹੁੰਦਾ, ਪੂਰਾ ਹਾਈ ਲੈਵਲ ਤੇ ਟੈਕਨੀਕਲੀ ਪੂਰੀ ਤਰ੍ਹਾਂ ਸਾਬਤ ਨਹੀਂ ਕਰ ਸਕਦੇ ਉਹ ਜੇ ਉਰੇ, ਤਾਂ ਫਿਰ ਉਹ ਤੇਰਾ ਕੁਛ ਨਹੀਂ ਸਕਦੇ, ਬਸ ਇੰਨੀ ਕੁ ਗੱਲ ਹੋਈ ਆ ਜੀ ਇਹਦੇ ਨਾਲ। ਤੇ ਜਿੱਦਾਂ ਤੁਸੀਂ ਆਪ ਹੀ ਗੱਲ ਕੀਤੀ ਆ ਵੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਤੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੁਣਾਂ ਨੇ ਸਪੋਰਟ ਕੀਤੀ ਆ, ਉਹਨੀ ਕੌਮ ਨੂੰ ਵੀ ਕਿਹਾ ਤੇ ਇੱਥੇ ਦੀਆਂ ਜਥੇਬੰਦੀਆਂ ਨੂੰ ਵੀ। ਵੈਸੇ ਜਦੋਂ ਕਿ ਕੇਸ ਬਣਿਆ ਇਹ ਵੀ ਡਰ ਬਣ ਗਿਆ ਸੀ ਕਿ ਸ਼ਾਇਦ ਤੁਹਾਨੂੰ ਡਿਪੋਰਟ ਨਾ ਕਰ ਦੇਣ ਆਸਟ੍ਰੇਲੀਆ ਤੋਂ? ਹਾਂਜੀ, ਪਹਿਲਾਂ ਤਾਂ ਚਲੋ ਜਦੋਂ ਆਈ ਆ ਖਬਰ ਤਾਂ ਫਿਰ ਮੈਂ ਸਿੱਧਾ ਆਪਣੇ ਵਕੀਲ ਸਾਹਿਬ ਦੇ ਨਾਲ ਗੱਲ ਕੀਤੀ, ਮੈਂ ਕਿਹਾ ਵੀ ਕੋਈ ਇਸ ਤਰ੍ਹਾਂ ਦਾ ਹੋ ਸਕਦਾ ਵੀ ਇਹ ਸਿੱਧਾ ਹੀ ਵੀ ਮੈਨੂੰ ਡਿਪੋਰਟ ਕਰ ਦੇਣ ਇੱਥੋਂ, ਵੀ ਉਹ ਆਪਣੀ ਜੋ ਹੈਗੀ ਆ ਇੰਡੀਆ ਦੀ ਏਜੰਸੀ ਆ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, ਟੌਪ ਦੀ ਏਜੰਸੀ ਆ ਉਹ, ਕੋਈ ਛੋਟੀ ਮੋਟੀ ਤਾਂ ਹੈ ਨਹੀਂ, ਟੌਪ ਦੀ ਏਜੰਸੀ ਆ, ਉਹ ਟੈਰਰਿਜ਼ਮ ਨਾਲ ਰਿਲੇਟਡ ਮਾਮਲਿਆਂ ਦੇ ਨਾਲ ਡੀਲ ਕਰਦੀ ਆ, ਵੀ ਉਹ ਮੈਨੂੰ ਵਾਪਸ ਜਾ ਸਕਦੇ ਨੇ। ਤਾਂ ਫਿਰ ਵਕੀਲ ਸਾਹਿਬ ਕਹਿੰਦੇ ਵੀ ਮੈਨੂੰ ਪਹਿਲਾਂ ਤੂੰ ਇੱਥੇ ਦਾ ਲਾਅ ਪੜ੍ਹ ਲੈਣ ਦੇ, ਜੇ ਉਹਨਾਂ ਦੀ ਆਪਸ ਵਿੱਚ ਸੰਧੀ ਵੀ ਆ ਜੋ ਵੀ ਆ, ਇਹ ਜੋ ਆਪਣੇ ਜੋ ਹੁੰਦੇ ਨੇ ਮੁਲਜ਼ਮ ਹੁੰਦੇ ਨੇ ਜਿਹਨਾਂ ਨੂੰ ਇੱਕ ਇੱਕ ਦੂਜੇ ਨਾਲ ਕਹਿ ਲਓ ਇੱਧਰ ਉੱਧਰ ਭੇਜਦੇ ਨੇ, ਇੱਕ ਦੂਜੇ ਸਾਂਝੇ ਹੁੰਦੇ ਨੇ, ਉੱਧਰ ਕਰ ਦਿੰਦੇ ਨੇ ਹਵਾਲਗੀ ਵਾਲਾ ਜੋ ਹੈਗਾ ਇਹਨਾਂ ਦਾ ਕਾਨੂੰਨ, ਮੈਂ ਉਹ ਪੜ੍ਹ ਲਵਾਂ। ਤੇ ਉਹਨੇ ਜਦੋਂ ਕਾਨੂੰਨ ਪੜ੍ਹਿਆ ਤਾਂ ਉਹ ਕਹਿੰਦੇ ਵੀ ਇੱਥੇ ਦਾ ਜੋ ਕਾਨੂੰਨ ਆ ਵੀ ਤੂੰ ਲੱਕੀ ਆ, ਇਹ ਅਮੈਰੀਕਾ ਕੈਨੇਡਾ ਤੇ ਯੂਕੇ ਦੇ ਕਾਨੂੰਨ ਨਾਲੋਂ ਵੀ ਜ਼ਿਆਦਾ ਵਧੀਆ ਕਾਨੂੰਨ ਆ, ਤੇ ਇਹਦੇ ਵਿੱਚ ਅਜਿਹੀਆਂ ਚੀਜ਼ਾਂ ਨੇ ਜਿਹਦੇ ਕਰਕੇ ਇਹ ਤੈਨੂੰ ਇੱਥੋਂ ਕਦੇ ਐਂ ਲਿਜਾ ਹੀ ਨਹੀਂ ਸਕਦੇ। ਉਹਦੇ ਵਿੱਚ ਜਿਵੇਂ ਕਿ ਪਹਿਲੀ ਚੀਜ਼ ਆ ਜਾਂਦੀ ਆ ਜਿਹੜੇ ਕੇਸ ਦੇ ਵਿੱਚ ਮੌਤ ਦੀ ਸਜ਼ਾ ਮਿਲ ਸਕਦੀ ਹੋਵੇ, ਇਹ ਬੰਦਾ ਐਵੇਂ ਨਹੀਂ ਦਿੰਦੇ ਉਹਨਾਂ ਨੂੰ ਸਿੱਧਾ ਹੀ, ਊਂ ਤਾਂ ਨਹੀਂ ਕਹਿੰਦੀ ਜੋ ਸੰਧੀ ਆ, ਉਹਦੇ ਅਕੋਰਡਿੰਗ ਇਹ ਆ ਵੀ ਬੰਦੇ ਦੇ ਕਿਸੇ 'ਤੇ ਆਰੋਪ ਲੱਗੇ ਨੇ, ਸਰਕਾਰ ਮੰਗ ਕਰੂਗੀ ਤੇ ਸਿੱਧਾ ਦੇ ਦੇਣਗੇ, ਪਰ ਉਹਦੇ ਵਿੱਚ ਕੁਝ ਸ਼ਰਤਾਂ ਨੇ, ਜਿਵੇਂ ਕਿ ਜੇ ਮੌਤ ਦੀ ਸਜ਼ਾ ਹੋ ਸਕਦੀ ਆ ਉਹ ਕੇਸ ਦੇ ਵਿੱਚ ਤਾਂ ਬੰਦਾ ਸਿੱਧਾ ਨਹੀਂ ਦਿੰਦੇ, ਉਹਨੂੰ ਕਹਿੰਦੇ ਨੇ ਪ੍ਰੂਵ ਕਰੋ। ਠੀਕ ਹੈ। ਇਸ ਤੋਂ ਇਲਾਵਾ ਕਸਟਡੀਅਨ ਡੈਥ ਦੀ ਗੱਲ ਹੋਵੇ, ਵਿੱਚ ਖਤਰਾ ਹੋਵੇ, ਹਰਮਿੰਦਰ ਸਿੰਘ ਮਿੰਟੂ ਜੀ ਦਾ ਜਿਵੇਂ ਹੋਇਆ, ਹੋਰ ਵੀ ਬਹੁਤ ਸਾਰੇ ਕੇਸ ਪਹਿਲਾਂ ਹੋ ਚੁੱਕੇ ਨੇ ਇੰਡੀਆ ਦੇ ਵਿੱਚ, ਮੁੰਡਿਆਂ ਦੇ ਇਨਕਾਊਂਟਰ ਹੋ ਚੁੱਕੇ ਨੇ ਪਹਿਲਾਂ ਸਾਡੇ ਹਜ਼ਾਰਾਂ ਮੁੰਡਿਆਂ ਦੇ, ਤੇ ਉਹ ਚੀਜ਼ ਵੀ ਕਸਟਡੀਅਨ ਡੈਥ ਦਾ ਖਤਰਾ ਹੋਵੇ ਤਾਂ ਵੀ ਇਹ ਬੰਦਾ ਨਹੀਂ ਦਿੰਦੇ,
ਤੇ ਹੋਰ ਤੀਜੀ ਗੱਲ ਆ ਜਾਂਦੀ ਆ ਵੀ ਬੰਦਾ ਉਰੇ ਲੀਗਲੀ ਰਹਿ ਰਿਹਾ ਹੋਵੇ, ਪ੍ਰੋਪਰ ਬੰਦੇ ਕੋਲ ਰਾਈਟ ਹੋਣ ਉਰੇ ਰਹਿਣ ਦੇ, ਉਹ ਵੀ ਐਡੀ ਛੇਤੀ ਸੌਖਾ ਨਹੀਂ ਦਿੰਦੇ, ਤੇ ਜਿਹੜੀ ਕੌਮ ਦਾ ਜੈਨੋਸਾਈਡ ਹੋਇਆ ਹੋਵੇ ਉਹ ਕੌਮ ਦਾ ਬੰਦਾ ਇਹ ਛੇਤੀ ਛੇਤੀ ਨਹੀਂ ਦਿੰਦੇ। ਤੇ ਆਪਾਂ ਚਾਰੇ ਪੁਆਇੰਟਾਂ ਤੇ ਖਰੇ ਉਤਰਦੇ ਹਾਂ। ਸੋ ਮੈਨੂੰ ਵਕੀਲ ਸਾਹਿਬ ਨੇ ਉਦਣੇ ਕਹਿਤਾ ਸੀ, ਕਹਿੰਦੇ ਵੀ ਮੈਂ ਪੂਰਾ ਐਨ ਪੜ੍ਹ ਲਿਆ ਕਾਨੂੰਨ, ਵੀ ਬੇਫਿਕਰ ਰਹੀ, ਇਹ ਐਵੇਂ ਤੈਨੂੰ ਸਿੱਧਾ ਹੀ ਨਾਂ ਪਾ ਕੇ ਐਂ ਲੈ ਕੇ ਨਹੀਂ ਆ ਸਕਦੇ, ਇਹਨਾਂ ਨੂੰ ਬਹੁਤ ਹਾਈ ਲੈਵਲ ਤੇ ਪ੍ਰੂਵ ਕਰਨਾ ਪਊਗਾ ਪ੍ਰੋਪਰ, ਤਾਂ ਇਹ ਬੰਦਾ ਵਾਪਸ ਲਿਆ ਸਕਦੇ ਨੇ। ਪਰ ਆਪਾਂ ਹੈਗੇ ਹੀ ਜਦੋਂ ਸੱਚੇ ਹਾਂ, ਇਹ ਪ੍ਰੂਵ ਕਰੇ ਨਹੀਂ ਸਕਦੇ ਕਦੇ। ਤੇ ਜੇ NIA ਜਿਹੜੀ ਭਾਰਤੀ ਏਜੰਸੀ ਆ ਤੇ ਉਹ ਤੁਹਾਨੂੰ ਇਨਵੈਸਟੀਗੇਸ਼ਨ ਕਰਨਾ ਚਾਹੁੰਦੀ ਆ, ਕੋਈ ਗੱਲਬਾਤ ਕਰਨੀ ਚਾਹੁੰਦੀ ਆ, ਤੇ ਤੁਸੀਂ ਉਹ ਕਰਨ ਨੂੰ ਤਿਆਰ ਹੋ? ਹਾਂਜੀ ਹਾਂਜੀ ਮੈਂ ਤਿਆਰ ਹਾਂ, ਉਰੇ ਆਸਟ੍ਰੇਲੀਆ ਦੇ ਵਿੱਚ ਆ ਕੇ ਬੇਸ਼ੱਕ ਮੇਰੇ ਨਾਲ ਗੱਲਬਾਤ ਵੀ ਕਰ ਲੈਣ। ਮੈਂ ਤਾਂ ਕਹਿੰਦਾ ਮੇਰਾ ਚਾਹੇ ਲਾਈ ਡਿਟੈਕਟਰ ਟੈਸਟ ਕਰਾ ਲੈਣ, ਨਾਰਕੋ ਟੈਸਟ ਕਰਾ ਲੈਣ, ਮੈਂ ਤਿਆਰ ਹਾਂ ਉਰੇ ਆਸਟ੍ਰੇਲੀਆ ਦੇ ਵਿੱਚ ਕਰਵਾ ਲੈਣ, ਮੈਂ ਤਾਂ ਪੂਰੀ ਜਾਂਚ ਦੇ ਵਿੱਚ ਮੈਂ ਪੂਰਾ ਸਹਿਯੋਗ ਦਊਂਗਾ। ਪਰ ਐਂ ਆ ਵੀ ਪੰਜਾਬ ਨਹੀਂ ਮੈਂ ਵਾਪਸ ਜਾਣਾ, ਉਹ ਫਿਰ ਉਹੀ ਜੱਗੀ ਜੌਲ ਵਾਲਾ ਹੀ ਹੱਲ ਕਰਨਾ ਇਹਨਾਂ ਨੇ, ਨਾ ਕਿਸੇ ਨੂੰ ਮਿਲਣ ਦਿੰਦੇ ਨਾ ਹੁੰਦੀ ਹੈ ਸੁਣਵਾਈ ਫਿਰ। ਹਾਂਜੀ, ਇਹ ਤਾਂ ਜਿੱਦਾਂ ਆਪਾਂ ਨੂੰ ਪਤਾ ਉੱਥੇ ਕਾਨੂੰਨ ਜਾਂ ਮਤਲਬ ਜਿਹੜੀਆਂ ਉੱਥੇ ਦੀਆਂ ਹਾਲਾਤ ਦੁਨੀਆਂ ਨੂੰ ਪਤਾ ਕਿ ਖਾਸ ਤੌਰ 'ਤੇ ਸਿੱਖਾਂ ਨਾਲ ਕਿਹੋ ਜਿਹਾ ਵਰਤਾਰਾ ਹੁੰਦਾ। ਪਰ ਹਾਂਜੀ ਜਿੱਦਾਂ ਤੁਸੀਂ ਬੜੇ ਦਾਅਵੇ ਨਾਲ ਮੀਡੀਆ ਦੇ ਵਿੱਚ ਦਾਅਵਾ ਕਰਦੇ ਹਾਂ ਵੀ ਜੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮੈਨੂੰ ਕੁਛ ਪੁੱਛਣਾ ਚਾਹੁੰਦੀ ਪੁੱਛ ਸਕਦੀ ਆ, ਪਰ ਮੇਰਾ ਸਵਾਲ ਇਹ ਆ ਵੀ ਉਹਨੇ ਤੁਹਾਡੇ 'ਤੇ ਕੇਸ ਪਾਇਆ ਕਿਹੜੇ ਆਧਾਰ 'ਤੇ ਆ, ਆਧਾਰ ਕੀ ਬਣਾਇਆ? ਹਾਂਜੀ ਹਾਂਜੀ ਆਧਾਰ ਉਹਨਾਂ ਨੇ ਇਹ ਬਣਾਇਆ ਕਿ ਗੁਰਜੰਟ ਸਿੰਘ ਨੇ 2 ਸਤੰਬਰ 2017 ਨੂੰ ਇੱਕ ਆਸਟ੍ਰੇਲੀਅਨ ਬੈਂਕ ਦੇ ਵਿੱਚ $1500 ਜਮ੍ਹਾਂ ਕਰਵਾਇਆ। ਹਾਂਜੀ, ਤੇ ਜਿਹੜਾ ਉਹ ਪੈਸਾ ਆ ਉਹ ਗਾਹਾਂ ਇੰਡੀਆ ਦੇ ਵਿੱਚ ਭੇਜਿਆ ਗਿਆ ਟਾਰਗੇਟ ਕਿਲਿੰਗਸ ਦੇ ਲਈ। ਅੱਛਾ, ਤੇ ਜਿਹੜੀਆਂ ਉੱਥੇ ਟਾਰਗੇਟ ਕਿਲਿੰਗਸ ਹੋਈਆਂ ਨੇ, 8 ਕਤਲ ਹੋਏ ਨੇ, ਉਹ ਆਪਸ ਦੇ ਵਿੱਚ ਇਹ ਕਹਿੰਦੇ ਵੀ ਜੁੜਦੇ ਨੇ ਸਾਰੇ ਜਾਣੇ, ਸਾਰੀ ਜਿੰਨੇ ਵੀ ਕੇਸ ਨੇ ਸਾਰੇ ਜਾਣਿਆਂ ਦੇ ਜੋ ਵੀ ਕਤਲ ਹੋਏ ਨੇ ਉਹ ਆਪਸ ਵਿੱਚ ਜੁੜਦੇ ਨੇ। ਸੋ ਲੜੀ ਜੁੜਦੀ ਕਰਕੇ ਇਹਨਾਂ ਨੇ ਬਸ ਫਿਰ ਉਹ $1500 ਨੂੰ ਆਧਾਰ ਬਣਾ ਕੇ ਮੇਰਾ ਨਾਮ ਇੱਕ ਦੇ ਬਾਅਦ ਇੱਕ ਕਰਕੇ ਹੁਣ ਤੱਕ 5 ਕੇਸਾਂ 'ਚ ਪਾਤਾ। ਤੇ ਜਿੱਥੋਂ ਤੱਕ ਮੇਰੇ ਵਕੀਲ ਸਾਹਿਬ ਨੇ ਮੈਨੂੰ ਦੱਸਿਆ, ਉਹ ਕਹਿੰਦੇ ਵੀ ਇਹ ਤੇਰਾ ਸਾਰੇ ਜਿੰਨੇ ਵੀ ਬਾਕੀ 8 ਨੇ ਜਾਂ ਇਸ ਤੋਂ ਬਾਅਦ ਇਸ ਤੋਂ ਇਲਾਵਾ ਬੰਦਿਆਂ ਦੇ ਕਹਿੰਦੇ ਜਾਨਲੇਵਾ ਹਮਲੇ ਹੋਏ ਨੇ, ਵੀ ਇਸ ਤੋਂ ਇਲਾਵਾ ਇਹਨੇ ਤੇਰੇ ਹੋਰ ਬਹੁਤ ਕੇਸ ਪਾਉਣੇ ਨੇ, ਹਜੇ ਇੱਕੋ ਲੜੀ ਦੇ ਵਿੱਚ ਬਹੁਤ ਕੇਸ ਨੇ, ਵੀ ਇੱਕ ਦੇ ਬਾਅਦ ਇੱਕ ਕਰਕੇ ਹੁਣ ਚਾਰ ਸ਼ੀਟਸ ਜੋ ਨੇ ਇਹ ਫਾਈਲ ਕਰੀ ਜਾ ਰਹੇ ਨੇ। ਤੇ ਪਹਿਲਾਂ ਇਹਨਾਂ ਨੇ ਇੱਕ ਚਾਰ ਸ਼ੀਟ NIA ਦੀ ਸਪੈਸ਼ਲ ਕੋਰਟ ਆ ਮੋਹਾਲੀ ਵਿਖੇ, ਉੱਥੇ ਇਹਨੇ ਪਹਿਲਾਂ ਇੱਕ ਚਾਰ ਸ਼ੀਟ ਜਮ੍ਹਾਂ ਕਰਾਈ, ਉਹ 'ਚ ਕੁੱਲ ਜਾਣੀ 15 ਜਣਿਆਂ ਦੇ ਨਾਮ ਨੇ ਸਣੇ ਜੱਗੀ ਜੌਹਲ ਤੇ ਮੈਂ, ਬਾਕੀ ਵੀ ਹੋਰ ਜਿੰਨੇ ਵੀ ਹੈਗੇ ਨੇ ਸ਼ੇਰਾ ਹੋ ਗਿਆ ਜਾਂ ਹੋਰ ਹੈਗੇ ਨੇ, ਸਾਰਿਆਂ ਦਾ ਜਾਣੀ ਇਹਨਾਂ ਨੇ ਨਾਮ ਪਾਏ ਹੋਏ ਨੇ 15 ਜਣਿਆਂ ਦੇ। ਤੇ ਪਹਿਲਾਂ ਇਹਨੇ ਇੱਕ ਚਾਰ ਸ਼ੀਟ ਫਾਈਲ ਕੀਤੀ, ਫਿਰ 2 ਕਰਤੀਆਂ, ਫਿਰ ਉਸ ਤੋਂ ਬਾਅਦ 2 ਹੋਰ ਕਰਤੀਆਂ, ਤੇ ਐਵੇਂ ਕਰਦੇ ਕਰਾਉਂਦੇ। ਹੁਣ ਵਕੀਲ ਸਾਹਿਬ ਕਹਿ ਰਹੇ ਨੇ ਵੀ ਅੱਗੇ ਹੋਰ ਵੀ ਕਰਨਗੇ, ਸਿਰਫ ਇਹਨੇ ਆਧਾਰ ਇੱਕੋ ਚੀਜ਼ ਨੂੰ ਬਣਾਇਆ ਕਿ $1500 ਇਹ ਬੰਦੇ ਨੇ ਭੇਜਿਆ ਉੱਧਰ। ਤੇ ਜੇ ਹੁਣ ਤੁਸੀਂ ਆਪਣੇ ਆਪ ਨੂੰ ਕਲੀਅਰ ਕਰਨਾ ਆ, ਆਪਣੀ ਮਤਲਬ ਜਿਹੜਾ ਇੱਕ ਕਿਸਮ ਦਾ ਇਲਜ਼ਾਮ ਲੱਗ ਜਾਣਾ, ਤੇ ਇਹਨੂੰ ਹੁਣ ਜੇ ਕੋਰਟਾਂ ਦੇ ਵਿੱਚ ਕਲੀਅਰ ਕਰਨਾ ਤੇ ਤੁਹਾਨੂੰ ਕੀ ਕਰਨਾ ਪਊਗਾ? ਇਹਦੇ ਲਈ ਜੀ ਮੇਰੇ ਵਕੀਲ ਸਾਹਿਬ ਉੱਥੇ ਹੈਗੇ ਨੇ। ਪਹਿਲਾਂ ਤਾਂ ਗੱਲ ਇਹ ਆ ਵੀ ਹਜੇ ਤੱਕ ਇਹਨਾਂ ਨੇ ਕੋਈ ਸਾਨੂੰ ਡਾਕੂਮੈਂਟ ਮੇਰੇ ਘਰੇ ਆਇਆ ਨਹੀਂ ਗਾ, ਕੋਈ ਡਾਕੂਮੈਂਟ ਇਸ ਚੀਜ਼ ਦੇ ਸੰਬੰਧ ਵਿੱਚ ਜੋ ਹੁੰਦਾ, ਚਲੋ ਸੰਮਣ ਜਾਰੀ ਹੁੰਦੇ ਨੇ, ਕੁਛ ਵੀ ਹੁੰਦਾ ਆ, ਹਜੇ ਤੱਕ ਮੇਰੇ ਪਰਿਵਾਰ ਤੱਕ ਹਜੇ ਕੁਛ ਇਹੋ ਜਿਹਾ ਕੁਛ ਪਹੁੰਚਿਆ ਨਹੀਂ ਹੈਗਾ। ਤੇ ਬਾਕੀ ਅੱਗੇ ਜਦੋਂ ਕੁਛ ਭੇਜਣਗੇ ਕੋਈ ਲੀਗਲੀ ਡਾਕੂਮੈਂਟ ਕੋਈ ਆਊਗਾ, ਫਿਰ ਉਸ ਤੋਂ ਅੱਗੇ ਕੇਸ ਲੜਨ ਦੇ ਲਈ ਮੇਰੇ ਵਕੀਲ ਹੈਗੇ ਨੇ ਪਰਜਿੰਦਰ ਸਿੰਘ ਲੰਬਾ ਜੀ। ਜਿੱਦਾਂ ਤੁਸੀਂ ਗੱਲ ਕੀਤੀ 15 ਜਣਿਆਂ ਦੇ ਕੇਸ ਪਾਇਆ, ਆਪਣਾ ਜੱਗੀ ਜੌਹਲ ਤੇ ਹੋਰ ਜਿਹੜੇ ਛੇਰੇ ਹੋਣੀ ਤੇ ਕਾਫੀ ਮਤਲਬ 7-8 ਨੌਜਵਾਨ ਜਿਹੜੇ ਫੜੇ ਹੋਏ ਆ, ਇੱਕ ਤੁਸੀਂ ਹੋ ਗਏ ਆਸਟ੍ਰੇਲੀਆ 'ਚ, ਹੋਰ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਆਸਟ੍ਰੇਲੀਆ 'ਚ ਹੋਰ ਵੀ ਕੋਈ ਨਾਂ ਹੈਗਾ ਜਾਂ ਤੁਹਾਡਾ ਇਕੱਲਿਆਂ ਦਾ ਹੀ ਹੈ? ਨਹੀਂ, ਆਸਟ੍ਰੇਲੀਆ 'ਚ ਇਹਨੇ ਮੇਰਾ ਹੀ ਨਾਮ ਲਿਆ, ਇਸ ਤੋਂ ਇਲਾਵਾ ਇਹਨੇ ਕੋਈ ਇਟਲੀ ਦੇ ਵਿੱਚ ਤੇ ਫਿਰ ਇੱਕ UK ਦੇ ਵਿੱਚ ਕੋਈ, ਇੱਕ ਪਾਕਿਸਤਾਨ ਦੇ ਵਿੱਚ, ਐਵੇਂ 4 ਬੰਦੇ ਇਹਨਾਂ ਨੇ ਕੀਤੇ ਨੇ, ਜਾਣੀ ਇੱਕ ਮੈਂ ਕੁੱਲ ਮਿਲਾ ਕੇ 4 ਜਣਿਆਂ ਦੇ ਨਵੇਂ ਨਾਂ ਕੱਢੇ ਨੇ ਵਿੱਚ, ਜਾਣੀ ਇਹ ਕੇਸ ਦੇ ਵਿੱਚ ਉਜਾਗਰ ਕੀਤੇ ਨੇ ਵੀ ਆਹ ਬੰਦੇ ਨੇ। ਨਾਮਾਂ ਦਾ ਪਤਾ ਕੌਣ ਹੈ ਜਾਂ ਤੁਸੀਂ ਪੜ੍ਹੇ ਆ ਨਾਂ ਕੌਣ ਕੌਣ ਹੈ? ਨਹੀਂ ਜੀ, ਮੈਂ ਨਾਮ ਤਾਂ ਜੀ ਹੁਣ ਮੈਨੂੰ ਸਾਰੇ ਚੇਤੇ ਨਹੀਂ ਹੈਗੇ, ਐਵੇਂ ਤੁਹਾਨੂੰ ਮੈਂ ਕਹਾਂ, ਤੇ ਨਾ ਮੇਰੇ ਕੋਲ ਇਸ ਸਮੇਂ ਲਿਸਟ ਆ, ਜਾਣੀ ਕੁੱਲ ਮਿਲਾ ਕੇ 15 ਨਾਮ ਨੇ ਤੇ 15ਵੇਂ ਨੰਬਰ ਤੇ ਮੇਰਾ ਨਾਮ ਆਉਂਦਾ ਆ। ਤੁਸੀਂ ਜ਼ਿੰਦਗੀ 'ਚ ਕਦੀ ਜਿਹੜੇ 15 ਨਾਂ ਜਿਨ੍ਹਾਂ 'ਤੇ ਕੇਸ ਪਾਏ ਗਏ ਆ ਇਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਜਾਂ ਤੁਸੀਂ ਇਹਨਾਂ ਨੂੰ ਕਦੀ ਮਿਲੇ ਜਾਂ ਜਾਣਦੇ ਆ ਕੋਈ ਗੱਲਬਾਤ ਹੈਗੀ ਹੈ? ਹਾਂ ਜੀ, ਬਿਲਕੁਲ ਵੀ ਨਹੀਂ, ਕੋਈ ਕਨੈਕਸ਼ਨ ਨਹੀਂ ਇਹਦੇ ਨਾਲ। ਤੇ ਬਿਲਕੁਲ ਝੂਠਾ ਕੇਸ ਹੈ ਤੁਸੀਂ ਇਹ ਕਹਿ ਰਹੇ ਹੋ? ਬਿਲਕੁਲ ਜੀ ਬਿਲਕੁਲ, ਮੈਂ ਕਹਿੰਦਾ ਜੀ ਬਰਗਾੜੀ ਕਾਂਡ ਦੇ ਸੰਬੰਧ ਵਿੱਚ ਸਾਡੇ ਕੋਲ ਤਕੜੇ ਸਬੂਤ ਨੇ। ਹਾਂਜੀ,
ਇੱਕ ਵਾਰ ਹਾਈ ਕੋਰਟ ਕੇਸ ਲੱਗ ਗਿਆ ਤਾਂ ਜਿਹੜੇ ਜਿਹੜੇ ਬੰਦਿਆਂ ਦੇ ਮੈਂ ਨਾਮ ਲਏ ਨੇ ਉਹ ਸਾਰੇ ਹੀ ਘੜੀ ਸੁਣੇ ਨੇ, ਤੇ ਇਹਨਾਂ ਨੂੰ ਪਤਾ ਲੱਗ ਗਿਆ। ਇਹਨੂੰ ਸਾਡੀ ਬਰਗਾੜੀ ਕੌਮ ਸੀ ਨੇ ਬੜਾ ਮੇਰਾ ਪਹਿਲਾਂ ਹਾਂਜੀ, ਕਹਿੰਦੇ ਵੀ ਇਹ ਪਤਾ ਜੰਗ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਦਾ ਕੇਸ ਨੂੰ ਬਹੁਤ ਵਾਰੀ ਤੁਸੀਂ ਸੋਸ਼ਲ ਮੀਡੀਆ ਤੇ ਦੱਸ ਵੀ ਚੁੱਕੇ, ਅੱਜ ਅਸੀਂ ਆਵਾਜ਼ੇ ਕੌਮ ਟੀਵੀ ਤੇ ਤੁਹਾਨੂੰ ਇੱਕ ਵਾਰੀ ਫੇਰ ਪੁੱਛਦੇ ਹਾਂ। ਤੁਸੀਂ ਕਿਸ ਦਾਅਵੇ ਨਾਲ ਕਹਿ ਰਹੇ ਆ ਵੀ ਤੁਹਾਡੇ ਕੋਲ ਸਬੂਤ ਆ ਤੇ ਜਿਹੜੇ ਮਤਲਬ ਭਾਰਤ ਦੇ ਵਿੱਚ ਜਿਹੜੀ ਪੁਲਿਸ ਆ ਜਾਂ ਪੰਜਾਬ ਸਰਕਾਰ ਆ ਉਹਨਾਂ ਨੂੰ ਉਹ ਸਬੂਤ ਮਿਲੇ ਨਹੀਂ, ਤੁਹਾਡੇ ਕੋਲ ਕਿੱਦਾਂ ਗਾ? ਸਬੂਤ ਜੀ, ਮੈਂ ਤਾਂ ਕਹਿੰਦਾ ਕਿ ਉਹਨਾਂ ਕੋਲ ਵੀ ਇਹ ਸਾਰੇ ਸਬੂਤ ਹੋਣਗੇ, ਠੀਕ ਜ਼ਰੂਰ ਹੋਣਗੇ। ਜਦੋਂ ਬਰਗਾੜੀ ਕਾਂਡ ਹੋਇਆ ਤਾਂ ਉਸ ਸਮੇਂ ਪੰਜਾਬ ਪੁਲਿਸ ਨੇ ਇਹ ਮੁੰਡੇ ਫੜੇ ਸੀ, ਰੁਪਿੰਦਰ ਤੇ ਜਸਵਿੰਦਰ, ਠੀਕ। ਤੇ ਸਾਡੀ ਕੌਮ ਨੇ ਹੀ ਉਸ ਸਮੇਂ ਕਹਿ ਲਓ ਜਿਹੜੇ ਮੂਹਰੇ ਬੰਦੇ ਹੋਏ ਫਿਰਦੇ ਸੀ ਉਹਨਾਂ ਨੇ ਕਹਿਤਾ ਲਓ ਜੀ ਸਿੱਖੇ ਫੜ ਲਏ, ਸਿੱਖਾਂ ਨੂੰ ਬਦਨਾਮ ਕਰਨ ਲੱਗੀ ਹੈ ਸਰਕਾਰ, ਤੇ ਫੜ ਫੜ ਕੇ ਤੇ ਇਹਨੇ ਰੌਲਾ ਪਾ ਕੇ ਨਾ ਉਹ ਮੁੰਡੇ ਛਡਵਾ ਲਏ ਸਾਰੇ। ਉਸ ਸਮੇਂ ਮੈਂ ਵੀ ਕਹਿੰਦਾ ਸੀ ਕਿ ਮੁੰਡੇ ਭਾਈ ਬੇਕਸੂਰ ਨੇ, ਉਂਝੋਂ ਰਗੜਨ ਲੱਗੇ ਨੇ ਇਹਨਾਂ ਨੂੰ, ਠੀਕ ਤੇ ਹੈ। ਫਿਰ ਹੌਲੀ ਹੌਲੀ ਕਰਦੇ ਕਰਾਉਂਦੇ ਮੈਂ ਬਹੁਤ ਬੰਦਿਆਂ ਤੋਂ ਸੁਣਿਆ ਬੰਦੇ ਕਹਿੰਦੇ ਸੀ ਬਈ ਇਹੀ ਦੋਸ਼ੀ ਨੇ। ਠੀਕ ਹੈ। ਉਸ ਸਮੇਂ ਤਾਂ ਸਰਕਾਰ ਤੇ ਦਬਾਅ ਪਾ ਲਿਆ, ਸਰਕਾਰ ਨੂੰ ਕੀ ਹੁੰਦਾ, ਸਰਕਾਰ ਨੂੰ ਕੁਰਸੀਆਂ ਪਿਆਰੀਆਂ ਹੁੰਦੀਆਂ ਨੇ, ਉਹ ਅਗਲੇ ਦੇਖ ਲੈਂਦੇ ਨੇ ਵੀ ਸਾਡੀ ਤਾਂ ਕੁਰਸੀ ਜਾਂਦੀ ਆ, ਅਗਲੇ ਨੇ ਛੱਡ ਕੇ ਆਓ ਕੀਤੇ ਪਰੇ। ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਵਿੱਚ ਕੀ ਹੋਇਆ, ਚਲੋ ਮੈਨੂੰ ਲੋਕਾਂ ਨੇ ਕਈ ਬੰਦੇ ਕਿਹਾ, ਸਿੰਘਾਂ ਨੇ ਕਿਹਾ ਵੀ ਇਹੀ ਬੰਦੇ ਦੋਸ਼ੀ ਨੇ, ਮੈਂ ਪਰ ਕਿਸੇ ਦੀ ਨਹੀਂ ਸੀ ਮੰਨੀ। ਪਰ ਜਿਹਦੀ ਇਹ ਜਦੋਂ ਇਹਦੀ ਰੁਪਿੰਦਰ ਦੀ ਵੀਡੀਓ ਆਈ ਆ ਨਾ ਨਵੀਂ, ਉਹ ਇਹ ਜਦੋਂ ਪਿੱਛੇ ਜੇ ਰੌਲਾ ਪਿਆ ਨੱਚਦਾ ਫਿਰਦਾ ਸੀਗਾ ਠੀਕ ਹੈ, ਤੇ ਚਿਰ ਜਿਹਾ ਗੀਤ ਤੇ, ਤਾਂ ਉਸ ਸਮੇਂ ਮੇਰਾ ਮੱਥਾ ਟਣ ਗਿਆ। ਕਹਿੰਦੇ ਮੈਂ ਸੋਚਿਆ ਵੀ ਇਹ ਤਾਂ ਕਹਿੰਦਾ ਸੀ ਮੇਰੀ ਰੀੜ ਦੀ ਹੱਡੀ ਟੁੱਟ ਗਈ, ਇਹ ਬੰਦਾ ਕਿਵੇਂ ਨੱਚ ਰਿਹਾ, ਜ਼ਿੰਦਗੀ ਭਰ ਚੱਲੇ ਨਹੀਂ ਸਕਦਾ। ਜਿਹੜੇ ਬੰਦੇ ਦੀ ਰੀੜ ਦੀ ਹੱਡੀ ਦਾ ਏਡਾ ਨੁਕਸ ਹੋਵੇ, ਅਸੀਂ ਦੇਖੇ ਹੀ ਨੇ ਮਰੀਜ਼, ਮੇਰੇ ਵੀ ਪੈਰ ਇੱਕ ਵਾਰ ਹੋਇਆ ਮਣ ਕੇ ਹਿੱਲ ਗਏ ਸੀਗੇ। ਸਾਨੂੰ ਪਤਾ ਚਲੋ ਮੇਰਾ ਤਾਂ ਮਾੜਾ ਮੋਟਾ ਸੀਗਾ, ਠੀਕ ਹੋ ਗਿਆ, ਪਰ ਇਹ ਜਿਹੜਾ ਜਿਹੜੇ ਹਿਸਾਬ ਨਾਲ ਇਹਦਾ ਸੀਗਾ, ਇਹ ਦਿਖਾਇਆ ਜਾ ਰਿਹਾ ਸੀ ਵੀ ਕ੍ਰੈਕ ਹੋ ਗਈ ਟੁੱਟ ਗਈ, ਉਹ ਬੰਦਾ ਤਾਂ ਸਾਰੀ ਜ਼ਿੰਦਗੀ ਨਹੀਂ ਨੱਚ ਸਕਦਾ ਐਵੇਂ। ਠੀਕ ਹੈ। ਇਹ ਤਾਂ ਜਿਹੜਾ ਇਹ ਜਿਹੜਾ ਰੋਗ ਹੁੰਦਾ ਰੀੜ ਦੀ ਹੱਡੀ ਦਾ, ਕਿਤੇ ਸੈੱਟ ਆਉਂਦਾ ਐਵੇਂ ਤਾਂ ਸਾਰੀ ਜ਼ਿੰਦਗੀ ਦਾ ਰੋਗ ਹੁੰਦਾ, ਇਹਦਾ ਪਰਹੇਜ਼ ਹੀ ਇਹ ਰੋਗ ਦਾ ਇਲਾਜ ਆ, ਤੇ ਜਿਹੜਾ ਬੰਦਾ ਨੱਚ ਰਿਹਾ ਉਹਦਾ ਕਾਹਦਾ ਪਰਹੇਜ਼ ਆ। ਤੇ ਮੈਨੂੰ ਉੱਥੋਂ ਸ਼ੱਕ ਹੋਇਆ, ਫਿਰ ਮੈਂ ਬੰਦਿਆਂ ਦੇ ਨਾਲ ਕੰਟੈਕਟ ਕੀਤੇ ਜਿਹੜੇ ਜਿਹੜੇ ਬੰਦੇ ਕਹਿੰਦੇ ਸੀ ਵੀ ਇਹ ਬੰਦੇ ਹਜੇ ਨੇ, ਤੇ ਜਦੋਂ ਫਿਰ ਗਾਹਾਂ ਗੱਲਾਂ ਸੁਣੀਆਂ ਸਾਰਿਆਂ ਦੀਆਂ, ਨਾ ਬੰਦਿਆਂ ਦੇ ਬਿਆਨ ਮੈਚ ਕਰਦੇ ਸੀ ਸਾਰਿਆਂ ਦੇ ਆਪਸ ਵਿੱਚ, ਕਿਸੇ ਦੇ ਬਿਆਨ 'ਚ ਵੀ ਐਂ ਫਰਕ ਨਹੀਂ ਸੀ ਵੀ ਇੱਕ ਬੰਦੇ ਨੇ ਕੁਛ ਹੋਰ ਗੱਲ ਕਹੀ ਦੂਜੇ ਨੇ ਹੋਰ ਕਹਿਤੀ, ਉਹ ਬੰਦਿਆਂ ਨੂੰ ਪਤਾ ਸੀਗਾ। ਤੇ ਫਿਰ ਇਸ ਤੋਂ ਅੱਗੇ ਫਿਰ ਮੈਨੂੰ ਰਿਕਾਰਡਿੰਗਾਂ ਮਿਲੀਆਂ ਇਹਨਾਂ ਦੀਆਂ, ਜਿਹੜੀ ਰਿਕਾਰਡਿੰਗ ਇੱਕ ਕਹਿੰਦੀ ਵਾਇਰਲ ਹੋਈ ਸੀਗੀ, ਉਹਦਾ ਮੈਨੂੰ ਪਤਾ ਲੱਗਿਆ ਵੀ ਫਲਾਣੇ ਬੰਦੇ ਕੋਲ ਪਈ ਆ ਰਿਕਾਰਡਿੰਗ, ਉਹ ਵੀ ਉਹਦਾ ਜ਼ਿਆਦਾ ਹਿੱਸਾ ਪਿਆ, ਉਦੋਂ ਵੀ ਜ਼ਿਆਦਾ ਪਈ ਆ ਉਹ ਬੰਦੇ ਕੋਲ। ਮੈਨੂੰ ਫਿਰ ਉਹ ਬੰਦਾ ਰਹੇਗਾ ਅਮੈਰੀਕਾ ਦੇ ਵਿੱਚ ਆ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਹਜੇ, ਠੀਕ ਆ, ਕੁਝ ਕਿਉਂਕਿ ਕੇਸ ਵੱਡਾ ਆ, ਐਵੇਂ ਆਪਾਂ ਨਾਮ ਕਿਸੇ ਦਾ ਨਹੀਂ ਲੈ ਸਕਦੇ। ਤੇ ਉਹਨਾਂ ਨੇ ਮੈਨੂੰ ਫਿਰ ਰਿਕਾਰਡਿੰਗ ਭੇਜੀ ਪੂਰੀ, ਉਹ ਇਸ ਤੋਂ ਇਲਾਵਾ ਮੇਰੇ ਕੋਲ ਹੋਰ ਵੀ ਦੋ ਰਿਕਾਰਡਿੰਗਾਂ ਆਈਆਂ, ਤੇ ਉਹ ਜਿਹੜੀਆਂ ਰਿਕਾਰਡਿੰਗਾਂ ਆਈਆਂ ਉਹਨਾਂ ਤੋਂ ਸਾਫ਼ ਪਤਾ ਚੱਲਦਾ ਸੀ ਬੰਦੇ ਇਹੀ ਦੋਸ਼ੀ ਨੇ, ਮੈਂ ਆਪਣੇ ਪੇਜ ਤੇ ਵੀ ਸ਼ੇਅਰ ਕੀਤੀਆਂ ਉਹ। ਇਸ ਤੋਂ ਇਲਾਵਾ ਫਿਰ ਜਿਹੜੀ ਰੀੜ ਦੀ ਹੱਡੀ ਸੀ, ਅਸੀਂ ਇਹਦੀਆਂ ਉਹ ਰਿਪੋਰਟਾਂ ਮੰਗੀਆਂ, ਭਾਈ ਰਿਪੋਰਟਾਂ ਦਾ ਉਹ ਕਿੱਥੇ ਨੇ, ਰਿਪੋਰਟਾਂ ਹੈ ਨਹੀਂ, ਜਿਹੜਾ ਸੱਚਾ ਹੋਵੇ ਅਗਲਾ ਤਾਂ ਠਾਪੇ ਨੇ ਰਿਪੋਰਟ, ਜਿਹਦੇ ਅੱਜ ਕੱਲ੍ਹ ਕੀ ਲੱਗਦਾ ਫੋਟੋਆਂ ਖਿੱਚੇ ਰਿਪੋਰਟਾਂ ਦੀਆਂ ਪਾ ਦੇਵੇ ਆਪਣੀ ਆਈਡੀ ਤੇ, ਹਾਂਜੀ ਪਾ ਸਕਦੇ ਹੋ, ਉਹ ਵੀ ਨਹੀਂ ਹੈਗੀਆਂ। 5 ਜਣਿਆਂ ਦਾ ਲਾਈ ਡਿਟੈਕਟਰ ਟੈਸਟ ਹੋਇਆ ਹੋਇਆ, 5 ਜਣਿਆਂ ਦਾ ਲਾਈ ਡਿਟੈਕਟਰ ਟੈਸਟ, ਇਹ 2 ਬੰਦੇ ਨਾ ਕਰ ਰਹੇ ਨੇ ਲਾਈ ਡਿਟੈਕਟਰ ਟੈਸਟ ਤੋਂ। ਤੇ ਹੋਰ ਸੁਣੋ, ਹੁਣ ਜਦੋਂ ਆਪਾਂ ਛਾਣਬੀਣ ਕਰਨ ਲੱਗ ਗਏ ਤਾਂ ਮੈਂ ਇਹਦੀਆਂ ਇੰਟਰਵਿਊਆਂ ਸੁਣੀਆਂ, ਤਾਂ ਜਿਹੜੇ ਬਿਆਨ ਸੀਗੇ ਬਰਗਾੜੀ ਕਾਂਡ ਦੇ ਸਮੇਂ ਜਦੋਂ ਇਹਨੂੰ ਸਰਕਾਰ ਤੋਂ ਇਹਨੇ ਛਡਵਾਇਆ, ਜਿਹੜੇ ਉਸ ਸਮੇਂ ਬਿਆਨ ਸੀ ਇਹਨਾਂ ਦੇ, ਤੇ ਹੁਣ ਕੁਝ ਮਹੀਨੇ ਪਹਿਲਾਂ ਜਿਹੜੀਆਂ ਇਹਦੀਆਂ ਇੰਟਰਵਿਊਜ਼ ਹੋਈਆਂ ਸੀਗੀਆਂ, ਉਹ ਬਿਆਨ ਨਹੀਂ ਆਪਸ 'ਚ ਮੈਚ ਕਰਦੇ, ਠੀਕ ਹੈ, ਸਾਰਾ ਮਾਮਲਾ ਹੀ ਗੜਬੜ ਹੋਇਆ ਫਿਰਦਾ ਸੀ। ਤੇ ਫਿਰ ਸਾਰਾ ਕੁਛ ਅਸੀਂ ਦੇਖਿਆ, ਇਹਦੇ ਕਨੈਕਸ਼ਨ ਦੇਖੇ, ਕਿਹੜੇ ਕਿਹੜੇ ਬੰਦਿਆਂ ਦੇ ਨਾਲ ਨੇ ਗਾ, ਉਹ ਬੰਦਿਆਂ ਦੇ ਕਿੱਥੇ ਤੱਕ ਕਨੈਕਸ਼ਨ ਨੇ, ਕਾਫੀ ਜ਼ੋਰ ਮਾਰਿਆ ਐਵੇਂ ਕਾਮ ਹੈ। ਤੇ ਪਰ ਫਾਈਨਲੀ ਤੀਰ ਐਨ ਨਿਸ਼ਾਨੇ ਤੇ ਲੱਗਿਆ, ਤੇ ਮੈਨੂੰ ਹਜੇ ਵੀ ਕੁਝ ਸਾਡੇ ਬੰਦੇ ਕਹਿੰਦੇ ਸੀ, ਕਹਿੰਦੇ ਦੇਖੀ ਕਿਤੇ ਕੋਈ ਗਲਤੀ ਤਾਂ ਨਹੀਂ ਕਰ ਰਿਹਾ, ਮੈਂ ਗਲਤੀ ਨਹੀਂ ਕਰ ਰਿਹਾ, ਐਡੇ ਕੱਚੇ ਬੰਦੇ ਨਹੀਂ ਹੈਗੇ, ਪੂਰਾ ਪੱਕਾ ਹੀ ਹੱਥ ਪਾਈਦਾ, ਜਦੋਂ ਪਾਈਦਾ ਤੇ ਜਦੋਂ ਮੇਰੇ ਤੇ ਹੋਏ ਨੇ ਕੇਸ, ਹੁਣ ਇਹਨਾਂ ਨੇ ਤਾਂ ਐਨ ਸਾਬਤ ਕਰਤਾ ਵੀ ਹਾਂ ਪੂਰਾ ਐਨ ਸਹੀ ਜਾ ਰਹੇ ਹਾਂ ਅਸੀਂ। ਤੁਸੀਂ ਮਤਲਬ ਦਾਅਵੇ ਨਾਲ ਕਹਿ ਸਕਦੇ ਕਿ ਤੁਹਾਡੇ ਤੇ ਕੇਸ ਪਾਉਣ ਦਾ ਕਾਰਨ ਇਹ ਇਹ ਲੋਕ ਆ, ਇਹਨਾਂ ਨੇ ਪਵਾਏ ਆ ਜਾਂ ਮਤਲਬ ਸਰਕਾਰ ਨੇ ਪਾਏ? ਇਹ ਜੀ ਬੰਦਿਆਂ ਦੇ ਸਰਕਾਰਾਂ ਨਾਲੇ ਹੱਥ ਨੇ, ਸਰਕਾਰ ਦੇ ਬੰਦੇ ਨੇ, ਸਰਕਾਰ ਨੇ ਬਚਾਉਣੀ ਨੇ, ਇਸ ਕਰਕੇ ਇਹਨਾਂ ਨੇ, ਮੈਂ ਦਾਅਵੇ ਨਾਲ ਕਹਿੰਦਾ ਜੀ
ਸਿੰਗਰਾਂ ਦੀ ਅੱਡੀ ਪਹੁੰਚ ਨਹੀਂ ਹੈਗੀ ਵੀ ਐਨ ਆਈ ਏ ਤੋਂ ਕਹਿ ਕੇਸ ਪਵਾ ਦੇਣ, ਕਿਸੇ ਸਿੰਗਰ ਦੀ ਅੱਡੀ ਪਹੁੰਚ ਨਹੀਂ ਹੈਗੀ। ਐਨ ਆਈ ਏ ਟੌਪ ਦੀ ਇੰਟੈਲੀਜੈਂਸ ਏਜੰਸੀ ਆ, ਠੀਕ, ਤੇ ਉਹਨੇ ਜੀ ਉਹਦੇ ਵਿੱਚ ਮੇਰਾ ਨਾਮ ਬਸ ਧੱਕੇ ਨਾਲੇ ਪਾਇਆ ਗਿਆ। ਮੈਨੂੰ ਫਰੇਮਿੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ, ਹੋਰ ਕੋਈ ਚੱਕਰ ਨਹੀਂ, ਬਸ ਇਹਨਾਂ ਦਾ ਇਹ ਵੀ ਬੰਦੇ ਨੂੰ ਇਹਨੂੰ ਡਰਾ ਲਈਏ, ਅਸੀਂ ਦਬਕਾ ਲਈਏ, ਬਸ ਇਹਨੂੰ ਘਰੇ ਬਿਠਾ ਦਈਏ ਵੀ ਬਰਗਾੜੀ ਕਾਂਡ ਦੇ ਸੰਬੰਧ ਵਿੱਚ ਅੱਗੇ ਨਾ ਬੋਲੇ। ਇੱਕ ਆਪਾਂ ਨੂੰ ਸਵਾਲ ਆਇਆ ਤੁਹਾਡੇ ਵਾਸਤੇ ਮਨਪ੍ਰੀਤ ਸਿੰਘ ਪਟੋਰੀ ਦਾ, ਹਾਂਜੀ, ਜੇ ਤੁਸੀਂ ਇੰਡੀਆ ਤੁਹਾਨੂੰ ਜਾਂਦੇ ਆ ਤੇ ਤੁਹਾਡੇ ਨਾਲ ਕੀ ਹੋ ਸਕਦਾ? ਮੈਂ ਤਾਂ ਇਹ ਸੋਚਦਾ ਵੀ ਕੀ ਨਹੀਂ ਹੋ ਸਕਦਾ, ਕਸਟਡੀ ਦੇ ਵਿੱਚ ਮਾਰ ਵੀ ਸਕਦੇ ਨੇ, ਛੱਡਣਾ ਤਾਂ ਹੈ ਨਹੀਂ, ਇਹਨੇ ਸਾਰੀ ਉਮਰ ਨਹੀਂ ਜੇਲ੍ਹ ਚੋਂ ਨਿਕਲਣ ਦਿੰਦੇ ਜੇ ਜਿਉਂਦਾ ਵੀ ਰਹਾ, ਉਹ ਤਾਂ ਮਾਰਨ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਜਿਹੜਾ ਬੰਦੇ ਨੂੰ ਬੋਲਣ ਦਾ ਢੰਗ ਹੋਵੇ ਨਾ, ਜਿਹੜਾ ਬੰਦਾ ਬੁਲਾਰਾ ਹੋਵੇ, ਹਾਂਜੀ, ਉਹਦੀ ਆਵਾਜ਼ ਉਦੋਂ ਹੀ ਦੱਬਿਆ ਜਾ ਸਕਦਾ ਜਦੋਂ ਉਹਦੇ ਸਰੀਰ ਦੇ ਵਿੱਚ ਪ੍ਰਾਣ ਨਾ ਬਚਣ, ਨਹੀਂ ਤਾਂ ਬੰਦਾ ਚਾਹੇ ਜੇਲ੍ਹ 'ਚ ਵੀ ਬੈਠਾ ਉਹਦੀ ਆਵਾਜ਼ ਫਿਰ ਵੀ ਪਹੁੰਚਦੀ ਹੁੰਦੀ ਹੈ ਦੂਰ ਦੂਰ ਤੱਕ, ਸੋ ਉਹ ਤਾਂ ਮਾਰ ਸਕਦੇ ਨੇ ਜੀ, ਮੈਂ ਸਿੱਧੀ ਗੱਲ ਕਹਿੰਦਾ ਆ, ਮਾਰਨ ਗਈ ਉਹਨਾਂ ਦਾ, ਹੋਰ ਤਾਂ ਉਹਨਾਂ ਦਾ ਕੋਈ ਇਹੋ ਜਿਹਾ ਇਰਾਦਾ ਹੋ ਨਹੀਂ ਬਸ ਮੈਨੂੰ ਜੇਲ੍ਹ 'ਚ ਬਿਠਾ ਕੇ ਰੱਖਣ, ਕਿਉਂਕਿ ਉਹ ਜਿੰਨੇ ਵੀ ਆਰੋਪ ਲਾਏ ਹੋਏ ਨੇ ਉਹ ਤਾਂ ਝੂਠੇ ਨੇ, ਉਹਨਾਂ ਨੇ ਤਾਂ ਇੱਕ ਨਾ ਇੱਕ ਮੈਨੂੰ ਉੱਥੇ ਗ੍ਰਿਫਤਾਰ ਵੀ ਕਰ ਲੈਂਦੇ ਨੇ, ਮੈਨੂੰ ਜੇਲ੍ਹ 'ਚ ਵੀ ਬੰਦ ਕਰ ਲੈਂਦੇ ਨੇ, ਉਹਨੇ ਤਾਂ ਇੱਕ ਦਿਨ ਝੂਠੇ ਸਾਬਤ ਹੋਣਾ ਹੀ ਆ, ਬਾਹਰ ਤਾਂ ਆਉਣਾ ਹੀ ਆ, ਪਰ ਉਹ ਬਾਹਰ ਤਾਂ ਕੱਢਣਾ ਚਾਹੁੰਦੇ ਨਹੀਂ ਸਾਡੇ ਵਰਗੇ ਨੌਜਵਾਨਾਂ ਨੂੰ, ਜਿਹੜੇ ਕੌਮ ਦੇ ਹੱਕਾਂ ਦੀ ਗੱਲ ਕਰਦੇ ਨੇ, ਸਾਡੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ, ਤੇ ਫਿਰ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਕੀ ਕਰਨਾ ਹੁੰਦਾ, ਬੰਦੇ ਦੀ ਮੌਤ ਦਾ ਫਿਰ ਤਾਂ ਇਹ ਆ। ਹਾਂਜੀ ਗੁਰਜੰਟ ਸਿੰਘ ਜੀ, ਤੁਸੀਂ ਗੱਲ ਆਪਾਂ ਜਿੱਦਾਂ ਬਰਗਾੜੀ ਦੀ ਕਰਦੇ ਸੀ ਵਿੱਚ, ਆਪਾਂ ਨੂੰ ਸਵਾਲ ਆਪਾਂ ਉਹ ਵੀ ਗੱਲ ਕੀਤੀ ਆ, ਤੇ ਤੁਹਾਡੇ ਮਨ ਦੇ ਵਿੱਚ ਕੋਈ ਡਰ ਜਾਂ ਮਨ ਘਬਰਾ ਗਿਆ ਹੋਵੇ ਵੀ ਮੈਂ ਜਿਹੜੇ ਮਸਲੇ ਚੁੱਕੇ ਸੀ ਯਾਰ ਹੁਣ ਮੇਰੇ ਪਰਿਵਾਰ ਨੂੰ ਤੰਗ ਕਰ ਸਕਦੇ ਆ, ਜਾਂ ਮਤਲਬ ਮੈਂ ਬਾਹਰ ਬੈਠਾ ਹਾਂ ਤੁਹਾਡੇ 'ਤੇ ਕੋਈ ਹਮਲਾ ਵੀ ਕਰਵਾ ਸਕਦੇ ਆ, ਜਾਂ ਤੁਹਾਨੂੰ ਕਿਸੇ ਇੱਥੇ ਵੀ ਕੇਸ ਦੇ ਵਿੱਚ ਹੋਰ 'ਚ ਫਸਾ ਸਕਦੇ ਆ, ਇੱਦਾਂ ਦਾ ਮਨ ਦੇ ਵਿੱਚ ਤਾਂ ਨਹੀਂ ਆਉਂਦਾ ਵੀ ਫਿਰ ਤੁਸੀਂ ਮਤਲਬ ਜਿਹੜਾ ਮੂਵਮੈਂਟ ਚੱਕੀ ਆ ਜਿਹਦੇ ਵੱਲੋਂ ਤੁਰੇ ਆ ਵੀ ਉਹਨੂੰ ਬੰਦ ਕਰ ਦਿਓ? ਨਾ ਜੀ ਨਾ, ਦੇਖੋ ਜੀ ਜਦੋਂ ਅੰਮ੍ਰਿਤ ਛਕਦੇ ਹਾਂ ਆਪਾਂ ਤਾਂ ਫਿਰ ਆਪਾਂ ਜਿਹੜਾ ਸੀਸ ਆ ਨਾ ਆਪਣਾ ਇਹ ਗੁਰੂ ਦਾ ਹੋ ਜਾਂਦਾ, ਠੀਕ ਹੈ, ਜਦੋਂ ਵੀ ਮੈਂ ਰਾਹ ਤੇ ਤੁਰਿਆ ਆਪਣੀ ਲਾਈਫ ਦੇ ਵਿੱਚ, ਇਹ ਤਾਂ ਮੈਂ ਪਹਿਲਾਂ ਹੀ ਸੋਚ ਲਿਆ ਸੀ ਕਿ ਮੈਨੂੰ ਇਹਨਾਂ ਇਹ ਇਹੋ ਜਿਹੀਆਂ ਮੁਸ਼ਕਲਾਂ ਆਉਣੀਆਂ ਨੇ, ਠੀਕ ਹੈ, ਚਲੋ ਆਪਾਂ ਨੂੰ ਟਾਈਮ ਤਾਂ ਨਹੀਂ ਪਤਾ ਹੁੰਦਾ ਕਿ ਕਿਹੜੇ ਟਾਈਮ ਤੇ ਆ ਜਾਣ, ਪਰ ਇੰਨਾ ਕੁ ਤਾਂ ਸਾਡਾ ਮਨ ਪਹਿਲਾਂ ਹੀ ਪ੍ਰਪੱਕ ਆ ਕਿ ਇਹੋ ਇਹ ਜਿਹੜੀਆਂ ਮੁਸ਼ਕਲਾਂ ਨੇ ਇਹਨਾਂ ਦਾ ਸਾਹਮਣਾ ਕਰਨਾ ਹੀ ਪੈਣਾ, ਜਦੋਂ ਆਪਾਂ ਸੱਚ ਦੀ ਗੱਲ ਕਰਾਂਗੇ ਤਾਂ ਸਭ ਤੋਂ ਪਹਿਲੀ ਗੱਲ ਆ ਸਾਡੇ ਹੀ ਲੋਕ ਪਹਿਲਾਂ ਲੱਤਾਂ ਖਿੱਚਣ ਆ ਜਾਂਦੇ ਨੇ, ਸਰਕਾਰਾਂ ਨੇ ਤਾਂ ਖਿੱਚਣੀ ਖਿੱਚਣੀਆਂ ਨੇ, ਠੀਕ ਹੈ, ਸੋ ਇਹ ਬੜਾ ਔਖਾ ਹੁੰਦਾ ਆਪਣੇ ਜਦੋਂ ਜਿਹੜੇ ਟਾਈਮ ਆਪਾਂ ਲੋਕਾਂ ਦੇ ਨਾਲ ਆਪਣੇ ਖੁਦ ਦੇ ਲੋਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹੋਈਏ, ਆਪਣੇ ਲੋਕ ਆਪਣੇ ਵਿਰੁੱਧ ਹੋਣ ਦੇ ਉੱਪਰੋਂ ਸਰਕਾਰਾਂ ਵੀ ਇਹੋ ਜਿਹੀਆਂ ਮਾਰਾਂ ਮਾਰਨ ਲੱਗ ਜਾਣ, ਪਰ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਸਿੰਘ ਚੜ੍ਹਦੀ ਕਲਾ 'ਚ ਜੀ, ਮੈਨੂੰ ਕੋਈ ਪਰਵਾਹ ਨਹੀਂ ਹੈਗੀ, ਸਾਡੇ ਗੁਰੂ ਸਾਹਿਬ ਨੇ ਸਾਡੇ ਖਾਤਰ ਪਰਿਵਾਰ ਵਾਰ ਤਾਂ, ਸਾਡਾ ਵੀ ਚਲੇ ਜਾਊਗਾ ਤਾਂ ਕੋਈ ਗੱਲ ਨਹੀਂ, ਪਰ ਜ਼ੁਲਮ ਮੂਹਰੇ ਸਿਰ ਨਹੀਂ ਝੁਕਾਉਣਾ। ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ੇਰ ਵੀ ਆ, ਸੇਵਾ ਜਿੰਦੜੀ ਹੈ ਕੌਮ ਦੀ, ਬੜੀ ਔਖੀ ਗੱਲਾਂ ਕਰਨੀਆਂ ਢੇਡ ਸਿਕੱਲੀਆਂ ਨੇ, ਜਿਹਨਾਂ ਦੇ ਸੇਵਾ ਦੇ ਵਿੱਚ ਪੈਰ ਧਰਿਆ ਨਹੀਂ ਲੱਖ ਮੁਸੀਬਤਾਂ ਝੱਲੀਆਂ ਨੇ, ਪਰ ਜਦੋਂ ਮੁਸੀਬਤ ਜਿਹਦੇ 'ਤੇ ਪੈਂਦੀ ਆ ਉਦੋਂ ਲੋਕ ਪਰਖੇ ਜਾਂਦੇ ਆ। ਹੁਣ ਤੁਸੀਂ ਕੌਮ ਨੂੰ ਮਤਲਬ ਤੁਹਾਡੇ ਨਾਲ ਖੜੀ ਆ ਜਾਂ ਕਿ ਤੁਹਾਡੇ ਤੋਂ ਪਿੱਛੇ ਹਟ ਰਹੀ ਆ ਜਾਂ ਨਾਲ ਜੁੜ ਰਹੀ ਹੈ? ਨਾਲ ਜੁੜ ਰਹੀ ਆ ਜੀ, ਮੈਂ ਤਾਂ ਕਹੂੰਗਾ ਬੜਾ ਵਧੀਆ ਰਿਸਪੋਂਸ ਮਿਲਿਆ, ਕਿਉਂਕਿ ਬਹੁਤ ਜ਼ਿਆਦਾ ਕਹਿ ਲਓ ਵਿੱਚ ਸ਼ਰਾਰਤੀ ਅਨਸਰ ਨੇ ਨਾ ਜਿਹੜੇ, ਉਹ ਬੜਾ ਕਹਿ ਲਓ ਤਕੜੀ ਚਾਲ ਖੇਡਦੇ ਨੇ, ਉਹਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਬੰਦੇ ਨੂੰ ਇਹਨੂੰ ਬਦਨਾਮ ਕਰ ਦਿਉ, ਕਹਿ ਦਿਉ ਜੀ ਏਜੰਸੀਆਂ ਦਾ ਬੰਦਾ ਆ ਬੂਆ, ਕਿਉਂਕਿ ਸਾਡੇ ਆਮ ਜੋ ਸੰਗਤ ਆ ਨਾ ਸਾਡੀ ਉਹਨੂੰ ਬਹੁਤੀ ਨੌਲੇਜ ਹੈ ਨਹੀਂ ਗੀ, ਤੇ ਇੱਥੇ ਜਿਹੜਾ ਪੇਜਾਂ ਦਾ ਮਾਫੀਆ ਬਣਿਆ ਹੋਇਆ ਨਾ ਫੇਸਬੁੱਕ ਤੇ ਘਟੀਆ ਬੰਦਿਆਂ ਦਾ, ਇਹ ਬੰਦੇ ਨੂੰ ਜਦੇ RSS ਦਾ ਏਜੰਟ ਆ, ਫਲਾਣੇ ਦਾ ਏਜੰਟ ਆ ਗਿਆ ਜੀ, ਬਾਦਲਾਂ ਦਾ ਆ ਗਿਆ ਜੀ, ਫਲਾਣੇ ਦਾ ਧੂਮੇ ਦਾ ਸਾਥੀ ਆ ਗਿਆ ਜੀ, ਬਸ ਇਹ ਜਿਹੀਆਂ ਗੱਲਾਂ ਕਰ ਕਰਕੇ ਸੰਗਤ ਨੂੰ ਗੁੰਮਰਾਹ ਕਰ ਦਿੰਦੇ ਨੇ, ਸੰਗਤ ਦੇਖਦੀ ਹੈ ਵੀ ਇੰਨੀ ਹਵਾ ਬਣ ਰਹੀ ਹੈ ਇਹਦੇ ਅਗੇਂਸਟ ਵੀ ਜ਼ਰੂਰ ਕੁਛ ਨਾ ਕੁਛ ਗਲਤ ਹੋਊਗਾ, ਪਰ ਜਦੋਂ ਹੁਣ ਤਾਂ ਕੇਸ ਇਹ ਪੈ ਗਏ, ਫਿਰ ਤਾਂ ਹੁਣ ਆ ਦੂਜੇ ਜਿਹੜੇ ਵਿਰੋਧੀ ਸੀਗੇ ਇਹਦੇ ਆਪੇ ਦੰਦ ਜੁੜ ਗਏ, ਹੁਣ ਤਾਂ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਗਿਆ, ਮੈਨੂੰ ਕਹਿੰਦੇ ਸੀ RSS ਦਾ ਏਜੰਟ ਆ, ਤੇ ਆ ਜਿਹੜਾ ਮੇਰੇ ਤੇ ਪਹਿਲਾ ਕੇਸ ਪਾਇਆ NIA ਵਾਲਿਆਂ ਨੇ ਉਹ RSS ਦੇ ਬੰਦੇ ਨੂੰ ਮਾਰਨ ਦਾ ਪਾਇਆ, ਅੱਛਾ ਜੀ, ਇਹ ਕਹਿੰਦੇ RSS ਦਾ ਏਜੰਟ ਆ, ਜਿਹੜੀ ਸੰਗਤ ਗੁੰਮਰਾਹ ਕੀਤੀ ਹੋਈ ਸੀਗੀ ਇਹਨਾਂ ਨੇ, ਉਹ ਬੜਾ ਵਧੀਆ ਹੁਣ ਰਿਸਪੋਂਸ ਮਿਲਿਆ ਉਹਨਾਂ ਤੋਂ ਸਾਰਿਆਂ ਤੋਂ, ਉਹਨੂੰ ਪਤਾ ਲੱਗ ਗਿਆ ਕਿ ਬੰਦਾ ਭਾਈ ਸਾਡਾ ਹੀ ਆ।
ਸਿੱਖ ਯੂਥ ਫੈਡਰੇਸ਼ਨ ਜਿਹੜੀ ਤੁਸੀਂ ਸੰਸਥਾ ਦੇ ਮੁਖੀ ਵੀ ਆ, ਇਹ ਕੀ ਨਹੀਂ, ਕੰਮ ਕਰਦੀ ਆ? ਹਾਂਜੀ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ। ਹਾਂਜੀ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਿਹੜੀ ਇਹ ਸੰਸਥਾ ਪੰਜਾਬ ਦੇ ਵਿੱਚ, ਇਹਨਾਂ ਦੇ ਦੋ ਬੰਦੇ ਮਤਲਬ ਤੁਹਾਡੇ ਨਾਲ ਸੰਬੰਧਿਤ ਹੋ ਚੁੱਕੇ ਵੀ ਆ, ਵੀ ਉਹਨਾਂ 'ਤੇ ਵੀ ਇਹੀ ਦੋਸ਼ ਲਾਏ ਗਏ ਆ। ਮਤਲਬ ਕੰਮ ਕੀ ਕਰਦੀ ਆ ਤੁਸੀਂ ਪੰਜਾਬ ਦੇ ਵਿੱਚ, ਕਿਸ ਤਰ੍ਹਾਂ ਵਿਚਰ ਰਹੀ ਆ? ਹਾਂਜੀ, ਐਕਚੁਅਲੀ ਗੱਲ ਇਹ ਆ ਕਿ ਜਿਹੜੇ ਉਹ ਦੋ ਬੰਦੇ ਚੱਕੇ ਨੇ ਉਹ ਆਪਣੀ ਜਥੇਬੰਦੀ ਨਾਲ ਸੰਬੰਧਿਤ ਨਹੀਂ ਹੈਗੇ, ਇੰਟਰਨੈਸ਼ਨਲ ਅੱਛਾ ਸਿੱਖ ਜੀ, ਫੈਡਰੇਸ਼ਨ ਨਾਲ। ਉਹ ਤਾਂ ਆਪਾਂ ਨੂੰ ਫਸਾਉਣ ਦੀ ਖਾਤਰ ਉਹਨੂੰ ਵਿਚਾਰੇ ਕੋਈ ਚੱਕ ਲੈ ਕਿਸੇ ਪਿੰਡ ਦੇ, ਉਹਨੂੰ ਧੱਕੇ ਨਾਲੇ ਕਹਿ ਤੋ ਕਹਿ ਦਿੰਦੀ ਸਰਕਾਰ, ਤੁਹਾਨੂੰ ਪਤਾ ਹੀ ਆਪਣੇ ਨਾਲ ਕੀ ਕੁਛ ਹੁੰਦਾ ਉੱਥੇ, ਕਿਸੇ ਬੰਦੇ ਨੂੰ ਫਸਾਉਣਾ ਹੁੰਦਾ ਉਹਨੂੰ ਮੁੰਡਿਆਂ ਨੂੰ ਦੋ ਨੂੰ ਫੜ ਕੇ ਉਹਨੂੰ ਜਦੇ ਕੁਛ ਵੀ ਕਹਿ ਲਓ ਟੋਰਚਰ ਕਰਕੇ ਕੁਛ ਵੀ ਕਹਾ ਦਿੰਦੇ ਨੇ। ਤੇ ਆਪਣੀ ਜਥੇਬੰਦੀ ਦਾ ਜੀ ਮੇਨ ਕੰਮ ਤਾਂ ਇਹੀ ਆ ਕਿ ਲੱਚਰਤਾ ਦੇ ਖਿਲਾਫ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਜਾਂ ਪਿੰਡ ਲੈਵਲ ਤੇ ਕਿਤੇ ਗੱਲ ਕਰਕੇ, ਜਾਂ ਅਸੀਂ ਪਿੱਛੇ ਜੇ ਇੱਕ ਆਪਣੇ ਲੈਵਲ ਤੇ ਇੱਕ ਰੋਸ ਮਾਰਚ ਵੀ ਕੱਢਿਆ ਸੀ ਲੱਚਰਤਾ ਦੇ ਖਿਲਾਫ, ਇਸ ਤਰ੍ਹਾਂ ਦੇ ਕਾਰਜ ਕਰ ਰਹੇ ਹਾਂ। ਤੇ ਆਪਾਂ ਇਸ ਤੋਂ ਇਲਾਵਾ ਕੁਝ ਗਰੀਬਾਂ ਦੀ ਹੈਲਪ ਵੀ ਕੀਤੀ ਆ ਪਿੱਛੇ ਜੇ, ਪਰ ਸਾਨੂੰ ਫਿਰ ਸੀਏ ਸਟਾਫ ਵਾਲੇ ਜਾਂ ਹੋਰ ਪੁਲਿਸ ਵਾਲੇ ਕਹਿਣ ਲੱਗ ਗਏ ਕਿ ਤੁਸੀਂ ਬਾਹਰੋਂ ਪੈਸੇ ਮੰਗਵਾਉਂਦੇ ਹੋ, ਇਹ ਕੰਮ ਬੰਦ ਕਰੋ। ਤਾਂ ਆਪਾਂ ਜਦੇ ਫਿਰ ਬੰਦ ਵੀ ਕਰਤਾ ਸੀਗਾ, ਅਸੀਂ ਕਦੇ ਬਿਲਕੁਲ ਕਾਨੂੰਨੋਂ ਬਾਹਰ ਨਹੀਂ ਹੋਏ। ਸਾਨੂੰ ਜਿਵੇਂ ਪੁਲਿਸ ਨੇ ਜੇ ਕਿਹਾ ਭਾਈ ਤੁਸੀਂ ਆਹ ਕੰਮ ਨਹੀਂ ਕਰਨਾ, ਤਾਂ ਆਪਾਂ ਜਦੇ ਰੋਕਦਾ ਸੀ, ਪਹਿਲਾਂ ਕੰਮ ਸ਼ੁਰੂ ਕੀਤਾ ਸੀਗਾ ਕਿ ਪਿੰਡਾਂ ਦੇ ਵਿੱਚ ਕਲਾਸਾਂ ਲਾਉਣੀਆਂ ਨੇ, ਗੁਰਮਤਿ ਕਲਾਸਾਂ, ਕਿ ਹਰੇਕ ਪਿੰਡ ਦੇ ਵਿੱਚ ਜਿਹੜਾ ਟੀਚਰ ਹੋਊਗਾ ਉਹਨੂੰ ਉਹੀ ਪਿੰਡ ਦੇ NRI 10,000 ਰੁਪਇਆ ਮਹੀਨੇ ਦਾ ਭੇਜਿਆ ਕਰਨਗੇ। ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਮੈਂ ਦਾਅਵੇ ਨਾਲ ਕਹਿੰਦਾ ਜੇ ਸਾਨੂੰ ਸਰਕਾਰ ਨਾ ਰੋਕਦੀ ਤਾਂ ਹੁਣ ਨੂੰ ਮੈਂ 300 ਤੋਂ ਲੈ ਕੇ 400 ਪਿੰਡ ਦੇ ਵਿੱਚ ਵਿੱਚ ਕਵਰ ਕਰ ਜਾਣਾ ਸੀਗਾ। ਪਰ ਸਾਨੂੰ 2017 ਦੇ ਵਿੱਚ ਜਦੋਂ ਮਾਰਚ ਮਹੀਨੇ ਜਥੇਬੰਦੀ ਹੋਂਦ ਵਿੱਚ ਆਈ ਆ, ਬੜਾ ਤੇਜ਼ੀ ਨਾਲ ਕੰਮ ਚੱਲਿਆ। 57 ਜ਼ਿਲ੍ਹਿਆਂ ਦੇ ਤਹਿਸੀਲਾਂ ਦੇ ਉੱਤੇ ਅਸੀਂ ਪ੍ਰਧਾਨ ਲਾਤੇ ਸੀ, ਤਹਿਸੀਲਾਂ ਤੇ ਜ਼ਿਲ੍ਹਿਆਂ ਨੇ ਮਿਲਾ ਕੇ ਕੁੱਲ 57 ਸੀਗੇ ਸੇਵਾਦਾਰ ਮੁੱਖ ਪੰਜਾਬ ਦੇ ਵਿੱਚ। ਪਰ ਉਹ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਤਾਂ ਜਦੇ ਇੰਟੈਲੀਜੈਂਸ ਬਿਊਰੋ ਵਾਲੇ ਤੇ ਹੋਰ ਸੀਏ ਸਟਾਫ ਵਾਲੇ ਇਹ ਲਾਗੇ ਕਹਿਣ ਕਿ ਵੀ ਇਹ ਕੰਮ ਨਹੀਂ ਅਸੀਂ ਚੱਲਣ ਦੇਣਾ, ਬਾਹਰੋਂ ਪੈਸੇ ਆਉਣਗੇ, ਤੁਸੀਂ ਗਲਤ ਕੰਮ ਕਰੇਂਗੇ, ਉਹ ਸਾਨੂੰ ਕੀ ਪਤਾ ਤੁਸੀਂ ਬੱਚਿਆਂ ਨੂੰ ਕੀ ਸਿਖਾਉਣਾ, ਤੇ ਇਹਨੇ ਕਈ ਮੁੰਡਿਆਂ ਦੀਆਂ ਇਨਕੁਆਇਰੀਆਂ ਕੀਤੀਆਂ, ਤੇ ਇਸ ਕਰਕੇ ਫਿਰ ਚਲੋ ਸਾਨੂੰ ਉਹ ਕੰਮ ਵੀ ਰੋਕਣਾ ਪਿਆ। ਜਾਣੀ ਬੜਾ ਔਖਾ ਸਰਵਾਈਵ ਕਰਨਾ ਆ ਉੱਥੇ ਜੀ, ਐਡਾ ਆਸਾਨ ਨਹੀਂ ਹੈਗਾ ਜਥੇਬੰਦੀ ਚਲਾਉਣੀ ਪੰਜਾਬ ਦੇ ਵਿੱਚ। ਤੇ ਸਾਡਾ ਮੇਨ ਕੰਮ ਇਹੀ ਆ ਕਿ ਲੱਚਰਤਾ ਦੀ ਵਿਰੋਧਤਾ ਕਰਨੀ ਆ ਅਸੀਂ, ਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ। ਵੈਸੇ ਤਾਂ ਮੈਂ ਸਵਾਲ ਪੁੱਛ ਚੁੱਕਾ, ਲੇਕਿਨ ਹਰਵਿੰਦਰ ਸਿੰਘ ਹੁਣਾਂ ਦਾ ਇੱਕ ਸਵਾਲ ਆਇਆ ਸੀ ਕਿ ਭਾਈ ਗੁਰਜੰਟ ਸਿੰਘ ਜੀ, ਹੁਣ ਵੀ ਜਿਹੜਾ ਬਰਗਾੜੀ ਵਾਲਾ ਕੇਸ ਆ ਉਸਦੇ ਉਸ ਮਸਲੇ 'ਤੇ ਕੰਮ ਕਰਦੇ ਰਹਿਣਗੇ, ਉਹਨੂੰ ਅੱਗੇ ਲਿਜਾਣਗੇ, ਕੋਰਟ ਦੇ ਵਿੱਚ ਚੈਲੰਜ ਕਰਨਗੇ? ਹਾਂਜੀ ਹਾਂਜੀ, ਕਰਨਾ ਜੀ ਜ਼ਰੂਰ ਕਰਨਾ, ਇਹ ਤੋਂ ਕਿੱਥੇ ਪਿੱਛੇ ਹਟ ਜਾਵਾਂਗੇ ਅਸੀਂ। ਇਹ ਗੱਲ ਜ਼ਰੂਰ ਆ ਕਿ ਪਹਿਲਾਂ ਮੇਰੇ ਨਾਂ 'ਤੇ ਕੇਸ ਚੱਲਣਾ ਸੀਗਾ ਉੱਥੇ, ਹੁਣ ਮੇਰੇ ਨਾਂ 'ਤੇ ਨਹੀਂ ਚੱਲੂਗਾ, ਹੋਰ ਕਿਸੇ ਦੇ ਨਾਂ 'ਤੇ ਚੱਲੂਗਾ। ਪਰ ਬੰਦੇ ਤਾਂ ਸਿੰਘ ਤਾਂ ਤਿਆਰ ਵਰ ਤਿਆਰ ਨੇ, ਗੁਰੂ ਦੀ ਖਾਤਰ ਕਿਹੜਾ ਪਿੱਛੇ ਹਟ ਜੂਗਾ। ਵਧੇਰੇ ਸਿੰਘ ਨੇ ਮੈਨੂੰ, ਸਾਨੂੰ ਪਤਾ ਹੀ ਸੀ ਪਹਿਲਾਂ ਕੋਈ ਨਾ ਕੋਈ ਇਹੋ ਜਿਹੀ ਮੁਸ਼ਕਲ ਆ ਸਕਦੀ ਆ, ਤੇ ਬੰਦੇ ਹੈਗੇ ਨੇ ਸਾਡੇ ਕੋਲ ਹੁਣ, ਜਾਣੀ ਕੇਸ ਦਾ ਕੋਈ ਸਬੂਤ ਸਾਡੇ ਕੋਲ ਸਾਰੇ ਹੈਗੇ ਹੀ ਨੇ, ਕਰਾਂਗੇ ਅਸੀਂ, ਇੱਥੋਂ ਨਹੀਂ ਪਿੱਛੇ ਹਟਦੇ। ਜਿਹੜੇ ਕੰਮ ਕਰਕੇ ਜੀ ਐਡੇ ਐਡੇ ਕੇਸ ਪੈ ਗਏ, ਹੁਣ ਅਸੀਂ ਹੁਣ ਉਹਨਾਂ ਤੋਂ ਪਿੱਛੇ ਕਿੱਥੋਂ ਹਟ ਜਾਈਏ। ਲੱਚਰਦਾ ਦੇ ਬਾਰੇ ਤਾਂ ਤੁਸੀਂ ਜਿੱਦਾਂ ਉਹ ਤਾਂ ਸਰਗਰਮੀ ਆ, ਉਹ ਤਾਂ ਰਹੋਗੇ ਸਦਾ ਹੀ ਇੱਦਾਂ। ਹਾਂਜੀ ਹਾਂਜੀ, ਉਹ ਤਾਂ ਰਹਿਣਾ ਹੀ ਰਹਿਣਾ ਜੀ, ਸਾਡਾ ਤਾਂ ਹੁਣ ਗੀਤ ਵੀ ਆ ਰਿਹਾ ਹੈ ਲੱਚਰਤਾ ਦੇ ਖਿਲਾਫ ਯਾਰ। ਕਿਹੜਾ ਗੀਤ ਆ ਰਿਹਾ ਜੀ ਤੁਹਾਡਾ? ਆ ਗੀਤ ਦਾ ਨਾਮ ਆ ਜੀ ਕਾਫਲਾ, ਤੇ ਉਰੇ ਐਡੀਲੇਡ ਦੇ ਵਿੱਚ ਕੰਪਨੀ ਆ ਰੈਪਿਡ ਰੈਕਰਡਸ, ਉਹਨਾਂ ਨੇ ਵੀਡੀਓ ਸ਼ੂਟ ਕੀਤਾ, ਉਹਨਾਂ ਨੇ 뮤직 ਦਿੱਤਾ ਆ, ਤੇ ਆ ਅਗਲੇ ਮਹੀਨੇ ਹੀ ਆਪਣੇ ਹੁਣੇ ਆਪਣਾ ਹੋ ਜਾਣਾ ਜੀ, ਰਿਲੀਜ਼ ਹੋ ਜਾਊਗਾ, ਮੇ ਬੀ ਆ ਅਗਲੇ ਮਹੀਨੇ ਦੇ ਅੱਧ 'ਚ ਕਰਾਂਗੇ। ਤੇ ਤੁਸੀਂ ਹੁਣ ਇਸ ਵੇਲੇ ਜਿਹੜਾ ਆਸਟ੍ਰੇਲੀਆ 'ਚ ਰਹਿ ਰਹੇ ਆ, ਤੁਹਾਡੀ ਜਿਹੜਾ ਸਟੇਟਸ ਕੀ ਆ, ਤੁਸੀਂ ਸਟੂਡੈਂਟ ਦੇ ਉੱਤੇ ਰਹਿ ਰਹੇ ਆ ਜਾਂ ਤੁਹਾਨੂੰ ਇੱਥੇ ਸਟੇ ਮਿਲ ਗਈ ਆ, ਕੀ ਕਿੱਦਾਂ ਰਹਿ ਰਹੇ ਆ? ਮੈਂ ਜੀ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਸੀਗਾ, ਤੇ 15 ਮਾਰਚ 2018 ਨੂੰ ਮੇਰਾ ਵੀਜ਼ਾ ਮੁੱਕ ਗਿਆ ਸੀ, ਤੇ ਉਸ ਵੀਜ਼ੇ ਦੇ ਮੁੱਕਣ ਤੋਂ ਪਹਿਲਾਂ ਮੈਂ 10 ਮਾਰਚ ਨੂੰ ਮੈਂ ਨਵੇਂ ਵੀਜ਼ੇ ਦੇ ਲਈ ਅਪਲਾਈ ਕਰਤਾ ਸੀਗਾ, ਤੇ ਮੈਂ ਫਿਰ ਬਰੀਜ਼ਿੰਗ ਵੀਜ਼ੇ 'ਤੇ ਸੀਗਾ ਜਦੋਂ ਆ ਕੇਸ ਕੂਸ ਵੀ ਪਿਆ ਮੇਰੇ 'ਤੇ, ਮੈਂ ਬਰੀਜ਼ਿੰਗ ਏ ਵੀਜ਼ੇ 'ਤੇ ਸੀਗਾ, ਤੇ ਫਿਰ 24 ਤਰੀਕ ਨੂੰ ਇਹਨੂੰ ਜਿਹੜੀ ਹੁਣੇ ਲੰਘੀ ਆ ਇਸ ਮਹੀਨੇ ਦੀ, ਮੈਨੂੰ 2 ਸਾਲ ਦੇ ਲਈ ਵਰਕ ਪਰਮਿਟ ਮਿਲ ਚੁੱਕਿਆ, 2 ਸਾਲ ਦਾ ਵੀਜ਼ਾ ਮਿਲ ਗਿਆ ਮੈਨੂੰ ਹੋਰ। ਹਾਂਜੀ, ਤੇ ਜਿੱਦਾਂ ਆਪਾਂ ਗੱਲ ਕਰਦੇ ਕਿ ਦੁਨੀਆ ਦੇ ਵਿੱਚ ਜਦੋਂ ਬੰਦਾ ਵਿਚਰਦਾ ਆ ਉਹਨੂੰ ਮਤਲਬ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ, ਤੁਹਾਡੇ ਪਰਿਵਾਰ ਨੂੰ ਜਿੱਦਾਂ ਮਤਲਬ ਤੁਸੀਂ ਗੱਲਬਾਤ ਕੀਤੀ ਆ, ਉਹਨਾਂ ਨੂੰ ਤੇ ਉੱਥੇ ਕੋਈ ਤੰਗੀ ਨਹੀਂ? ਨਹੀਂ ਜੀ, ਫਿਲਹਾਲ ਤਾਂ ਕੋਈ ਇਹੋ ਜਿਹੀ ਤੰਗੀ ਹੈ ਨਹੀਂ ਗੀ, ਐਵੇਂ ਮੈਂ ਤੁਹਾਨੂੰ ਕਹਾਂ
ਜ਼ਰੂਰ ਪੁਲਿਸ ਵਾਲੇ ਆਏ ਤਾਂ ਸੀਗੇ ਉੱਥੇ, ਤੇ ਉਹ ਸਿਰਫ ਇਨਕੁਆਇਰੀ ਕਰਨ ਦੇ ਲਈ ਆਏ ਸੀਗੇ, ਉਹਨੇ ਜਾਣੀ ਕੋਈ ਡਾਕੂਮੈਂਟ ਨਹੀਂ ਕੋਈ ਲੀਗਲੀ ਜਾਣੀ ਆਏ ਭੇਜਿਆ, ਕੋਈ ਸੰਮਣ ਸੁੰਮਣ ਨਹੀਂ ਮੇਰੇ ਨਾਂ ਤੇ ਆਇਆ ਕੁਛ ਵੀ, ਜਾਂ ਅਦਾਲਤ ਵੱਲੋਂ ਉਹ ਜਾਣੀ ਆਇਆ। ਮੈਂ ਨੋਰਮਲ ਜਿਵੇਂ ਇਨਕੁਆਇਰੀ ਹੁੰਦੀ ਹੈ ਕਿ ਬੰਦਾ ਕੀ ਕਰਦਾ ਉੱਥੇ ਆਸਟ੍ਰੇਲੀਆ ਦੇ ਵਿੱਚ, ਕਿਹਦੇ ਨਾਲ ਕੀ ਸੰਬੰਧ ਨੇ, ਐਵੇਂ ਤੁਹਾਨੂੰ ਪਤਾ ਮੁੰਡਿਆਂ ਦੀਆਂ ਹੁੰਦੀਆਂ ਰਹਿੰਦੀਆਂ ਨੇ ਇਨਕੁਆਇਰੀਆਂ, ਜਿਹੜੇ ਮੁੰਡੇ ਜਿਹੜੇ ਐਕਟਿਵ ਨੇ ਉਹਨਾਂ ਨੂੰ ਪਤਾ ਹੀ ਆ ਉੱਧਰ ਗਰਾਊਂਡ ਲੈਵਲ ਤੇ, ਉਸ ਉਹ ਐਵੇਂ ਇਨਕੁਆਇਰੀ ਕਰਕੇ ਗਏ ਨੇ ਨੋਰਮਲ ਜੀ। ਪਰ ਜਿਹੜਾ NIA ਨੇ ਪ੍ਰੋਪਰ ਕੇਸ ਪਾਏ ਨੇ ਉਹਨਾਂ ਦੇ ਸੰਬੰਧ ਵਿੱਚ ਹਜੇ ਕੋਈ ਲੀਗਲ ਡਾਕੂਮੈਂਟ ਨਹੀਂ ਮਿਲਿਆ ਘਰਦਿਆਂ ਨੂੰ, ਹਜੇ ਤੱਕ ਕੋਈ ਪਰੇਸ਼ਾਨੀ ਨਹੀਂ ਹੈਗੀ। ਪਹਿਲਾਂ ਗੁਰਜੰਟ ਸਿੰਘ ਜੀ, ਸਾਡੇ ਕੋਲ ਬਹੁਤ ਸਵਾਲ ਜਿੱਦਾਂ ਲਿਖਤੀ ਜਿੱਦਾਂ ਆ ਰਹੇ ਆ, ਉਹ ਪੁੱਛਦੇ ਆ ਵੀ ਅਸੀਂ ਲਾਈਵ ਟਾਕ ਜਿੱਦਾਂ ਤੁਹਾਡੇ ਨਾਲ ਫਿਰ ਕਿਸੇ ਦਿਨ ਉਹ ਜਿੱਦਾਂ ਸਵਾਲ ਕਰਨਗੇ ਸਾਡੇ ਕੋਲ ਲਾਈਨ ਸਿੱਧੇ ਆਪਣੇ ਸਟੂਡੀਓ 'ਚ ਤੁਹਾਡੇ ਨਾਲ ਸਿੱਧੇ ਸਵਾਲ ਕਰਨੇ ਚਾਹੁੰਦੇ ਆ, ਤੇ ਕੀ ਇਹਦੇ ਲਈ ਤੁਸੀਂ ਤਿਆਰ ਹੋ? ਹਾਂਜੀ ਮੈਂ ਤਾਂ ਤਿਆਰ ਹਾਂ, ਮੈਨੂੰ ਤਾਂ ਜੇ ਹੁਣ ਪੁੱਛ ਲਓ ਜਿਹੜਾ ਸਵਾਲ ਪੁੱਛਣਾ। ਨਹੀਂ ਸਵਾਲ ਉਹ ਆਪ ਕਰਨਗੇ ਜਦੋਂ ਅਸੀਂ ਫਿਰ ਆਪਾਂ ਟਾਈਮ ਸੈਟਅਪ ਕਰਾਂਗੇ ਤੁਹਾਡੇ ਨਾਲ, ਤੇ ਅੱਛਾ ਜੀ ਅੱਛਾ ਤੁਹਾਡਾ ਜਦੋਂ ਸਮਾਂ ਹੋਇਆ। ਤੇ ਹਾਂਜੀ ਜਿੱਦਾਂ ਬਰਗਾੜੀ ਕਾਂਡ ਦਾ ਤੁਸੀਂ ਜਿੱਦਾਂ ਆਪਣੇ ਨਾਂ ਤੇ ਤੁਸੀਂ ਕਿਹਾ ਕੇਸ ਕਰ ਨਹੀਂ ਸਕਦੇ, ਤੇ ਹੁਣ ਤੁਸੀਂ ਕੇਸ ਨੂੰ ਅੱਗੇ ਵਧਾ ਰਹੇ ਆ ਜਾਂ ਕਿ ਠੱਪ ਕਰ ਦਿੱਤਾ? ਨਾ ਜੀ ਨਾ ਵਧਾ ਰਹੇ ਆ, ਠੱਪ ਕਿੱਥੋਂ ਕਰ ਦਾਂਗੇ, ਗੁਰੂ ਦੀ ਬੇਅਦਬੀ ਦਾ ਮਾਮਲਾ ਹੈ ਜੀ, ਇਹਨੂੰ ਕਿੱਥੇ ਠੱਪਣ ਦੇ ਦਾਂਗੇ, ਵਧਾ ਰਹੇ ਆ ਜੀ। ਤੇ ਬਹੁਤ ਪਰ ਹਾਂ ਲੇਟ ਜ਼ਰੂਰ ਹੋ ਗਏ, ਪਰ ਲੇਟ ਜ਼ਰੂਰ ਹੋ ਗਏ, ਲੇਟ ਜ਼ਰੂਰ ਹੋਏ ਆ, ਨਹੀਂ ਅਸੀਂ 20 ਤਰੀਕ ਤੱਕ ਕੇਸ ਲਾ ਦੇਣਾ ਸੀ, ਠੀਕ ਹੈ, ਤੇ ਪੂਰੀ ਐਨ ਸਿਖਰ ਤੇ ਤਿਆਰੀ ਪਹੁੰਚੀ ਹੋਈ ਤੇ ਉਹਨਾਂ ਨੇ ਸੱਟ ਮਾਰੀ ਆ, ਠੀਕ ਹੈ, ਤੇ ਪਰ ਲੱਗੂਗਾ ਜੇ ਕੋਈ ਗੱਲ। ਜਿੱਦਾਂ ਤੁਸੀਂ ਆਪ ਵੀ ਗੱਲ ਕੀਤੀ ਆ, ਸੋਸ਼ਲ ਮੀਡੀਆ ਮੈਂ ਵੀ ਦੇਖਦਾ ਤੁਹਾਡੇ, ਮਤਲਬ ਜਦੋਂ ਗੱਲਾਂ ਬਾਤਾਂ ਉਦਾਂ ਹੁੰਦੀਆਂ ਉੱਤੇ ਵੀ ਬਹੁਤ ਲੋਕੀ ਇਹ ਕਹਿੰਦੇ ਆ ਵੀ ਗੁਰਜੰਟ ਸਿੰਘ ਨੇ ਇਹ ਮਸਲੇ ਤਾਂ ਉਠਾਏ ਆ, ਇਹ ਬਾਦਲਾਂ ਦੀ ਹਮਾਇਤ ਕਰ ਰਿਹਾ ਤੇ ਬਾਦਲਾਂ ਦੀ ਹੱਕ ਦੇ ਵਿੱਚ ਆਸਟ੍ਰੇਲੀਆ 'ਚ ਉਹਨਾਂ ਨੇ ਆਪਣਾ ਬੰਦਾ ਖੜਾ ਕੀਤਾ ਹੋਇਆ। ਤੁਸੀਂ ਜੇ ਵੋਟਾਂ ਦੇ ਵੇਲੇ ਦੀ ਚੈੱਕ ਕਰੋ ਨਾ ਮੇਰੀ ਵੀਡੀਓ, ਯੂਟਿਊਬ ਤੇ ਮਿਲ ਜੂ ਤੁਹਾਨੂੰ, ਮੈਂ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਸੀ ਬਰਗਾੜੀ ਕਾਂਡ ਦਾ ਜਦੋਂ ਰੌਲਾ ਪਿਆ ਉਦੋਂ ਲੋਕਾਂ ਨੇ ਆਹ ਗੱਲਾਂ ਕੀਤੀਆਂ, ਤਾਂ ਮੈਨੂੰ ਵੀਡੀਓ ਦਿਖਾਈ, ਮੈਂ ਆਮ ਆਦਮੀ ਪਾਰਟੀ ਦੀ ਸਪੋਰਟ ਕਰ ਰਿਹਾ ਸੀਗਾ, ਠੀਕ ਹੈ, ਜਦੋਂ ਪੰਜਾਬ ਵਿਧਾਨ ਸਭਾ ਦੀਆਂ ਵੋਟਾਂ ਹੋਈਆਂ ਨੇ, ਮੈਂ ਉਦੋਂ ਕਹਿ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ, ਜਿਤਾਓ ਇਹਨਾਂ ਨੂੰ, ਤੇ ਮੈਂ ਕਹਿ ਰਿਹਾ ਸੀ ਕਿ ਜਿਹੜੇ ਸਿਮਰਨ ਜੀ ਉਹੀ ਇਹ ਕਹਿ ਰਿਹਾ ਕਿ ਗੁਰਜੰਟ ਸਿੰਘ ਬਦਲ ਗਿਆ, ਇਹਨੂੰ ਬਾਦਲਾਂ ਨੇ ਖਰੀਦ ਲਿਆ ਤਾਂ ਹੁਣ ਇਹ ਗੱਲਾਂ ਕਰਦਾ। ਖਰੀਦੇ ਹੋਏ ਬੰਦਿਆਂ ਤੇ ਕਦੇ ਕੇਸ ਨਹੀਂ ਪੈਂਦੇ ਹੁੰਦੇ ਐਡੇ ਐਡੇ, ਮੇਰੇ ਤੇ ਸਮੇਂ 5 ਕਤਲ ਕੇਸ ਪੈ ਚੁੱਕੇ ਨੇ, ਹਰੇਕ ਕਤਲ ਕੇਸ ਦੇ ਵਿੱਚ 15-15 ਪਰਚੇ ਨੇ, ਕੁੱਲ ਮਿਲਾ ਕੇ 75 ਪਰਚੇ ਹੋ ਗਏ ਜਿਹੜੇ ਮੇਰੇ ਵਿਰੋਧੀ ਨੇ, ਮੈਂ ਤਾਂ ਕਹਿੰਦਾ ਇਹਨਾਂ ਦੀਆਂ ਦੋ ਦੋ ਵਾਰ ਜੋੜ ਕੇ ਵੀ ਉਮਰਾਂ ਨਹੀਂ ਇੰਨੀਆਂ ਬਣਦੀਆਂ ਜਿੰਨੇ ਮੇਰੇ ਤੇ ਹੁਣ ਤੱਕ ਪਰਚੇ ਪੈ ਗਏ, ਇਹ ਕਹਿੰਦੇ ਨੇ ਹੁੰਦਾ ਸਰਕਾਰੀ ਆ। ਜਿਹੜਾ ਬੰਦਾ ਗਲਤ ਹੋਊਗਾ ਅਸੀਂ ਉਹਨੂੰ ਗਲਤ ਕਹਾਂਗੇ, ਜਿਹੜਾ ਬੰਦਾ ਸਹੀ ਹੋਊਗਾ ਸਹੀ ਹੋਊਗਾ। ਜੇ ਬਾਦਲਾਂ ਦਾ ਦੋਸ਼ ਹੁੰਦਾ, ਜੇ ਮੈਨੂੰ ਦਿਖਦਾ ਕਿ ਬਾਦਲਾਂ ਨੇ ਉਸ ਸਮੇਂ ਕੁਛ ਕੀਤਾ ਗਲਤ, ਤਾਂ ਮੈਂ ਉਹਨਾਂ ਦੇ ਅਗੇਂਸਟ ਬੋਲ ਦੇਣਾ ਸੀਗਾ। ਹੁਣ ਜਦੋਂ ਉਹ ਮੈਨੂੰ ਦਿਖ ਰਹੇ ਸੀ ਕਿ ਉਹ ਗਲਤ ਨੇ, ਉਸ ਸਮੇਂ ਮੈਂ ਕਿਹਾ ਭਾਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ, ਇਹਨਾਂ ਨੇ ਬਰਗਾੜੀ ਕਾਂਡ ਦਾ ਆਹ ਕੁਛ ਕਰਾਇਆ, ਮੈਂ ਬਥੇਰਾ ਬੋਲਿਆ ਕਿ ਇਹਨਾਂ ਨੇ ਬੰਦਿਆਂ ਨੂੰ ਮੁਲਜ਼ਮਾਂ ਨੂੰ ਫੜਿਆ ਨਹੀਂ, ਪੂਰੀ ਕਾਰਵਾਈ ਨਹੀਂ ਕੀਤੀ ਪ੍ਰੋਪਰ, ਮੈਂ ਬਥੇਰਾ ਬੋਲਿਆ ਉਦੋਂ, ਤੇ ਮੈਂ ਕਿਹਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਓ, ਤੇ ਹੌਲੀ ਹੌਲੀ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਕਿਹਾ ਭਾਈ ਇਹ ਤਾਂ ਸਾਡੀ ਗਲਤੀ ਆ, ਮੈਂ ਇੱਥੇ TV ਤੇ ਮੰਨਦਾ ਕਿ ਇਹ ਸਾਡੀ ਬਹੁਤ ਭਾਰੀ ਗਲਤੀ ਸੀ, ਹੋਰ ਕੋਈ ਮੰਨੇ ਭਾਵੇਂ ਨਾ ਮੰਨੇ, ਪਰ ਅਸੀਂ ਉਸ ਸਮੇਂ ਰੁਪਿੰਦਰ ਜਸਵਿੰਦਰ ਉਹਨਾਂ ਦੀ ਸਪੋਰਟ ਕੀਤੀ ਤੇ ਸਰਕਾਰ ਦਾ ਵਿਰੋਧ ਕੀਤਾ, ਉਹ ਸਾਡੀ ਬਹੁਤ ਭਾਰੀ ਗਲਤੀ ਸੀ ਕੌਮ ਦੀ, ਤੇ ਮੈਂ ਤਾਂ ਆਪਣੀ ਤਾਂ ਮੰਨਦਾ, ਬਾਕੀ ਹੋਰ ਮੰਨੇ ਨਾ ਮੰਨੇ, ਤੇ ਬਾਅਦ ਵਿੱਚ ਦੇਖ ਲਓ ਉਹੀ ਗੱਲ ਸਹੀ ਸਾਬਤ ਹੋਈ ਆ, ਉਸ ਸਮੇਂ ਪੰਜਾਬ ਪੁਲਿਸ ਸੀਗੀ ਜਿਹੜੀ, ਉਹਨਾਂ ਨੇ ਬਿਲਕੁਲ ਸਹੀ ਬੰਦੇ ਫੜੇ ਸੀਗੇ। ਤੁਸੀਂ ਆਪਣੇ ਇੰਟਰਵਿਊ ਦੇ ਵਿੱਚ ਗੱਲ ਕੀਤੀ ਸੀ ਵੀ ਲੋਕ ਕਹਿੰਦੇ ਸੀ ਵੀ ਜਿਹੜਾ ਸਿੱਖ ਆ, ਸਿੱਖ ਚਿਹਰਾ ਆ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ, ਫਿਰ ਹੁਣ ਆਪਾਂ ਕਿੱਦਾਂ ਇਹ ਦਾਅਵਾ ਕਰ ਸਕਦੇ ਹਾਂ ਵੀ ਜਿਹੜੀ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ ਉਹ ਸਿੱਖ ਚਿਹਰਿਆਂ ਨੇ ਕੀਤੀ ਹੈ? ਕਿਸ ਤਰ੍ਹਾਂ ਦਾਵਾ ਕਰ ਸਕਦੇ ਹਾਂ ਵੀ ਇਹਨਾਂ ਨੇ ਕੀਤੀ ਆ ਵੀ ਸਿੱਖ ਚਿਹਰਿਆਂ ਦੀ? ਆਪਾਂ ਜਿੱਦਾਂ ਜੇ ਹੁਣ ਆਪਾਂ ਕਹਿ ਲਈਏ ਕੱਲ੍ਹ ਨੂੰ ਸਿੱਖ ਚਿਹਰੇ ਹੀ ਨਿਕਲਦੇ ਆ ਜਾਂ ਜਿਹਨਾਂ ਦੇ ਤੁਸੀਂ ਕੇਸ ਕਰਦੇ ਆ ਉਹ ਸਿੱਖ ਚਿਹਰੇ ਹੀ ਆ, ਫਿਰ ਕਿੱਦਾਂ ਕਹਾਂਗੇ ਵੀ ਇਹਨੇ ਵੀ ਸਿੱਖ ਚਿਹਰਾ ਜਿਹੜਾ ਬੇਅਦਬੀ ਨਹੀਂ ਕਰ ਸਕਦਾ ਜਾਂ ਸਿੱਖੀ ਰੂਪ ਦੇ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਨਹੀਂ ਸਕਦਾ? ਨਹੀਂ ਜੀ ਨਹੀਂ, ਦੇਖੋ ਸਿੱਖ ਚਿਹਰਾ ਤੇ ਸਿੱਖ ਹੋਣਾ ਇਹ ਚੀਜ਼ ਦੇ ਵਿੱਚ ਬਹੁਤ ਫਰਕ ਹੁੰਦਾ ਆ। ਸਾਡੇ ਵਿੱਚ ਬਥੇਰੇ ਬੰਦੇ ਏਜੰਸੀਆਂ ਨੇ ਪਲਾਂਟ ਕੀਤੇ ਹੋਏ ਨੇ ਜਿਨ੍ਹਾਂ ਦਾ ਬੈਕਗਰਾਉਂਡ ਸਿੱਖੀ ਨਾਲ ਸੰਬੰਧਿਤ ਨਹੀਂ ਹੈਗਾ, ਪ੍ਰਚਾਰਕਾਂ ਦੇ ਵਿੱਚ ਵੀ ਹੈਗੇ ਨੇ ਬੰਦੇ ਅੱਜ ਜਿਹਦਾ ਬੈਕਗਰਾਉਂਡ ਸਿੱਖੀ ਨਾਲ ਸੰਬੰਧਿਤ ਨਹੀਂ ਹੈਗਾ, ਬਾਅਦ ਵਿੱਚ ਸਿੱਖੀ ਦੇ ਵਿੱਚ ਆਏ ਨੇ, ਪਹਿਲਾਂ ਹੋਰ ਧਰਮ ਦਾ ਹਿੱਸਾ ਸੀਗੇ। ਤੇ ਇਸੇ ਤਰ੍ਹਾਂ ਕੁਝ ਬੰਦੇ ਜਿਹੜੇ ਸਿੱਖੀ ਦੇ ਵਿੱਚ ਪੈਦਾ ਵੀ ਹੋਏ ਨੇ ਪਰ ਉਹਨਾਂ ਦੇ ਅੱਲੇ ਪੱਲੇ ਮਰਿਆਦਾ ਹੈ ਨਹੀਂ ਤੇ ਉਹਨਾਂ ਨੂੰ ਪੈਸੇ ਨਾਲ ਖਰੀਦ ਲਿਆ ਜਾਂਦਾ ਆ ਜਾਂ ਗੱਲਾਂ ਦੇ ਵਿੱਚ ਲੈ ਕੇ ਗੁੰਮਰਾਹ ਕਰ ਲਿਆ ਜਾਂਦਾ ਆ। ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਆ ਬਰਗਾੜੀ ਕਾਂਡ ਦੇ ਸੰਬੰਧ ਵਿੱਚ ਕਿ ਇਹਨਾਂ ਬੰਦਿਆਂ ਨੂੰ ਗਾਹਾਂ ਤੋਂ ਇਹ ਕਹਿ ਕੇ
ਬੇਅਦਬੀ ਕਰਵਾਈ ਗਈ ਸੀ ਇਹਨਾਂ ਨੂੰ, ਇਸ ਤਰੀਕੇ ਨਾਲ ਇਹਨਾਂ ਦਾ ਬ੍ਰੇਨ ਵਾਸ਼ ਕੀਤਾ ਗਿਆ ਸੀ ਕਿ ਸਾਡੀ ਕੋਈ ਸੁਣਦਾ ਹੈ ਨਹੀਂ, ਆਪਾਂ ਨੂੰ ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ, SGPC ਦੀਆਂ ਇਲੈਕਸ਼ਨ ਜਿੱਤਣ ਦੇ ਲਈ ਵੀ ਆ ਬੇਅਦਬੀ ਕਰਨੀ ਪੈਣੀ ਆ। ਤੇ ਇਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਜਿਹੜਾ ਗੁਰੂ ਆ ਉਹ ਤਾਂ ਗਿਆਨ ਹੁੰਦਾ ਆ, ਵੀ ਕਿਤਾਬ ਗੁਰੂ ਨਹੀਂ ਹੁੰਦੀ, ਅੱਖਰ ਗੁਰੂ ਨਹੀਂ ਹੁੰਦੇ, ਉਹਦਾ ਗਿਆਨ ਹੁੰਦਾ ਆ ਅੱਖਰਾਂ 'ਚ ਕੀ ਆ। ਇਸ ਤਰੀਕੇ ਨਾਲ ਇਹਨਾਂ ਨੂੰ ਜਾਣੀ ਕਹਿ ਲਓ ਕਨਵਿੰਸ ਕੀਤਾ ਗਿਆ ਸੀ ਵੀ ਹਾਂ ਇਹ ਕੰਮ ਕਰਨਾ ਹੀ ਕਰਨਾ ਆ, ਤੇ ਅਹੁਦਿਆਂ ਦੇ ਲਾਲਚ। ਤੇ ਬਾਕੀ ਤੁਸੀਂ ਦੇਖ ਲਓ ਇਹਨਾਂ ਦੇ ਘਰ ਨੇ ਜਿਹੜੇ, ਤੁਸੀਂ ਇਹਦੇ ਪਿੰਡਾਂ 'ਚ ਜਾ ਕੇ ਪਤਾ ਕਰ ਲਓ ਬੰਦਿਆਂ ਦੇ, ਇਹਦੇ ਘਰਾਂ ਦੀ ਹਾਲਤ ਬਦਲ ਗਈ। ਇਹ ਬੰਦਿਆਂ ਕੋਲ ਕਾਰਾਂ ਆ ਗਈਆਂ, ਇਹਨਾਂ ਬੰਦਿਆਂ ਦੇ ਘਰ ਪੈ ਗਏ ਵਧੀਆ ਹੋਏ ਘਰ, ਇਹਦੇ ਕੋਠੀਆਂ ਕੋਠੀਆਂ ਪੈ ਗਈਆਂ, ਇੰਨਾ ਪੈਸਾ ਆਇਆ ਕਿੱਥੋਂ ਆ। ਪਿੱਛੇ ਕੋਈ ਵੱਡਾ ਹੱਥ ਆ, ਮੈਂ ਕਹਿੰਦਾ ਜੀ ਇਹ ਇੰਨਾ ਕੁ ਤਕੜਾ ਹੱਥ ਆ ਕਿ ਇਹਦੇ ਉੱਤੇ ਕੁਛ ਨੀ, ਇਹਦੇ ਉੱਤੇ ਬਸ ਰੱਬੇ ਆ, ਐਡਾ ਤਕੜਾ ਹੱਥ ਆ ਇਹਨਾਂ ਦੇ ਮਗਰ। ਵੱਡੀਆਂ ਤਕੜੀਆਂ ਪੋਲੀਟੀਕਲ ਪਾਰਟੀਜ਼ ਨੇ, ਉਹਨੂੰ ਨੀ ਦੇਖੋ ਜੀ, ਮੈਂ ਆਸਟ੍ਰੇਲੀਆ 'ਚ ਬੈਠਾ, ਮੇਰੇ ਉਰੇ ਆਉਣ ਤੋਂ ਬਾਅਦ ਵਿੱਚ ਕਤਲ ਹੋਏ ਨੇ, ਇੱਕ $1500 ਦਾ ਇਲਜ਼ਾਮ ਲਾ ਕੇ, ਜਦ ਕਿ ਮੈਂ ਕੀਤਾ ਵੀ ਨੀ, ਆ ਜਾਣਾ ਇੱਥੇ ਸਾਬਤ ਕਰਕੇ ਦਿਖਾ ਦੇਣ, ਹਾਂਜੀ ਇੱਥੇ ਸਾਬਤ ਕਰ। ਮੈਂ ਕਹਿੰਦਾ ਮੈਂ ਆਪਣਾ ਸਿਰ ਆਪੇ ਵੱਢ ਦੂੰਗਾ ਜੇ ਸਾਬਤ ਕਰ ਦੇਣ ਇਹ ਆਹ ਗੱਲ। $1500 ਦਾ ਇਲਜ਼ਾਮ ਲਾ ਕੇ ਵੀ ਇਹਨੇ ਭੇਜਿਆ ਉੱਥੇ, ਉਹ ਵੀ ਸਤੰਬਰ ਮਹੀਨੇ ਦਾ, ਤੇ ਮਗਰ 2016 ਤੱਕ ਦੇ ਜਿਹੜੇ ਕਤਲ ਕੇਸ ਨੇ ਉਹ ਸਾਰੇ ਹੀ ਮੇਰੇ ਤੇ ਹੀ ਪਾਤੇ, ਹਾਂਜੀ 5 ਪਾਤੇ ਉਹਨਾਂ 'ਚ, ਬਾਕੀ ਵੀ ਪਾ ਦੇਣੇ ਨੇ। ਤਾਂ ਸ਼ਰੇਆਮ ਧੱਕਾ ਹੋ ਰਿਹਾ ਆ ਤੇ ਸਾਡੇ ਵਿੱਚ, ਮੈਂ ਇਹ 'ਚ ਇਹੋ ਜਿਹੀਆਂ ਬੇਹੁਦਾ ਗੱਲਾਂ ਕਰਦੇ ਦੇਖੇ ਨੇ ਬੰਦੇ, ਕਹਿੰਦੇ ਜੀ ਏਜੰਸੀਆਂ ਦਾ ਬੰਦਾ ਇਹਨੇ ਆਪੇ ਆਪਣੇ ਤੇ ਪਰਚੇ ਪਵਾ ਲਏ। ਲਾ ਦੱਸੋ ਹੱਦ ਕੋਈ, ਜਦੋਂ ਕਹਿੰਦੇ ਨਫ਼ਰਤ ਲੱਗਾ ਸੀ ਵੀ ਨਫ਼ਰਤ ਕਿਸੇ ਪੱਕੇ ਹੋਣ ਲਈ, ਆਸਟ੍ਰੇਲੀਆ 'ਚ ਪੱਕੇ ਹੋਣ ਲਈ ਤੇ ਨਹੀਂ ਇਹ ਸਾਰਾ ਚੱਕਰ ਜਿਹੜਾ ਬੋਲਿਆ ਜਾ ਰਿਹਾ। ਦੇਖੋ ਜੀ ਸਿੰਪਲ ਜੀ ਗੱਲ ਮੈਂ ਤੁਹਾਨੂੰ ਦੱਸਾਂ, ਜਿੱਥੇ ਆਪਾਂ ਜੰਮੇ ਪਲੇ ਹੋਈਏ, ਮੈਂ ਆਪਣੇ 25 ਸਾਲ ਜੀ ਕੇ ਆਇਆ ਪੰਜਾਬ ਦੇ ਵਿੱਚ, ਸਾਡਾ ਘਰ ਉਸ ਸਮੇਂ ਤਿਆਰ ਹੋ ਰਿਹਾ ਸੀਗਾ, ਕੋਠੀ ਪੈ ਰਹੀ ਸੀ, ਤੇ ਜਾਣੀ ਮੈਂ ਖੁਦ ਆਪਣੇ ਸਾਹਮਣੇ ਉਹ ਤਿਆਰ ਹੁੰਦੀ ਨੀ ਪ੍ਰੋਪਰ ਦੇਖ ਸਕਿਆ, ਮੇਰੇ ਮਗਰੋਂ ਹੀ ਤਿਆਰ ਹੋਈ ਆ ਪ੍ਰੋਪਰ। ਅੱਛਾ ਜੀ। ਤੇ ਮੇਰੇ ਭੈਣ ਭਾਈ, ਮੇਰੇ ਯਾਰ ਦੋਸਤ, ਮੇਰੇ ਰਿਸ਼ਤੇਦਾਰ ਪੰਜਾਬ 'ਚ ਨੇ, ਕਿਹਦਾ ਜੀ ਕਰਦਾ ਵੀ ਮੈਂ ਆਪਣੇ ਘਰ ਨਾ ਜਾਵਾਂ, ਮੈਂ ਧਰਮ ਕੌਣ ਚਾਹੁੰਦਾ ਜੀ। ਇਹ ਤਾਂ ਗੱਲਾਂ ਕਰ ਦਿੰਦੇ ਨੇ, ਇਹਨੇ ਕਮੈਂਟ ਲਿਖ ਦੇਣਾ, ਪਰ ਜਿਹਦੇ ਤੇ ਬੀਤਦੀ ਆ ਉਹਨੂੰ ਇਹ ਪਤਾ ਇਸ ਚੀਜ਼ ਦੇ ਸੰਬੰਧ ਵਿੱਚ ਵੀ ਆਪਣੇ ਆਪਣੀ ਮਾਤ ਭੂਮੀ ਤੋਂ ਸਾਰੀ ਉਮਰ ਦੇ ਲਈ ਦੂਰ ਹੋ ਜਾਣਾ, ਆਪਣੇ ਯਾਰਾਂ ਮਿੱਤਰਾਂ ਨੂੰ ਨਾ ਮਿਲ ਪਾਉਣਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦਰਬਾਰ ਸਾਹਿਬ ਇੱਕ ਵਾਰ ਗਿਆ 14 ਸਾਲਾਂ ਦੀ ਉਮਰ ਦੇ ਵਿੱਚ, ਠੀਕ, ਮੇਰੀ ਬੜੀ ਇੱਛਾ ਸੀ ਮੈਂ ਅਗਲੇ ਸਾਲ ਜਾਵਾਂ, ਉਹ ਤਾਂ ਹੁਣ ਮੈਨੂੰ ਪਤਾ ਨਾ ਵੀ ਕੀ ਸਥਿਤੀ ਬਣੀ ਹੋਈ ਆ। ਇਹ ਤਾਂ ਬੜਾ ਆਸਾਨੀ ਨਾਲ ਕਹਿੰਦੇ ਲਓ ਜੀ ਪੱਕਾ ਹੋਣ ਦੇ ਲਈ ਇਹਨੇ ਕੇਸ ਪਵਾ ਲਏ, ਉਹ ਐਡੀ ਕੀਮਤ ਨੀ ਕੋਈ ਤਾਰ। ਮੈਂ ਤਾਂ ਪੱਕਾ ਹੋਣ ਦੇ ਲਈ ਮੈਂ ਤਾਂ ਕੁਛ ਕਰਾਂ, ਜੇ ਮੈਂ ਉਰੇ ਇਲੀਗਲੀ ਰਹਿ ਰਿਹਾ ਵਾਂ, ਮੇਰੇ ਕੋਲ ਮੇਰੇ ਹੱਥ ਮਾਸਟਰ ਡਿਗਰੀ ਆ, ਮੇਰੇ ਹੱਥ ਵਰਕ ਵੀਜ਼ਾ ਵੀ ਆ ਗਿਆ 2 ਸਾਲ ਦਾ, ਮੇਰੇ ਕੋਲ ਤਾਂ ਪੂਰੀਆਂ ਓਪਰਚੁਨਿਟੀਜ਼ ਨੇ, ਮੈਂ ਤਾਂ ਉਹ ਪੱਕਾ ਹੋ ਸਕਦਾ ਹਾਂ ਉਰੇ। ਠੀਕ ਹੈ, ਸਾਨੂੰ ਜਾਂ ਤਾਂ ਹੋਵੇ ਵੀ ਮੈਂ ਇੱਥੇ ਆਪਣੀ ਪੜ੍ਹਾਈ ਨਹੀਂ ਪੂਰੀ ਕੀਤੀ, ਮੈਂ ਉਰੇ ਇਲੀਗਲੀ ਰਹਿ ਰਿਹਾ ਹਾਂ, ਮੈਂ ਨਲਾਇਕ ਹਾਂ, ਮੇਰੇ ਤੋਂ ਕੰਮ ਨਹੀਂ ਹੁੰਦਾ, ਮੈਂ ਆਪਣਾ ਪ੍ਰੋਪਰ ਕੰਮ ਵੀ ਕਰ ਰਿਹਾ, ਮੈਂ ਪੜ੍ਹਾਈ ਵੀ ਪੂਰੀ ਕੀਤੀ ਆ, ਮੇਰੇ ਕੋਲ ਗਾਂ ਵਰਕ ਵੀਜ਼ਾ ਵੀ ਆ, ਮੈਂ ਤਾਂ ਆਪ ਪੱਕਾ ਹੋ ਸਕਦਾ ਹਾਂ। ਪਰ ਆਪਣੀ ਆਪਣੇ ਜਿੱਥੇ ਆਪਾਂ ਜੰਮੇ ਪਲੇ ਹੋਈਏ, ਆਪਣੀ ਧਰਤੀ ਹੋਵੇ ਜਿਹੜੀ, ਉਹ ਤੋਂ ਆਪਣੇ ਖੇਤਾਂ ਤੋਂ ਆਪਣੇ ਪਿੰਡ ਤੋਂ ਦੂਰ ਹੋ ਜਾਣਾ, ਇਹ ਖੇਲ ਥੋੜੀ ਹੁੰਦਾ, ਇਹ ਕੌਮ ਦੇ ਲਈ ਇੱਕ, ਮੈਂ ਤਾਂ ਕਹਿੰਦਾ ਵੀ ਕੁਰਬਾਨੀ ਹੈ, ਤਾਂ ਕੌਮ ਦੇ ਲਈ ਕਰਨੀ ਪੈਣੀ ਹੈ ਸਾਨੂੰ। ਠੀਕ ਹੈ, ਆਪਣੇ ਗੁਰਜੰਟ ਸਿੰਘ ਜੀ 2 ਸਵਾਲ ਆਏ ਆ, ਲੇਕਿਨ ਮੁੱਦੇ ਤੋਂ ਥੋੜੇ ਹਟ ਕੇ ਲੱਗਦੇ ਆ, ਪਰ ਆਪਾਂ ਪੁੱਛ ਲੈਣੇ ਤੁਹਾਨੂੰ। ਇੱਕ ਤਾਂ ਸਤਿੰਦਰ ਨਾਗਰਾ ਨੇ ਸਵਾਲ ਪੁੱਛਿਆ ਕਿ ਤੁਸੀਂ ਉਦੋਂ ਕੇ ਬਾਰੇ ਕਿਉਂ ਬੋਲਣਾ ਬੰਦ ਕਰ ਦਿੱਤਾ, ਤੇ ਦੂਸਰਾ ਸਵਾਲ ਹੈਗਾ ਹਰ ਰਾਏਪੁਰ ਵਾਲੇ, ਕਿੰਨੇ ਟਾਈਮ ਤੱਕ ਕੇਸ ਲੱਗ ਰਿਹਾ ਹੈ ਬਰਗਾੜੀ ਵਾਲਾ? ਅੱਛਾ ਜੀ, ਦੋਨਾਂ ਦਾ ਪਹਿਲਾਂ ਤਾਂ ਉਦੋਂ ਜਵਾਬ ਦੇ ਦਿਓ। ਇੱਕ ਤਾਂ ਉਦੋਂ ਦੇ ਬਾਰੇ ਪੁੱਛਿਆ ਕਿ ਬੋਲਣਾ ਬੰਦ ਕਿਉਂ ਕਰ ਦਿੱਤਾ, ਉਹ ਸਤਿੰਦਰ ਨਾਗਰਾ, ਤੇ ਦੂਸਰਾ ਹਰ ਰਾਏਪੁਰ ਉਹ ਕੇਸ ਦਾ ਪੁੱਛਦੇ ਬਰਗਾੜੀ ਦਾ ਕੇਸ ਕਦੋਂ ਲੱਗ ਜਾਏਗਾ? ਠੀਕ ਆ ਜੀ, ਉਦੋਂ ਕਿਹਦੀ ਗੱਲ ਕਰ ਲਈਏ ਤਾਂ ਜੀ, ਜਦੋਂ ਮੈਂ ਉਹਦੇ ਅਗੇਂਸਟ ਬੋਲਿਆ, ਪਹਿਲੀ ਉਹ ਪੋਸਟ ਪਾਈ ਸੀ, ਉਹਨੇ ਮੈਨੂੰ ਚੈਲੰਜ ਕਰਤਾ ਸੀ ਕਿ ਜਿਹੜੇ ਮਰਜ਼ੀ ਟੀਵੀ ਤੇ ਆ ਜਾਵੇ, ਰੇਡੀਓ ਤੇ ਆ ਜਾਵੇ। ਠੀਕ ਹੈ, ਤਾਂ ਉਹਨੇ ਉੱਥੇ ਚੈਲੰਜ ਕੀਤਾ ਸੀ ਜਿੱਥੇ ਮੈਂ ਉਹਦੀ ਰੁਲਦਾ ਸਿੰਘ ਨਾਲ ਵੀ ਪਾਈ ਸੀਗੀ ਰਿਕਾਰਡਿੰਗ, ਤੇ ਉਹਨੇ ਸੋਚਿਆ ਕਿਤੇ ਇਹਦੇ ਕੋਲ ਇਹਦੇ ਪੱਲੇ ਰਿਕਾਰਡਿੰਗ ਆ, ਉਹ ਬੰਦਾ ਹੈਗਾ ਹੰਕਾਰੀ ਆ ਕਾਫੀ, ਉਹਨੇ ਦੇਖਿਆ ਵੀ ਗੁਰਜੰਟ ਸਿੰਘ ਨੂੰ 1,80,000 ਬੰਦੇ ਉਸ ਸਮੇਂ ਫੋਲੋ ਕਰ ਰਹੇ ਸੀ, ਵੀ ਆ ਗਿਆ ਮੌਕਾ, ਕਿਉਂਕਿ ਉਹਦੇ ਕੋਲ ਨਾ ਉਸ ਚੀਜ਼ ਦੇ ਸੰਬੰਧ ਵਿੱਚ ਬਹੁਤ ਦਲੀਲਾਂ ਨੇ,
ਠੀਕ ਬਥੇਰੀਆਂ ਹੈ। ਗੱਪਾਂ ਮਾਰਦਾ ਉਸ ਸੰਬੰਧ ਵਿੱਚ, ਤੇ ਉਹਦੇ ਕੋਲ ਬੜੀਆਂ ਦਲੀਲਾਂ ਸੀਗੀਆਂ, ਇਸ ਕਰਕੇ ਉਹਨੇ ਸੋਚਿਆ ਵੀ ਅੱਗੇ ਵੀ ਮੇਰੇ ਤੇ ਆ ਐਲੀਗੇਸ਼ਨ ਲੱਗੇ ਨੇ, ਮੈਂ ਗੁਰਜੰਟ ਸਿੰਘ ਨੂੰ ਵੀ ਦੱਬ ਲੂੰਗਾ। ਉਹਨੇ ਚੱਕ ਕੇ ਕਮੈਂਟ ਕਰਤਾ, ਇਹਦੇ ਜਿਹੜੇ ਸੀਗੇ ਚੇਲੇ ਉਹਨਾਂ ਨੇ ਉਹਦੀਆਂ ਸਕਰੀਨਸ਼ਾਟ ਲੈ ਲਏ। ਹੁਣ ਉਦੋਂ ਕਿ ਇਹਨੂੰ ਪਤਾ ਹੈ ਨਹੀਂ ਸੀ ਵੀ ਗੁਰਜੰਟ ਸਿੰਘ ਕੋਲ ਜਾਣਕਾਰੀ ਕਿੰਨੀ ਹੈ ਮੇਰੇ ਬਾਰੇ। ਠੀਕ ਹੈ। ਜਦੋਂ ਮੈਂ ਪਹਿਲਾਂ ਥੋੜੇ ਪੱਤੇ ਦਿਖਾਏ ਇਹ ਜਾਲ 'ਚ ਆ ਗਿਆ, ਜਦੋਂ ਮੈਂ ਪੁੱਤੇ ਖੋਲੇ ਹੋਰ ਲਾਈਵ ਹੋ ਕੇ ਬੋਲਿਆ, ਦਸਮ ਗ੍ਰੰਥ ਦਾ ਮੁੱਦਾ ਲਿਆਂਦਾ ਮੈਂ ਵਿੱਚ, ਕੈਲੰਡਰ ਦਾ ਮੁੱਦਾ ਲਿਆਂਦਾ ਮੈਂ, ਜੱਗੀ ਜੌਲ ਦਾ ਲਿਆਂਦਾ ਵਿੱਚ, ਇੰਨੀਆਂ ਇਹਦੇ ਵੱਲੋਂ ਕੀਤੇ ਸ਼ੁਰੂ, ਜਿਹੜੇ ਜਿਵੇਂ ਬਚਕਾਨੇ ਸਵਾਲ ਸੀਗੇ ਕੈਲੰਡਰ ਦੇ ਸੰਬੰਧ ਵਿੱਚ ਕੀਤੇ ਉਹ ਲਿਆਂਦੇ, ਤਾਂ ਇਹ ਬੰਦੇ ਦੇ ਫਿਰ ਪੈਰ ਥਿੜਕ ਗਏ। ਹਾਂਜੀ। ਇਹਨੇ ਇਹਨੇ ਫਿਰ ਮੈਂ ਕਹਾਂ ਤੂੰ ਰੇਡੀਓ ਤੇ ਆ, ਇਹ ਕਹੀ ਜਾ ਤੇ ਕੌਮ ਨਹੀਂ, ਬਥੇਰੇ ਜਵਾਬ ਦੇ ਤੇ ਮੈਨੂੰ ਹਣਾਉਣ ਦੀ ਲੋੜ ਨਹੀਂ। ਫਿਰ ਇਹਨੇ ਇਕੱਲੇ ਨੇ ਰੇਡੀਓ ਵਾਲਿਆਂ ਨਾਲ ਰਲ ਕੇ ਇਕੱਲੇ ਨੇ ਇਹਨੇ ਇੰਟਰਵਿਊ ਦਿੱਤੀ, ਮੈਂ ਉਹਦੇ ਵਿੱਚੋਂ ਵੀ 53 ਪੁਆਇੰਟ ਨੋਟ ਕਰਕੇ ਇੰਟਰਵਿਊ ਦੇ ਜਵਾਬ ਦਿੱਤਾ ਪੂਰਾ, ਹਰ ਇੱਕ ਗੱਲ ਦਾ, ਬਿਲਕੁਲ ਬਚਕਾਨੀਆਂ ਗੱਲਾਂ ਇਹਦੀਆਂ। ਲੋਕ ਕਹਿੰਦੇ ਨੇ ਵੀ ਦੀਵਾਨ ਆ, ਸਕਾਲਰ ਆ, ਮੈਨੂੰ ਦੱਸੋ ਇਹਦਾ ਕਿਹੜਾ ਰਿਸਰਚ ਪੇਪਰ ਛਪਿਆ ਆ, ਕਿਹੜੀ ਇਹਦੇ ਕੋਲ PhD ਆ, ਤੁਸੀਂ ਇਹ ਕਹਿੰਦੇ ਨੇ ਹਿਸਟੋਰੀਅਨ, ਤੇ ਫਿਰ ਗੱਲਾਂ ਦੇ ਮੇਰੀਆਂ ਗੱਲਾਂ ਦੇ ਜਵਾਬ ਨਹੀਂ ਤੇ ਹੁੰਦੇ ਹੋਰਾਂ ਦੇ, ਤਾਂ ਚਲੋ ਇਹਨੇ ਦੇਣੇ ਕੀ ਨੇ। ਤੇ ਫਿਰ ਉਸ ਤੋਂ ਬਾਅਦ ਵਿੱਚ ਮੈਂ ਇਹਨੂੰ 30 ਸਵਾਲ ਖੜੇ ਕੀਤੇ, ਹਾਂਜੀ 30 ਸਵਾਲ ਖੜੇ ਕੀਤੇ, ਤਾਂ ਇਹ ਤੋਂ ਕਿਸੇ ਦਾ ਜਵਾਬ ਨਹੀਂ ਦੇ ਹੋਇਆ ਸਵਾਲ ਦਾ, ਇਹ ਪਿੱਛੇ ਹਟ ਗਿਆ ਵੀ ਆਉਣਾ ਹੀ ਨਹੀਂ ਸਾਹਮਣੇ। ਮੈਂ ਕਹਾਂ ਤੂੰ ਚੈਲੰਜ ਕੀਤਾ, ਹੁਣ ਆ ਕੇ ਬੈਠ, ਤੇ ਹੁਣ ਜਦ ਬੰਦਾ ਭਗੌੜਾ ਹੀ ਹੋ ਗਿਆ ਉਹਦਾ, ਮੈਂ ਕੀ ਕਰਾਂ। ਮੁੜ ਕੇ ਜੋ ਸਤਵੀਰ ਕੌਰ ਵਾਲੀਆਂ ਗੱਲਾਂ ਆ ਗਈਆਂ, ਰਿਕਾਰਡਿੰਗਾਂ ਆ ਗਈਆਂ ਸਾਹਮਣੇ, ਤੇ ਹੋਰ ਵੀ ਜਿਹੜਾ ਇਹਨੇ ਬੋਲਿਆ ਹੋਇਆ ਸੀ 2004 ਦਾ, ਕਹਿੰਦਾ ਸੀ ਅਸੀਂ RSS ਦੀਆਂ ਜਿਹੜੇ ਸੀਗਾ ਉਹਨਾਂ ਨੇ ਕੱਢਣਾ ਸੀਗਾ, ਰੈਲੀਆਂ ਰੂਲੀਆਂ ਕੱਢਣੀਆਂ ਸੀਗੀਆਂ, ਜਿਹੜੀ ਉਹਦੀ ਰਾਸ਼ਟਰੀ ਸਿੱਖ ਸੰਗਤ ਸੀਗੀ ਬਣਾਈ ਹੋਈ, ਕਹਿੰਦਾ ਅਸੀਂ, ਮੈਂ ਕਹਿੰਦਾ ਰੱਦ ਕਰਵਾਇਆ ਉਹ, ਅਸੀਂ ਹੁਕਮਨਾਮਾ ਜਾਰੀ ਕਰਵਾਇਆ। ਤੇ ਉਹ ਸਰਚਾਨ ਸਿੰਘ ਉਹਨੀ ਨੇ ਜਿਹੜੇ SGPC ਦੇ ਵਿੱਚ ਉਹਨਾਂ ਦੇ ਕੋਲ ਕਾਗਜ਼ਾਤ ਹੁੰਦੇ ਨੇ ਸਾਰੇ ਹੀ, ਤੇ ਇਸ ਸਮੇਂ ਦਮਦਮੀ ਟਕਸਾਲ ਦੇ ਨਾਲ ਕੰਮ ਕਰ ਰਹੇ ਨੇ, ਉਹਨਾਂ ਨੇ ਫਿਰ ਉਸੇ ਮੌਕੇ ਤੇ ਇਹਦੇ ਕਾਗਜ਼ ਕੱਢ ਕੇ ਦਿਖਾ ਦਿੱਤੇ ਉਸ ਸਮੇਂ ਦੇ। ਉਹ ਕਹਿੰਦੇ ਵੀ ਉਸ ਸਮੇਂ ਤਰਦੀਪ ਸਿੰਘ ਉਹਨੀ ਨੇ ਜਿਹੜੇ, ਉਹਨਾਂ ਨੇ ਹੁਕਮਨਾਮਾ ਜਾਰੀ ਕਰਵਾਇਆ ਸੀ, ਇਹਦਾ ਹੁਕਮਨਾਮੇ ਦੇ ਵਿੱਚ ਕੋਈ ਹੱਥ ਨਹੀਂ ਸੀ, ਇਹ ਨੇੜੇ ਤੇੜੇ ਵੀ ਨਹੀਂ ਸੀ। ਉਹਨੇ ਇਹ ਆਪਣੀਆਂ ਇੰਟਰਵਿਊਜ਼ ਦੇ ਵਿੱਚ ਹੁਕਮਨਾਮੇ ਦੀ ਡੇਟ ਵੀ ਗਲਤ ਬੋਲਦਾ। ਠੀਕ ਹੈ। ਉਦੋਂ ਤੇ ਇਸ ਤੋਂ ਇਲਾਵਾ ਉਹਨੇ ਸਾਰੇ, ਹਾਂਜੀ ਮੈਂ ਉਹੀ ਦੱਸ ਰਿਹਾ, ਐਂਡ ਤੇ ਆ ਰਿਹਾ, ਹਾਂਜੀ ਮੈਂ ਉੱਥੇ ਹੀ ਆ ਰਿਹਾ ਜੀ। ਉਹਨਾਂ ਨੇ ਫਿਰ ਰਿਪੋਰਟ ਇਹ ਵੀ ਦਿਖਾਈ ਕਿ ਜਦੋਂ ਜਿਹੜੀਆਂ ਹੁਕਮਨਾਮਾ ਜਿਹੜਾ ਜਾਰੀ ਕਰਵਾਇਆ ਸੀਗਾ ਤਰਦੀਪ ਸਿੰਘ ਉਹਨਾਂ ਨੇ, ਜਿਹੜਾ ਕਰਕੇ ਸਾਰਾ ਹੀ ਇਕੱਠੇ ਹੋ ਕੇ ਉਹਨਾਂ ਨੇ ਰਿਸਰਚ ਕੀਤੀ ਸੀਗੀ, ਹੁਕਮਨਾਮਾ ਜਾਰੀ ਹੋ ਗਿਆ ਤੇ RSS ਨੇ ਉਹ ਰੈਲੀਆਂ ਆਪੇ ਰੱਦ ਕਰਤੀਆਂ ਸੀਗੀਆਂ, ਰੱਦ ਕੀਤਾ। ਤਾਂ ਉਹਨਾਂ ਨੇ ਮੰਗ ਰੱਖੀ ਸੀ ਕਿ ਸਾਨੂੰ ਸਿੱਖ ਸਮਾਗਮਾਂ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਤਾਂ ਉੱਥੇ ਫਿਰ 5 ਮੈਂਬਰੀ ਕਮੇਟੀ ਬਣੀ ਸੀ ਜਿਹਦੇ ਵਿੱਚ ਉਦੋਗੇ ਵੀ ਸ਼ਾਮਿਲ ਸੀ। ਉਹ 5 ਮੈਂਬਰੀ ਕਮੇਟੀ ਜਿਹੜੀ ਰਿਪੋਰਟ ਸੀ ਉਹਨੇ ਆਪਣੇ ਹੱਥੀ ਲਿਖੀ, ਤੇ ਉਹਦੇ ਵਿੱਚ ਇਹਨੇ ਕਿਹਾ ਸੀਗਾ ਕਿ ਸਾਰਾ ਕੁਝ ਵਾਚਣ ਤੋਂ ਬਾਅਦ ਅਸੀਂ ਇਹ ਕਹਿੰਦੇ ਹਾਂ, ਅਪੀਲ ਕਰਦੇ ਹਾਂ ਕਿ ਜਿਹੜੀ ਰਾਸ਼ਟਰੀ ਸਿੱਖ ਸੰਗਤ ਆ ਉਹਨੂੰ ਸਿੱਖ ਸਮਾਗਮਾਂ ਦੇ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਅੱਛਾ ਜੀ। ਉਹ ਜਿਹੜੀ 5 ਮੈਂਬਰੀ ਕਮੇਟੀ ਸੀ ਉਹਦੇ ਵਿੱਚ ਇੱਕ ਬੀਬੀ ਜੀ ਸੀਗੇ, ਉਹਦਾ ਮੈਨੂੰ ਨਾਮ ਨਹੀਂ ਚੇਤੇ, ਉਹਨਾਂ ਨੇ ਉਹਦੇ ਤੇ ਸਾਈਨ ਨਹੀਂ ਕੀਤਾ ਰਿਪੋਰਟ ਤੇ, ਉਹਦੇ ਨਾਲ ਸਹਿਮਤ, ਤੇ ਇਹ ਬੰਦਾ ਉਹ ਆ। ਤੇ ਫਿਰ ਜਦੋਂ ਮੈਂ 30 ਸਵਾਲ ਵੀ ਰੱਖਤੇ, ਆਹ ਚੀਜ਼ਾਂ ਮੂਹਰੇ ਰੱਖਤੀਆਂ, ਇਹ ਬੰਦਾ ਮੂਹਰੇ ਸਿਉਂ ਕੇ ਬੈਠ ਗਿਆ। ਫਿਰ ਹੁਣ ਅਸੀਂ ਦੱਸੋ ਕੀ ਕਰੀਏ, ਹੁਣ ਬੰਦੇ ਨੇ ਜਦੋਂ ਬੋਲਣਾ ਹੀ ਬੰਦ ਕਰਤਾ ਕਿ ਮੈਂ ਤਾਂ ਹੁਣ ਗੱਲੇ ਨਹੀਂ ਕਰਨੀ, ਜਦੋਂ ਬੰਦਾ ਇੰਨਾ ਕਾਣਾ ਹੋ ਗਿਆ ਤਾਂ ਹੁਣ ਆਪਾਂ ਕੀ ਕਰੀਏ, ਹੁਣ ਇੱਕੋ ਬੰਦੇ ਦੇ ਥੋੜੀ ਮਗਰ ਪੈ ਰਹਿਣਾ, ਆਪਾਂ ਨੇ ਪੂਰਾ ਸੰਗਤ ਦੇ ਮੂਹਰੇ ਨੰਗਾ ਕਰਤਾ, ਤੇ ਆਪਾਂ ਫਿਰ ਅਗਲੇ ਮੁੱਦਿਆਂ ਤੇ ਆ ਗਏ, ਆਪਾਂ ਇੱਕ ਬੰਦੇ ਤੇ ਬੈਠੇ ਰਹਾਂਗੇ ਤਾਂ ਬਾਕੀ ਕੰਮ ਕਿੱਥੋਂ ਚੱਲਣਗੇ। ਤੇ ਬਰਗਾੜੀ ਕੇਸ ਕਦੋਂ ਲਾ ਰਹੇ ਹੋ? ਹਾਂਜੀ, ਅਗਲੇ ਜਿਹੜਾ ਹੁਣ ਅਗਲਾ ਮਹੀਨਾ ਜੀ, ਉੱਥੇ ਹਾਈ ਕੋਰਟ ਦੇ ਛੁੱਟੀਆਂ ਹੋ ਜਾਣੀਆਂ ਨੇ। ਅੱਛਾ ਜੀ। ਤੇ ਜੂਨ ਜੁਲਾਈ ਦੇ ਵਿੱਚ ਤਾਂ ਕੇਸ ਲੱਗ ਜੂਗਾ ਜੀ, ਜੁਲਾਈ ਦੇ ਵਿੱਚ ਲੱਗੂਗਾ, ਜੁਲਾਈ ਦੇ ਵਿੱਚ ਲੱਗ ਜਾਏਗਾ। ਗੁਰਜੰਟ ਸਿੰਘ, ਕਾਫੀ ਗੱਲਾਂ ਆਪਾਂ ਕੀਤੀਆਂ, ਮੈਨੂੰ ਪਤਾ ਤੁਸੀਂ ਹਾਲੇ ਕੰਮ ਤੇ ਹੀ ਆ, ਗੱਡੀ ਦੇ ਵਿੱਚ ਹੀ ਆ, ਤੇ ਆਸਟ੍ਰੇਲੀਆ ਤੇ ਇੰਗਲੈਂਡ ਦੇ ਟਾਈਮ ਦਾ ਵੀ ਬਹੁਤ ਫਰਕ ਆ, ਤੇ ਫਿਰ ਵੀ ਮੈਂ ਕੋਈ ਸਵਾਲ ਤੁਹਾਨੂੰ ਨਾ ਪੁੱਛਿਆ ਹੋਵੇ, ਤੁਹਾਡੇ ਮਨ 'ਚ ਹੋਵੇ, ਮੈਂ ਅੱਜ ਆਪਣੇ ਦਰਸ਼ਕਾਂ ਨਾਲ ਅਵਾਜ਼ ਕੌਮ TV ਰਾਹੀਂ ਜ਼ਰੂਰ ਗੱਲਬਾਤ ਕਰਨੀ ਹੋ, ਜੇ ਤੁਸੀਂ ਜ਼ਰੂਰ ਕਹਿ ਸਕਦੇ। ਹਾਂਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ, ਕਈ ਬੰਦੇ ਨੇ ਜਿਹੜੇ ਮੇਰੀ ਸਪੋਰਟ ਨਹੀਂ ਸੀ ਕਰਦੇ ਕਈ ਗੱਲਾਂ ਦੇ, ਤੇ ਹੁਣ ਉਹਨਾਂ ਬੰਦਿਆਂ ਨੇ ਕਈਆਂ ਨੇ ਸਟੇਟਸ ਪਾਏ ਤੇ ਕਹਿੰਦੇ ਵੀ ਗੁਰਜੰਟ ਸਿੰਘ ਨਾਲ ਅਸੀਂ ਫਲਾਣੀ ਗੱਲ ਤੇ ਸਹਿਮਤ ਨਹੀਂ ਹੈਗੇ, ਪਰ ਆਹ ਮੁੱਦੇ ਤੇ ਜਦੋਂ ਇਹਦੇ ਤੇ ਕੇਸ ਪਏ ਨੇ ਤਾਂ ਅਸੀਂ ਇਹਦੇ ਨਾਲ ਸਹਿਮਤ ਹਾਂ, ਇਹ ਧੱਕਾ ਹੋ ਰਿਹਾ। ਤੇ ਉਦੋਂ ਕੇ ਨੇ ਵੀ ਪਾਇਆ ਕਿ
ਵੀ ਆਹ ਬਚਕਾਨ ਮੈਂ ਪਹਿਲਾਂ ਹੀ ਕਿਹਾ ਸੀ ਆਹ ਬਚਕਾਨੀਆਂ ਹਰਕਤਾਂ ਨਾ ਕਰਿਆ ਕਰੋ। ਇਹ ਬੰਦੇ ਉਹੀ ਸਿਆਸੀ ਬੰਦੇ ਵੀ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਦੇ ਲਈ, ਪਰ ਮੈਂ ਸਾਫ਼ ਕਹਿਣਾ ਚਾਹੁੰਦਾ ਜਿਹੜਾ ਵੀ ਮੈਂ ਅੱਜ ਤੱਕ ਮੁੱਦੇ ਤੇ ਕਿਸੇ ਤੇ ਵੀ ਗੱਲ ਕੀਤੀ ਆ 100% ਸੱਚ ਆ। ਮੈਂ ਕਦੇ ਕਿਸੇ ਦੇ ਕਹਿ ਤੇ ਨਹੀਂ ਕੋਈ ਕੰਮ ਕੀਤਾ। ਆਪਾਂ ਆਜ਼ਾਦ ਸੋਚ ਵਾਲੇ ਬੰਦੇ ਆ, ਆਪਾਂ ਸਿੱਧਾ ਹਿੱਕ ਠੋਕ ਕੇ ਕੰਮ ਕਰੀਦਾ, ਆਪਣੇ ਲੈਵਲ ਤੇ ਕੰਮ ਕਰੀਦਾ। ਜਿਹੜੇ ਜਿਹੜੇ ਮੁੱਦੇ ਮੈਂ ਚੱਕੇ ਉਹੋ ਜਿਹੇ ਮੁੱਦਿਆਂ ਕਰਕੇ ਅੱਜ ਮੇਰੇ ਇੱਥੇ ਤੱਕ ਪਹੁੰਚ ਚੁੱਕਿਆ ਕਿ ਮੇਰੇ ਤੇ 75 ਪਰਚੇ ਨੇ। ਤੇ ਜੇ ਇਹ ਕਹਿੰਦਾ ਕੋਈ ਕਿ ਅਸੀਂ ਇਹਦੀਆਂ ਗੱਲਾਂ ਦੇ ਨਾਲ ਸਹਿਮਤ ਨਹੀਂ, ਪਰ ਆ ਜਿਹੜੇ ਪਰਚੇ ਪਏ ਨੇ ਇਹ ਗੱਲ ਗਲਤ ਆ, ਅਸੀਂ ਇੱਥੇ ਸਹਿਮਤ ਹਾਂ ਇਹਦੇ ਨਾਲ, ਇੱਥੇ ਅਸੀਂ ਖੜੇ ਹਾਂ। ਪਰ ਮੈਂ ਕਹਿਣਾ ਚਾਹੁੰਦਾ ਕਿ ਭਰਾਵੋ ਮੈਨੂੰ ਇਹੋ ਜਿਹੀ ਦੋਗਲੀ ਸਪੋਰਟ ਦੀ ਲੋੜ ਨਹੀਂ। ਇਹ ਸਪੋਰਟ ਨੂੰ ਆਪਣੇ ਘਰ ਦੀ ਛੱਤ ਹੇਠਾਂ ਲਾ ਕੇ ਰੱਖੋ, ਉੱਥੇ ਕੰਮ ਦਊਗੀ। ਜਿਹੜੀ ਗੁਰੂ ਨਾਨਕ ਨਾਮ ਲੇਵਾ ਸੰਗਤ ਆ ਮੇਰੇ ਨਾਲ ਖੜੀ ਆ, ਮੇਰੇ ਨਾਲ ਦਮਦਮੀ ਟਕਸਾਲ ਖੜੀ ਆ, ਮੇਰੇ ਨਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਖੜਾ ਆ, ਮੈਂ ਮੇਰੇ ਨਾਲ ਜਿਹੜੀ ਆਮ ਸੰਗਤ ਆ ਨਾਮ ਜਪਦੀ ਆ ਜਾਂ ਗੁਰੂ ਘਰ ਦੇ ਵਿੱਚ ਵਿਸ਼ਵਾਸ ਰੱਖਦੀ ਆ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਆ, ਉਹਨਾਂ ਦਾ ਬਹੁਤ ਪਿਆਰ ਮਿਲਿਆ ਮੈਨੂੰ। ਸਿੱਖ ਜਥੇਬੰਦੀਆਂ ਬਾਕੀ ਜਿਵੇਂ ਕਿ ਸਿੱਖ ਰਿਲੀਫ ਤੇ ਆਪਣੇ ਵੋਇਸਿਸ ਫਾਰ ਫਰੀਡਮ, ਇਹੋ ਜਿਹੀਆਂ ਜਥੇਬੰਦੀਆਂ ਦਾ ਸਾਥ ਆ ਮੈਨੂੰ। ਮੈਨੂੰ ਫਿਰ ਐਵੇਂ ਕਹਾਂ ਮੈਂ ਘਬਰਾਉਣ ਦੀ ਕੀ ਲੋੜ ਆ, ਆਪਾਂ ਚੜ੍ਹਦੀ ਕਲਾ 'ਚ ਰਹਿੰਦੇ ਹਾਂ, ਆਪਾਂ ਤਾਂ ਜੇ ਇਕੱਲੇ ਵੀ ਹੋਈਏ, ਪਰ ਜਦੋਂ ਇੰਨੇ ਵੀਰ ਭੈਣਾਂ ਸਾਡੇ ਨਾਲ ਖੜੇ ਹੋਣ ਤਾਂ ਆਪਾਂ ਤਾਂ ਚੜ੍ਹਦੀ ਕਲਾ ਦੇ ਵਿੱਚ ਹਾਂ। ਮੈਂ ਤਾਂ ਇਹੀ ਗੱਲ ਕਹਿਣੀ ਸੀ ਜੀ, ਅਤੇ ਲੱਤਾਂ ਨਾ ਖਿੱਚਿਆ ਕਰੋ, ਸਾਥ ਦਿਆ ਕਰੋ। ਕੋਈ ਵੀ ਮੈਂ ਗੱਲ ਕਹਿਣਾ ਆ, ਜੇ ਤੁਹਾਡੇ ਕੋਲ ਉਹ ਗੱਲ ਦਾ ਕੋਈ ਜਵਾਬ ਨਹੀਂ ਹੁੰਦਾ ਤਾਂ ਫਿਰ ਉਹ ਗੱਲ ਨੂੰ ਸਵੀਕਾਰ ਕਰਿਆ ਕਰੋ, ਜੇ ਗੱਲ ਨੂੰ ਸਵੀਕਾਰ ਨਹੀਂ ਕਰਨਾ ਤਾਂ ਫਿਰ ਮੇਰੀਆਂ ਗੱਲਾਂ ਦੇ ਜਵਾਬ ਦੇ ਦਿਆ ਕਰੋ। ਮੈਂ ਤਾਂ ਇਹੀ ਗੱਲ ਕਹਿਣਾ ਬਸ ਜੀ। ਮੌਜੂਦਾ ਸਮੇਂ 'ਚ ਮੀਡੀਆ ਦੀ ਬਹੁਤ ਲੋੜ ਆ, ਅਤੇ ਮੀਡੀਆ ਹੈ ਵੀ ਬਹੁਤ ਹੋ ਗਿਆ, ਪਰ ਤੁਸੀਂ ਇੱਕ ਜਿੱਦਾਂ ਬਹੁਤ ਹੀ ਮਤਲਬ ਚਿੰਤਕ ਪੰਥਕ ਚਿੰਤਕ ਅਤੇ ਸੋਝੀ ਰੱਖਣ ਵਾਲੇ, ਮੀਡੀਆ 'ਤੇ ਪੂਰੀ ਨਿਗਾਹ ਰੱਖਣ ਵਾਲੇ ਨੌਜਵਾਨ ਹੈ, ਤੁਹਾਨੂੰ ਕੀ ਲੱਗਦਾ ਕਿ ਪੂਰੀ ਦੁਨੀਆ ਦਾ ਮੀਡੀਆ, ਖਾਸ ਤੌਰ 'ਤੇ ਸਿੱਖ ਮੀਡੀਆ, ਚਾਹੇ ਸੋਸ਼ਲ ਮੀਡੀਆ ਹੋਵੇ ਅਤੇ ਚਾਹੇ ਉਹ ਟੈਲੀਵਿਜ਼ਨ ਅਤੇ ਚਾਹੇ ਉਹ ਰੇਡੀਓ, ਉਹ ਆਪਣਾ ਰੋਲ ਸਹੀ ਨਿਭਾ ਰਿਹਾ? ਫਿਲਹਾਲ ਰੌਲਾ ਜ਼ਿਆਦਾ ਪਾਉਂਦੇ ਨੇ ਅਤੇ ਜਿਹੜੀ ਸੁਚੱਜੀ ਵਿਚਾਰ ਹੋਣੀ ਚਾਹੀਦੀ ਆ ਉਹ ਘੱਟ ਆ। ਕੋਈ ਵੀ ਬੰਦਾ ਮੈਂ ਕਹਿੰਦਾ ਚਾਹੇ ਮੇਰਾ ਵਿਰੋਧੀ ਵੀ ਆ, ਭਰਾਵੋ ਗੱਲ ਕਰਨੀ ਆ ਤਾਂ ਦਲੀਲ ਨਾਲ ਕਰੋ, ਅਤੇ ਜਦੋਂ ਗੱਲ ਦਲੀਲ ਨਾਲ ਵੀ ਕਰਤੀ ਤਾਂ ਅਸੀਂ ਇਸ ਚੀਜ਼ ਦੇ ਲਈ ਰੈਡੀ ਚਾਹੀਦੇ ਹਾਂ ਹਰ ਸਮੇਂ ਕਿ ਸਾਡੇ ਨਾਲ ਕੋਈ ਵੀ ਬੰਦਾ ਆ ਕੇ ਵਿਚਾਰ ਕਰੇ ਅਤੇ ਅਸੀਂ ਤਿਆਰ ਰਹੀਏ। ਆਮ ਤੌਰ 'ਤੇ ਕੀ ਅੱਜ ਕੱਲ੍ਹ ਮੀਡੀਆ ਦਾ ਕੀ ਆ, ਪੋਸਟ ਪਾ ਦੇਣੀ ਜਾਂ ਇੰਟਰਵਿਊ ਦੇ ਦੇਣੀ ਜਾਂ ਸਟੇਜ 'ਤੇ ਬੈਠ ਕੇ ਕੋਈ ਗੱਲ ਕਰ ਦੇਣੀ ਆ, ਪਰ ਜਦੋਂ ਅਗਲੇ ਨੇ ਸਾਹਮਣੇ ਤੋਂ ਕਹਿਣਾ ਬਈ ਮੇਰੇ ਨਾਲ ਵਿਚਾਰ ਕਰ, ਉਹਦੇ ਲਈ ਕੋਈ ਤਿਆਰ ਨਹੀਂ। ਜਾਂ ਕੋਈ ਜਿਹੜਾ ਜਿਹਨੇ ਵਿਰੋਧ ਕਰਨਾ ਆ ਉਹ ਗਾਂ ਫਿਰ ਗਾਲਾਂ ਕੱਢਣ ਲੱਗ ਜਾਂਦੇ ਨੇ ਤੇਰੀ ਮਾਂ ਦੀ ਤੇਰੀ ਭੈਣ ਦੀ। ਮੈਂ ਤਾਂ ਕਹਿੰਦਾ ਵੀ ਜੇ ਮੀਡੀਆ ਦਾ ਇਸਤੇਮਾਲ ਕਰਨਾ ਤਾਂ ਸੁਚੱਜੇ ਢੰਗ ਨਾਲ ਕਰੋ, ਕਿਸੇ ਨੇ ਵੀ ਆਪਣਾ ਵਿਚਾਰ ਰੱਖਣਾ, ਹਰ ਇੱਕ ਨੂੰ ਖੁੱਲ੍ਹਾ ਰੱਖਣ ਦੀ, ਪਰ ਉਹ ਜੋ ਵਿਚਾਰ ਆ ਆਪਣਾ ਪੂਰਾ ਲੌਜਿਕ ਨਾਲ ਭਰਪੂਰ ਚਾਹੀਦਾ, ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਚਾਹੀਦਾ। ਤੇ ਜੇ ਕੋਈ ਸਾਨੂੰ ਚੈਲੰਜ ਕਰਦਾ ਕਿ ਆਹ ਵਿਚਾਰ ਕਰ ਮੇਰੇ ਨਾਲ ਆਹ ਵਿਸ਼ੇ ਤੇ ਆ ਕੇ ਤੂੰ ਗਲਤ ਆ, ਤਾਂ ਸਾਨੂੰ ਹਰ ਸਮੇਂ ਤਿਆਰ ਵਰ ਤਿਆਰ ਰਹਿਣਾ ਚਾਹੀਦਾ, ਭਾਵੇਂ ਕੋਈ ਵੀ ਪ੍ਰਚਾਰਕ ਹੋਵੇ, ਹਰ ਇੱਕ ਨੂੰ ਹੱਕ ਆ ਉਹਨੂੰ ਸਵਾਲ ਕਰਨ ਦਾ। ਤੇ ਬਸ ਮੈਂ ਤਾਂ ਇਹੀ ਕਹਿਣਾ ਕਿ ਮੀਡੀਆ ਜ਼ਰੂਰੀ ਆ ਜੀ, ਸਾਡੀ ਆਵਾਜ਼ ਫਿਰ ਪਹੁੰਚੂ ਕਿਵੇਂ, ਕਿਉਂਕਿ ਇੰਡੀਆ ਦੇ ਵਿੱਚ ਤਾਂ ਰੇਡੀਓ ਦੀਆਂ ਗੱਲਾਂ ਕਰ ਲਈਏ, ਤੁਹਾਨੂੰ ਲੱਗਦਾ ਵੀ ਅੱਜ ਕਈ ਮਸਲੇ ਜਿਹੜੇ ਸਾਨੂੰ ਆਪਸ ਵਿੱਚ ਬੈਠ ਕੇ ਵਿਚਾਰਨੇ ਚਾਹੀਦੇ ਆ, ਉਹਨਾਂ ਨੂੰ ਅਸੀਂ ਉਛਾਲ ਕੇ ਮੀਡੀਆ ਦੇ ਵਿੱਚ ਜ਼ਿਆਦਾ ਵਿਰੋਧ ਕਰ ਰਹੇ ਹਾਂ ਇੱਕ ਦੂਸਰੇ? ਮੈਂ ਇਹ ਕਹੂੰਗਾ, ਆਮ ਤੌਰ 'ਤੇ ਸਾਡੇ ਲੋਕ ਕਹਿੰਦੇ ਨੇ ਕਿ ਸਿੱਖ ਲੜਦੇ ਬਹੁਤ ਨੇ, ਪਰ ਮੈਂ ਇਹਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਦੇਖਦਾ ਕਿ ਜਦੋਂ ਕੌਮ ਦੇ ਵਿੱਚ ਜਾਨ ਹੋਵੇ ਨਾ, ਜਾਗਰੂਕ ਬੈਠੇ ਹੋਣ, ਜਦੋਂ ਲੜਾਈ ਵੀ ਉਦੋਂ ਹੀ ਹੁੰਦੀ ਆ ਜਿੱਥੇ ਬੰਦੇ ਮਰੇ ਜਾਣ, ਜਿੱਥੇ ਸੋਚੇ ਖਤਮ ਹੋ ਜਾਵੇ ਉੱਥੇ ਲੜਾਈ ਨਹੀਂ ਹੁੰਦੀ, ਅਗਲਾ ਕਹਿੰਦਾ ਹੁੰਦਾ ਹੋਈ ਕੋਈ ਮਰਜ਼ੀ, ਪਰ ਜਿੱਥੇ ਲੜਦੇ ਨੇ ਇੱਥੋਂ ਪਤਾ ਲੱਗਦਾ ਕੌਮ ਕੁਛ ਕਰਨਾ ਚਾਹੁੰਦੀ ਆ, ਕੌਮ ਦੇ ਵਿੱਚ ਕੋਈ ਇੱਛਾ ਆ, ਜਗਿਆਸਾ ਆ ਕੁਛ ਕਰਨ ਦੀ। ਪਰ ਇਹ ਮੈਂ ਤਾਂ ਇਹੀ ਕਹਿਣਾ ਵੀ ਕੋਈ ਵੀ ਮਸਲਾ ਆ ਤੁਸੀਂ ਜਿੰਨਾ ਮਰਜ਼ੀ ਉਛਾਲੋ, ਜਿੰਨਾ ਮਰਜ਼ੀ ਰੌਲਾ ਪਾਓ, ਪਰ ਜਿਹਨੂੰ ਚੈਲੰਜ ਕਰ ਰਹੇ ਹੋ, ਜਿਹਦੇ ਬਾਰੇ ਬੋਲ ਰਹੇ ਹੋ, ਉਹਦੇ ਨਾਲ ਫਿਰ ਵਿਚਾਰ ਕਰਨ ਦੀ ਵੀ ਹਿੰਮਤ ਰੱਖੋ ਨਾ। ਜਦੋਂ ਵਿਚਾਰ ਹੋਊ ਦੋਵੇਂ ਤੇ ਆਪਸ 'ਚ ਬੈਠਣਗੀਆਂ ਤਾਂ ਆਪੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਆ। ਜਿੰਨੇ ਮਰਜ਼ੀ ਮੈਂ ਕਹਿੰਦਾ ਮੇਰੇ ਤੇ ਜਿੰਨੇ ਐਲੀਗੇਸ਼ਨ ਲਾਉਣੇ ਨੇ ਲਾਓ, ਮੈਂ ਜਿੰਨੇ ਲਾਉਣਾ ਹੈ ਕਿਸੇ ਤੇ ਉਹਦੀ ਫਿਰ ਮੈਨੂੰ ਖੁੱਲ੍ਹ ਦਓ, ਪਰ ਮੈਂ ਕਹਿੰਦਾ ਜਿਹੜੇ ਮੈਂ ਐਲੀਗੇਸ਼ਨ ਲਾਊਗਾ ਮੈਂ ਖੁੱਲ੍ਹੀ ਵਿਚਾਰ ਕਰਨ ਨੂੰ ਤਿਆਰ ਹਾਂ, ਜਿਹੜੇ ਮਰਜ਼ੀ ਟੀਵੀ ਤੇ ਜਿਹੜੇ ਮਰਜ਼ੀ ਰੇਡੀਓ ਤੇ ਜਾਂ ਮੇਰੇ ਘਰੇ ਆ ਜਾਵੇ ਇੱਥੇ ਕੋਈ, ਮੈਂ ਤਿਆਰ ਬਰ ਤਿਆਰ ਹਾਂ। ਵਿਚਾਰ ਦੇ ਵਿੱਚ ਆਪੇ ਹੋ ਜਾਣਾ ਹੁੰਦਾ ਹੈ ਦੁੱਧ ਦੁੱਧ ਤੇ ਪਾਣੀ ਦਾ ਪਾਣੀ, ਵਿਚਾਰ ਕਰਨ ਦੇ ਲਈ ਤਿਆਰ ਰਹੋ, ਵਿਚਾਰਾਂ ਤੋਂ ਨਹੀਂ ਭੱਜਣਾ ਚਾਹੀਦਾ। ਇੱਕ ਜਰਨੈਲ ਸਿੰਘ ਦਿਓਲ ਦਾ ਸਵਾਲ ਆਇਆ ਹੁਣੇ,
ਕਿ ਤੁਹਾਡੇ ਉੱਪਰ ਜਿਹੜੇ 75 ਪਰਚੇ ਆ ਉਹ ਹੋ ਨਹੀਂ ਸਕਦੇ, ਝੂਠ ਹੈ। ਕੀ ਤੁਹਾਡੇ ਕੋਲ ਇਸ ਦਾ ਕੋਈ ਸਬੂਤ ਹੈ? ਹਾਂਜੀ ਹੈਗਾ ਜੀ, ਕੋਈ ਨੀ, ਕੱਲ ਨੂੰ ਪੇਜ ਤੇ ਅਪਲੋਡ ਕਰ ਦਿੰਦਾ ਆ। ਇਹਨਾਂ ਨੂੰ ਮੈਂ ਜਾਣਕਾਰੀ ਦੇਣਾ ਚਾਹੁੰਦਾ, NIA ਦੀ ਵੈਬਸਾਈਟ ਆ, ਉਹਦੇ ਤੇ ਜਾ ਕੇ ਸਰਚ ਕਰ ਸਕਦੇ ਨੇ ਟਾਰਗੇਟ ਕਿਲਿੰਗਸ ਬਾਰੇ। ਤੇ ਹਾਂ, ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ, ਹਰ ਇੱਥੇ 8 ਕੇਸ ਨੇ ਕੁੱਲ ਮਿਲਾ ਕੇ ਮਰਡਰ ਦੇ, ਉਹਨਾਂ ਦੇ ਵਿੱਚ 5 ਸਾਡੇ ਤੇ ਪਾ ਦਿੱਤੇ ਗਏ ਨੇ, ਤੇ ਹਰ ਇੱਕ ਕੇਸ ਦੇ ਵਿੱਚ 15-15 ਚਾਰਜ ਨੇ, 302 ਦੇ ਚਾਰਜ ਸਣੇ, ਕੁੱਲ ਮਿਲਾ ਕੇ 15-15 ਚਾਰਜ ਨੇ ਇੱਕ ਕੇਸ ਦੇ ਵਿੱਚ। ਤਾਂ ਕਰਕੇ ਉਹ 15-15 ਐਵੇਂ ਬਣਦੇ ਨੇ। ਤੇ ਇਹ NIA ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਨੇ, ਉੱਥੇ ਉਹਨਾਂ ਨੇ ਚਾਰ ਸ਼ੀਟਾਂ ਦੀ ਜਾਣਕਾਰੀ ਅਪਲੋਡ ਕੀਤੀ ਹੋਈ ਆ। ਠੀਕ ਹੈ ਗੁਰਜੰਤ ਸਿੰਘ ਜੀ, ਅਸੀਂ ਪ੍ਰੋਗਰਾਮ ਦੇ ਆਖਰ ਦੇ ਵਿੱਚ ਪਹੁੰਚ ਚੁੱਕੇ ਹਾਂ, ਅਤੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਅਤੇ ਆਹ ਜਿਹੜਾ ਜੂਨ ਦਾ ਮਹੀਨਾ ਸ਼ੁਰੂ ਹੋ ਰਿਹਾ ਘੱਲੂਘਾਰੇ ਦਾ, ਅਤੇ ਉਹਨਾਂ ਦਾ ਜਨਮ ਦਿਨ ਵੀ 2 ਜੂਨ ਦਾ ਆ, ਅਤੇ ਜਿਹੜਾ ਆਵਾਜ਼ੇ ਕੌਮ TV ਰੋਡੇ ਪਿੰਡ ਤੋਂ 31 ਤਰੀਕ ਨੂੰ ਅਖੰਡ ਪਾਠ ਸਵੇਰੇ ਆਰੰਭ ਹੋਊਗਾ, ਅਤੇ 2 ਤਰੀਕ ਨੂੰ ਭੋਗ ਪੈਣਗੇ ਗੁਰਦੁਆਰਾ ਸੰਤ ਖਾਲਸਾ ਵਿਖੇ। ਸਾਰਾ ਅਖੰਡ ਪਾਠ ਆਪਾਂ ਦੁਨੀਆਂ ਦੇ ਵਿੱਚ ਲਾਈਵ ਕਰਨਾ ਆ, ਉਹਨਾਂ ਸੰਤਾਂ ਦੀ ਯਾਦ ਦੇ ਵਿੱਚ, ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ। ਕਹਿਣਾ ਚਾਹੋਗੇ ਕੁਝ? ਕੀ ਕਹੀਏ ਜੀ, ਉਹਨਾਂ ਦੀ ਤਾਂ ਕੁਰਬਾਨੀ ਲਾਸਾਨੀ ਆ, ਸਾਡੇ ਕੋਲ ਸ਼ਬਦ ਨਹੀਂ ਹੈਗੇ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜਿਵੇਂ ਕਿ ਉਹਨਾਂ ਦਾ ਜਾਪ ਸੀਗਾ ਬਾਣੀ ਦਾ, ਜਿੰਨੀ ਉਹਨਾਂ ਦੀ ਸ਼ਰਧਾ ਸੀਗੀ, ਅਸੀਂ ਵੀ ਕੋਸ਼ਿਸ਼ ਕਰੀਏ ਕਿ ਉਹਨਾਂ ਵਾਂਗ ਜਾਪ ਕਰੀਏ ਬਾਣੀ ਦਾ, ਉਹਨਾਂ ਵਾਂਗ ਸ਼ਰਧਾਵਾਨ ਬਣੀਏ, ਉਹਨਾਂ ਵਾਂਗ ਸਾਡੇ 'ਚ ਸੂਰ ਬੀਰਤਾ ਹੋਵੇ, ਕੌਮ ਦੇ ਹੱਕਾਂ ਦੇ ਲਈ ਲੜੀਏ। ਉਹ ਜਿੰਨਾ ਟਾਈਮ ਰਹੇ ਨੇ ਧਰਤੀ 'ਤੇ, ਉਹਨਾਂ ਨੇ ਸਾਡੇ ਹੱਕਾਂ ਦੇ ਲਈ, ਆਪਣੇ ਆਖਰੀ ਸਾਹ ਤੱਕ ਉਹਨਾਂ ਨੇ ਸਾਡੀ ਕੌਮ ਦੇ ਹੱਕਾਂ ਦੇ ਲਈ, ਹਿਊਮਨ ਰਾਈਟਸ ਦੇ ਲਈ ਉਹਨਾਂ ਨੇ ਜੰਗ ਲੜੀ ਆ। ਤੇ ਸਾਡੇ ਜਿਹੜੇ ਕੌਮ ਦੇ ਨੌਜਵਾਨ ਨੇ, ਉਹਨਾਂ ਨੂੰ ਵੀ ਇਹੋ ਜਿਹਾ ਯੋਧਿਆਂ ਵਰਗਾ ਜੀਵਨ ਅਪਣਾਉਣਾ ਚਾਹੀਦਾ ਆ, ਆਪਣੇ ਹੱਕਾਂ ਦੀ ਖਾਤਰ ਖੜਨਾ ਚਾਹੀਦਾ ਆ, ਆਪਣੇ ਗੁਰੂ ਦੀ ਖਾਤਰ, ਆਪਣੇ ਗੁਰੂ ਦਾ ਜੋ ਉਪਦੇਸ਼ ਆ ਉਹਦੀ ਖਾਤਰ ਜੀਵਨ ਨਿਰਵਾਹ ਕਰਨਾ ਚਾਹੀਦਾ ਆ। ਤਾਂ ਮੇਰੀ ਤਾਂ ਇਹੀ ਅਪੀਲ ਆ ਜੀ, ਪ੍ਰਣਾਮ ਆ। ਹਾਂਜੀ ਹਾਂਜੀ, ਸ਼ਲਾਘਾਯੋਗ ਕਾਰਜ ਆ ਜੀ, ਬਹੁਤ ਜ਼ਿਆਦਾ, ਬੜੀ ਖੁਸ਼ੀ ਹੋਈ 48 ਘੰਟੇ ਲਗਾਤਾਰ, ਤੇ ਬਹੁਤ ਜ਼ਿਆਦਾ ਵਧਾਈ ਦੇ ਪਾਤਰ ਹਾਂ ਜੀ ਤੁਸੀਂ ਸਾਰੇ ਜਾਣੇ, ਜੋ ਐਡਾ ਵੱਡਾ ਮੌਕਾ ਅੱਜ ਟੈਲੀਕਾਸਟ ਕਰ ਰਹੇ। ਮੈਂ ਤਾਂ ਜੀ ਬਸ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਕੌਮ ਦੇ ਜਿਹੜੇ ਨੌਜਵਾਨ ਨੇ ਉਹ ਗੁਰੂ ਵਾਲੇ ਬਣਨ, ਨਚਾਰ ਨਾ ਬਣਨ। ਅੱਜ ਕੱਲ੍ਹ ਨਚਾਰ ਜ਼ਿਆਦਾ ਬਣ ਰਹੇ ਨੇ, ਸਰਦਾਰ ਘੱਟ ਬਣ ਰਹੇ ਨੇ। 5 ਕਕਾਰਾਂ ਦੇ ਧਾਰਨੀ ਬਣਨ, ਰਹਿਤ ਮਰਿਆਦਾ ਵਿੱਚ ਪਰਪੱਕ ਬਣਨ। ਗੁਰੂ ਸਾਹਿਬ ਨੇ ਵੀ ਕਿਹਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਰਹਿਤ ਪਿਆਰੀ ਆ ਗੁਰੂ ਨੂੰ, ਨਾ ਕਿ ਦਿਖਾਵੇ ਦਾ ਸਿੱਖ। ਸੋ ਅਸੀਂ ਪੜ੍ਹਾਈ ਲਿਖਾਈ ਵਧੀਆ ਕਰੀਏ, ਵਧੀਆ ਬਿਜ਼ਨਸ ਖੋਲੀਏ, ਵਧੀਆ ਨੌਕਰੀਆਂ ਕਰੀਏ, ਵਧੀਆ ਸਾਡੇ ਕੋਲ ਕਾਰਾਂ ਹੋਣ, ਮੋਬਾਈਲ ਹੋਣ, ਕੋਈ ਗੱਲ ਨਹੀਂ, ਹੱਕ ਹਲਾਲ ਦੀ ਕਮਾਈ ਹੈ, ਭਾਵੇਂ ਚਾਹੇ ਜਹਾਜ਼ ਲੈ ਲਓ, ਵਧੀਆ ਕੋਠੀਆਂ ਹੋਣ, ਜਵਾਨੀਆਂ ਮਾਣੋ, ਪਰ ਕਿਰਦਾਰ ਬਣਾਓ ਆਪਣੇ। ਇਹ ਨਹੀਂ ਕਿ ਅਸੀਂ ਚਰਿੱਤਰਹੀਣ ਹੋ ਜਾਈਏ। ਧਰਮ ਤੇ ਆਧੁਨਿਕ ਤੱਕ ਇੱਕ ਦੂਸਰੇ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦੇ। ਸੋ ਕੌਮ ਨੇ ਜੇ ਅੱਗੇ ਵਧਣਾ ਆ ਤਾਂ ਸਾਨੂੰ ਪੜ੍ਹੇ ਲਿਖਿਆਂ ਦੀ ਲੋੜ ਆ, ਪਰ ਪੜ੍ਹੇ ਲਿਖਿਆਂ ਦੇ ਵੀ ਕਿਰਦਾਰ ਹੋਣੇ ਚਾਹੀਦੇ ਨੇ। ਜੇ ਪੱਲੇ ਕਿਰਦਾਰ ਨਹੀਂ ਰਹੂ ਤਾਂ ਤੁਸੀਂ ਹੱਕਾਂ ਦੇ ਲਈ ਨਹੀਂ ਲੜ ਸਕਦੇ ਕਦੇ ਵੀ। ਤਾਂ ਇਹੀ ਬੇਨਤੀਆਂ ਕਰ। ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ, ਤੇ ਅਸੀਂ ਆਵਾਜ਼ ਕੌਮ TV ਵੱਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਜੀ।